ਤੁਹਾਨੂੰ ਝਲਕ ਦਿਖਾਵਾਂ ਸੁੱਚਾ ਸਿੰਘ ਸੂਰਮਾ ਅਤੇ ਉਹਦਾ ਭਰਾ ਨਰੈਣ ਸਿੰਘ ਵੱਡਾ ਸੁੱਚੇ ਤੋਂ ਦੋ ਭਰਾ ਸੀਗੇ ਇਹ ਸੁੱਚਾ ਅਤੇ ਨਰੈਣਾ ਅਤੇ ਇੱਕ ਇਹਨਾਂ ਦਾ ਹੋਰ ਮਿੱਤਰ ਕਹਿ ਲਈਏ ਉਹਦਾ ਨਾਂ ਸੀਗਾ ਕੁੱਕਰ ਕੁੱਕਰ ਉਹ ਸੀਗਾ ਮੱਲ ਆਪਾਂ ਸੁਣਦੇ ਨਾ ਕੁੱਕਰ ਮੱਲ ਕਹਿੰਦੇ ਨੇ ਕੁੱਕਰ ਮੱਲ ਇਹ ਮੱਲ ਇਹਨਾਂ ਨੂੰ ਊ ਨਹੀਂ ਸੀ ਕਹਿੰਦੇ ਇਹ ਭਲਵਾਨੀ ਕਰਦੇ ਸੀਗੇ ਸੁੱਚਾ ਸਿੰਘ ਸੂਰਮਾ ਅਤੇ ਕੁੱਕਰ ਇਕੱਠੇ ਘੋਲਣ ਜਾਂਦੇ ਜਿਵੇਂ ਆਪਣੇ ਵੀ ਘੋਲ ਖੇਡ ਹੋ ਕੇ ਹਟੇ ਨਾ ਐਂ ਮੇਲਿਆਂ 'ਤੇ ਘੋਲਣ ਜਾਂਦੇ ਝੰਡੀਆਂ ਚੱਕਦੇ ਜਾ ਕੇ ਜਿੱਥੇ ਕਹਿੰਦੇ ਨਾ ਇਹ ਕੁੱਕਰ ਅਤੇ ਸੁੱਚਾ ਚਲੇ ਜਾਂਦੇ ਇੰਨੇ ਵਧੀਆ ਭਲਵਾਨ ਸੀਗੇ ਵਧੀਆ ਐਂ ਚੰਗੇ ਮੱਲ ਕੁਸ਼ਤੀਆਂ ਛੱਡ ਕੇ ਚਲੇ ਜਾਂਦੇ ਸੀ ਬਹੁਤ ਸੋਹਣਾ ਘੁਲਦੇ ਸੀਗੇ ਦੋਨੇ ਅਤੇ ਸੁੱਚਾ ਸਿੰਘ ਸੂਰਮਾ ਅਤੇ ਕੁੱਕਰ ਅਗਲਾ ਹੋ ਗਿਆ ਇਹਦਾ ਵੱਡਾ ਭਰਾ ਹੋ ਗਿਆ ਸੁੱਚਾ ਸਿੰਘ ਸੂਰਮੇ ਦਾ ਨਰੈਣ ਸਿੰਘ ਤਿੰਨੇ ਜਾਣੇ ਜਿੱਥੇ ਜਿਹਦੇ ਘਰ ਸ਼ਾਮ ਹੋ ਗਈ ਪ੍ਰਸ਼ਾਦਾ ਪਾਣੀ ਛਕ ਲਿਆ ਜਿਹਦੇ ਘਰ ਰਾਤ ਪੈ ਗਈ ਪ੍ਰਸ਼ਾਦਾ ਪਾਣੀ ਛਕ ਲਿਆ ਪੈ ਗਏ ਜਮੀ ਕੋਈ ਬਗਾਨੇ ਵਾਲਾ ਕੰਮ ਹੀ ਨਹੀਂ ਸੀਗਾ ਇੱਕ ਦਿਨ ਸੁੱਚਾ ਸਿੰਘ ਸੂਰਮਾ ਅਤੇ ਕੁੱਕਰ ਬੈਠੇ ਆ ਦੋਨੇ ਮਾੜਾ ਮੋਟਾ ਪੈਗ ਪੁੱਗ ਵੀ ਲਾਈ ਜਾਂਦੇ ਆ ਦੋ ਗਲਾਸਾਂ 'ਚ ਪਾਣੀ ਪੀ ਜਾਂਦੇ ਆ ਕੁੱਕਰ ਕਹਿੰਦਾ ਸੁੱਚਿਆ ਕਹਿੰਦਾ ਯਾਰ ਮੈਨੂੰ ਐਂ ਲੱਗਦਾ ਓਏ ਮੈਨੂੰ ਇਹ ਦੁੱਖ ਰਹੂ ਸਾਰੀ ਜ਼ਿੰਦਗੀ ਵੀ ਆਪਾਂ ਨੂੰ ਪਰਮਾਤਮਾ ਨੇ ਇੱਕ ਮਾਂ ਦੇ ਪੇਟੋਂ ਕਿਉਂ ਨਹੀਂ ਪੈਦਾ ਕਰਿਆ ਮੈਂ ਰੱਬ ਅੱਗੇ ਅਰਦਾਸ ਕਰਦਾ ਵੀ ਜੇ ਕਿਤੇ ਦੁਬਾਰੇ ਜਨਮ ਲਵਾਂ ਮੈਂ ਤੇਰਾ ਸਕਾ ਭਾਈ ਹੋਵਾਂ ਆਪਣਾ ਭਰਾਵਾਂ ਤੋਂ ਵੱਧ ਪਿਆਰ ਹੈ ਸੁੱਚਾ ਸਿੰਘ ਨੇ ਵੀ ਜੱਫੀ ਪਾ ਲਈ ਕਹਿੰਦਾ ਵੀ ਹਾਂ ਯਾਰ ਪਿਆਰ ਆਪਣਾ ਬਹੁਤ ਹੈ ਕੁੱਕਰ ਕਹਿੰਦਾ ਬਾਈ ਕਹਿੰਦਾ ਆਪਾਂ ਇੱਕ ਮਾਂ ਦੇ ਪੇਟੋਂ ਜਨਮ ਤਾਂ ਲਿਆ ਨਹੀਂ ਆਪਾਂ ਹੈਗੇ ਹਾਂ ਯਾਰ ਪਰ ਸਾਡੇ ਜੇ ਪੰਜਾਬ 'ਚ ਆਪਾਂ ਕਹਿ ਲਈਏ ਸਾਡੇ ਦੇਸ਼ 'ਚ ਕਹਿ ਲਈਏ ਜੇ ਇੱਕ ਮਾਂ ਦੇ ਪੇਟੋਂ ਜਨਮ ਨਾ ਵੀ ਲਿਆ ਹੋਵੇ ਬੰਦਿਆਂ ਨੇ ਉਹ ਫਿਰ ਵੀ ਭਰਾ ਬਣ ਸਕਦੇ ਨੇ ਭਰਾ ਤੋਂ ਵੱਧ ਹੋ ਜਾਂਦੇ ਨੇ ਭਰਾ ਕੀ ਕਹਿ ਲਈਏ ਭਰਾ ਤੋਂ ਵੱਧ ਕਿਵੇਂ ਤਰੀਕਾ ਇਹ ਸਾਡੇ ਬਜ਼ੁਰਗਾਂ ਦਾ ਕਹਿ ਲਈਏ ਸਾਡੇ ਇਤਿਹਾਸ ਦਾ ਕਹਿ ਲਈਏ ਸਾਡੇ ਲੋਕ ਇੱਕ ਦੂਜੇ ਨਾਲ ਪੱਗ ਵਟਾ ਕੇ ਯਾਰ ਨੂੰ ਆਪਣਾ ਪੱਗ ਵੱਟ ਭਰਾ ਬਣਾ ਲੈਂਦੇ ਨੇ ਕੁੱਕਰ ਕਹਿੰਦਾ ਵੀ ਮੇਰਾ ਦਿਲ ਕਰਦਾ ਵੀ ਮੈਂ ਤੇਰੇ ਨਾਲ ਪੱਗ ਵਟਾ ਕੇ ਤੈਨੂੰ ਪੱਗ ਵੱਟ ਭਰਾ ਬਣਾ ਲਾ ਸੁੱਚਾ ਸਿੰਘ ਸੂਰਮਾ ਕਹਿੰਦਾ ਸੁੱਚਿਆ ਪੱਗ ਦੀ ਲਾਜ ਰੱਖਣੀ ਕਹਿੰਦਾ ਕੁੱਕਰਾ ਪੱਗ ਦੀ ਲਾਜ ਰੱਖਣੀ ਬੜੀ ਔਖੀ ਹੈ ਯਾਰ ਕਹਿ ਦੇਣੀ ਸੌਖੀ ਹੈ ਗੱਲ ਇਹ ਉਹ ਕਹਿੰਦਾ ਨਹੀਂ ਮੈਂ ਜਿਹਨੂੰ ਮੰਨਦਾ ਉਹਦੀ ਸਹੁੰ ਖਾਂਦਾ ਮੰਨਦੇ ਕਿਹਨੂੰ ਸੀਗੇ ਕਿਉਂਕਿ ਸਾਡੇ ਆਹ ਗਵਾਂਢ ਦੇ ਵਿੱਚ ਤਾਂ ਸੀਗੇ ਮਾਨਸਾ ਦੇ ਨੇੜੇ ਕਹਿੰਦਾ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਹਨੇ ਸਾਨੂੰ ਪੱਗ ਦਿੱਤੀ ਹੈ ਮੈਂ ਉਹਦੀ ਸਹੁੰ ਖਾਂਦਾ ਜੇ ਮੈਂ ਕਿਤੇ ਪੱਗ ਨੂੰ ਦਾਗ ਲਾਵਾਂ ਤੂੰ ਐਂ ਢਿੱਲ ਨਾ ਗੁਜ਼ਾਰੀ ਮੈਨੂੰ ਕਮੀਨਾ ਯਾਰ ਕਹਿ ਕੇ ਮੇਰੇ ਗੋਲੀ ਮਾਰਦੀ ਬੇਸ਼ੱਕ ਹੁਣ ਲੈ ਗੱਲਾਂ ਬਹੁਤੀਆਂ ਨਹੀਂ ਕਰਦੇ ਬਾਬਾ ਦੋਨੇ ਮਿੱਤਰ ਪੱਗਾਂ ਵਟਾ ਕੇ ਕਲਗੀਧਰ ਪਾਤਸ਼ਾਹ ਨੂੰ ਸੱਚੇ ਪਾਤਸ਼ਾਹ ਨੂੰ ਰੱਖ ਕੇ ਸਾਕਸ਼ੀ ਹਾਜ਼ਰ ਨਾਜ਼ਰ ਮੰਨ ਕੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਨੂੰ ਹਾਜ਼ਰ ਨਾਜ਼ਰ ਮੰਨ ਕੇ ਲਓ ਜੀ ਸੁੱਚਾ ਅਤੇ ਕੁੱਕਰ ਹੁਣ ਪੱਗਾਂ ਵਟਾਉਂਦੇ ਨੇ ਆਪਦੀ ਇੱਕ ਦੂਜੇ ਦੀ ਪੱਗ ਇੱਕ ਦੂਜੇ ਦੇ ਸਿਰ 'ਤੇ ਧਰ ਕੇ ਕਸਮਾਂ ਖਾਂਦੇ ਨੇ ਕਹਿੰਦਾ ਤੇਰੀ ਪੱਗ ਨੂੰ ਮੈਂ ਦਾਗ ਨਹੀਂ ਲੱਗਣ ਦਾ ਦੱਸ ਬਾਬਾ ਕੀ ਕਹਿੰਦੇ ਨੇ ਇੱਕ ਦੂਜੇ ਨੂੰ ਹੋ ਵੀਰੇ ਦੇ ਵਾਂਗ ਪਿਆਰਾ ਲੱਗੇ ਤੂੰ ਕੁੱਕਰ ਯਾਰਾ ਖਾ ਕੇ ਸੌ ਕਲਗੀ ਧਰਦੀ ਕਰਦਾ ਮੈਂ ਬਾਦਾ ਯਾਰਾ ਮਰਨੀ ਮਰ ਜਾਵਾਂਗਾ ਤੇਰੀ ਮੈਂ ਚਿੱਟੀ ਪੱਗ ਤੇ ਧੱਬਾ ਨਹੀਂ ਲਾਵਾਂਗਾ ਤੇਰੀ ਮੈਂ ਚਿੱਟੀ ਪੱਗ ਤੇ ਮੈਨੂੰ ਵੀ ਸੁੱਚਿਆ ਯਾਰਾ ਲੱਗਦਾ ਤੂੰ ਜਾਨੋਂ ਪਿਆਰਾ ਖਾ ਕੇ ਸੌ ਕਲਗੀ ਧਰਦੀ ਉਹ ਕਰਦਾ ਮੈਂ ਬਾਦਾ ਯਾਰਾ ਮਰਨੀ ਮਰ ਜਾਵਾਂਗਾ ਤੇਰੀ ਮੈਂ ਚਿੱਟੀ ਪੱਗ ਤੇ ਧੱਬਾ ਨਾ ਲਾਵਾਂਗਾ
ਤੇਰੀ ਮੈਂ ਚਿੱਟੀ ਪੱਗ ਤੇ ਹੋ ਜੇਕਰ ਮੈਂ ਨਿਕਲਾ ਝੂਠਾ ਬਨ ਕੇ ਨਾ ਸਾਰੀ ਬੂਥਾ ਦੁਨੀਆ ਤੋਂ ਪਾਰ ਬਲਾ ਦੀ ਕੰਡੀ ਤੇ ਧਰ ਕੇ ਗੂਠਾ ਭਾਵੇਂ ਗੁਰਲਾਵਾਂਗਾ ਤੇਰੀ ਮੈਂ ਚਿੱਟੀ ਪੱਗ ਤੇ ਧੱਬਾ ਨੀ ਲਾਵਾਂਗਾ ਤੇਰੀ ਮੈਂ ਚਿੱਟੀ ਪੱਗ ਤੇ ਤੇਰੇ ਤੇ ਰੱਬ ਸਬੱਬੀ ਜੇ ਬਿਪਤਾ ਦੀ ਬਦਲੀ ਗੱਜੀ ਉਹ ਤੇਰੇ ਤੇ ਰੱਬ ਸਬੱਬੀ ਉਹ ਬਿਪਤਾ ਦੀ ਬਦਲੀ ਗੱਜੀ ਉਦੋਂ ਤੂੰ ਪਰਖੀ ਮੈਨੂੰ ਤੇਰੀ ਬਾਂਹ ਬਣ ਕੇ ਸੱਜੀ ਉਹ ਮੈਂ ਤਾਂ ਖੜ ਜਾਵਾਂਗਾ ਤੇਰੀ ਮੈਂ ਚਿੱਟੀ ਪੱਗ ਤੇ ਧੱਬਾ ਨਾ ਲਾਵਾਂਗਾ ਤੇਰੀ ਮੈਂ ਚਿੱਟੀ ਪੱਗ ਤੇ ਹੋ ਸੁਣ ਲੈ ਤੂੰ ਵਹਿ ਕੇ ਬਾਈ ਇੱਕੋ ਰਟ ਦਿਲ ਨੇ ਲਾਈ ਮਿੱਤਰਤਾ ਗੱਲ ਦੂਰ ਦੀ ਤੇਰਾ ਮੈਂ ਬਣ ਕੇ ਪਾਈ ਅੱਜ ਤੋਂ ਦਿਖਲਾਵਾਂਗਾ ਤੇਰੀ ਮੈਂ ਚਿੱਟੀ ਪੱਗ ਤੇ ਧੱਬਾ ਨੀ ਲਾਵਾਂਗਾ ਤੇਰੀ ਮੈਂ ਚਿੱਟੀ ਪੱਗ ਤੇ ਮੈਂ ਵੀ ਜੇ ਕਰਾਂ ਗਦਾਰੀ ਭੋਰਾ ਨਾ ਢਿੱਲ ਗਯਾਰੀ ਮੈਂ ਵੀ ਜੇ ਕਰਾਂ ਗਦਾਰੀ ਭੋਰਾ ਨਾ ਢਿੱਲ ਗਯਾਰੀ ਮੈਨੂੰ ਕਹਿ ਯਾਰ ਕਮੀਨਾ ਹੋ ਛਾਤੀ ਵਿੱਚ ਗੋਲੀ ਮਾਰੀ ਉਹ ਤਰਲੇ ਵੀ ਪਾਵਾਂਗਾ ਤੇਰੀ ਮੈਂ ਚਿੱਟੀ ਪੱਗ ਤੇ ਧੱਬਾ ਨੀ ਲਾਵਾਂਗਾ ਤੇਰੀ ਮੈਂ ਚਿੱਟੀ ਪੱਗ ਤੇ ਹੋ ਸ਼ਮਲੇ ਫਿਰ ਹੱਥ ਮਿਲਾਉਂਦੇ ਹੋ ਸ਼ਮਲੇ ਫਿਰ ਹੱਥ ਮਿਲਾਉਂਦੇ ਯਾਰੀ ਦਾ ਬੂਟਾ ਲਾਉਂਦੇ ਧੋਖੇ ਦੇ ਹੜੋਂ ਬਚਾ ਕੇ ਜੇਕਰ ਨੇ ਬਿਰਸ਼ ਬਣਾਉਂਦੇ ਸਦਕੇ ਮੈਂ ਜਾਵਾਂਗਾ ਹੋ ਤੇਰੀ ਮੈਂ ਚਿੱਟੀ ਪੱਗ ਤੇ ਧੱਬਾ ਨੀ ਲਾਵਾਂਗਾ ਤੇਰੀ ਮੈਂ ਚਿੱਟੀ ਪੱਗ ਤੇ ਲੈ ਦੋਨਾਂ ਜਾਣਿਆਂ ਨੇ ਬਟਾ ਕੇ ਪੱਗਾਂ ਯਾਰ ਤੋਂ ਪੱਗ ਬੱਟ ਭਰਾ ਬਣ ਗਏ ਉਵੇਂ ਜਿਵੇਂ ਘੁਲਿਆ ਕਰਨ ਜ਼ਿੰਦਗੀ ਚੱਲਦੀ ਗਈ ਸਮਾਂ ਲੰਘਦਾ ਗਿਆ ਅਤੇ ਜਿਹੜੀ ਸੁੱਚਾ ਸਿੰਘ ਸੂਰਮੇ ਉਹਨਾਂ ਦਾ ਪਿਓ ਤਾਂ ਪਹਿਲੀ ਪਰਮਾਤਮਾ ਨੂੰ ਨਿਆਣੇ ਹੁੰਦਿਆਂ ਦਾ ਚੜ੍ਹਾਈ ਕਰ ਗਿਆ ਸੀ ਅਤੇ ਸੁੱਚੇ ਅਤੇ ਨਰੈਣੇ ਦੀ ਮਾਤਾ ਵੀ ਰੱਬ ਨੂੰ ਪਿਆਰੀ ਹੋ ਗਈ ਸਮਾਂ ਆਪਣੀ ਚਾਲ ਚੱਲਦਾ ਗਿਆ ਅਤੇ ਰੋਟੀ ਪਾਣੀ ਦਾ ਮੁਸ਼ਕਲ ਹੋ ਗਿਆ ਪਰ ਜਦੋਂ ਜਿਹੜੇ ਘਰ ਦੇ ਵਿੱਚ ਨਾ ਔਰਤ ਨਾ ਹੋਵੇ ਜਿਹੜੇ ਘਰ ਦੇ ਵਿੱਚ ਔਰਤ ਨਾ ਹੋਵੇ ਉਹਨਾਂ ਘਰਾਂ ਦੇ ਹਾਲ ਦੇਖੋ ਕਦੇ ਜਦੋਂ ਰੋਟੀ ਪਾਣੀ ਦਾ ਮੁਸ਼ਕਲ ਹੋ ਗਿਆ ਵੈਸੇ ਤਾਂ ਜਿਹੜੀ ਇਤਿਹਾਸ ਦੀ ਗੰਢ ਹੈ ਉਹ ਕੁਛ ਹੋਰ ਕਹਿੰਦੀ ਹੈ ਜਦੋਂ ਅਸੀਂ ਘੋਖ ਕਰੀਏ ਦੀ ਗੱਲ ਦੀ ਵੀ ਜਿਹੜੀ ਬੀਰੋ ਸੀ ਉਹ ਵੀ ਇਹਦਾ ਪਿੰਡ ਸੀਗਾ ਰੋੜੀ ਜਿਹੜੀ ਨਰੈਣੇ ਦੇ ਘਰੇ ਵਿਆਹ ਕੇ ਲਿਆਂਦੀ ਹੈ ਅਸੀਂ ਉੱਥੇ ਉਹਦੇ ਨੇੜੇ ਪ੍ਰੋਗਰਾਮ ਵੀ ਲਾ ਕੇ ਆ ਜਿਹੜੇ ਬਜ਼ੁਰਗ ਦੱਸਦੇ ਨੇ ਪਰ ਆਪਾਂ ਨੂੰ ਤੁਹਾਡੇ ਸਾਹਮਣੇ ਮੈਂ ਉਹ ਤੱਥ ਪੇਸ਼ ਕਰੂੰਗਾ ਜਿਹੜੇ ਸਾਨੂੰ ਲਿਖਤਾਂ 'ਚ ਮਿਲਦੇ ਨੇ ਜਦੋਂ ਬਾਈ ਰੋਟੀ ਪਾਣੀ ਦਾ ਔਖਾ ਹੋ ਗਿਆ ਨਾ ਇਹਨਾਂ ਨੇ ਸੋਚਿਆ ਇਕੱਠੇ ਹੋ ਕੇ ਇਹ ਕਹਿੰਦੇ ਯਾਰ ਆਪਾਂ ਤਾਂ ਹੈਗੇ ਬਾਹਰ ਅੰਦਰ ਫਿਰਨ ਤੁਰਨ ਵਾਲੇ ਬੰਦੇ ਸ਼ੌਕੀਨ ਬੰਦੇ ਆ ਆਪਾਂ ਆਪਣਾ ਤਾਂ ਹੋ ਜੂ ਔਖਾ ਆਪਾਂ ਐਂ ਕਰਦੇ ਹਾਂ ਆਪਾਂ ਨਰੈਣੇ ਨੂੰ ਵਿਆਹ ਲੈਂਦੇ ਹਾਂ ਨਾਲੇ ਆਪਣਾ ਰੋਟੀ ਪਾਣੀ ਦਾ ਠੀਕ ਆ ਜੂ ਨਾਲੇ ਘਰ ਬਾਹਰਦਿਆਂ 'ਚ ਹੋ ਜੂ ਇਹਨਾਂ ਨੇ ਜੀ ਜਿਹੜਾ ਵੱਡਾ ਭਰਾ ਸੀਗਾ ਨਰੈਣਾ ਉਹ ਰੋੜੀ ਵਿਆਹ ਲਿਆ ਜਿਹੜਾ ਉੱਥੋਂ ਪਤਾ ਲੱਗਿਆ ਬਾਬੇ ਕਹਿੰਦੇ ਉਹ ਜਿਹੜੀ ਬੀਰੋ ਸੀਗੀ ਉਹ ਪਹਿਲਾਂ ਵੀ ਕਿਤੇ ਵਿਆਹੀ ਹੋਈ ਸੀਗੀ ਸੁੱਚੇ ਦੇ ਨਾਨਕੀ ਪਹਿਲਾਂ ਉਹ ਵਿਆਹੀ ਹੋਈ ਸੀਗੀ ਜਿਹੜੀ ਬੀਰੋ ਸੀ ਅਤੇ ਉਹ ਜੇ ਉਹ ਦੇਖੀਏ ਕਰੈਕਟਰ ਪੱਖੋਂ ਪਹਿਲਾਂ ਤਾਂ ਮਾੜਾ ਸੀ ਉਹਦਾ ਸੁੱਚਾ ਸਿੰਘ ਸੂਰਮਾ ਅਤੇ ਘੁੱਕਰ ਦੋਨੇ ਪੱਗ ਬੱਟ ਭਰਾ ਸੀਗੇ
ਬਿਲਕੁਲ ਇੱਕ ਦੂਜੇ ਨੂੰ ਦਿਲੋਂ ਚਾਹੁੰਦੇ ਸੀਗੇ, ਕੋਈ ਮਨਾਂ ਦੇ ਵਿੱਚ ਫਰਕ ਨਹੀਂ ਸੀਗਾ। ਜਿੱਥੇ ਜਿਹੜੀ ਗਦਾਰੀ ਵਾਲੀ ਗੱਲ ਹੋਊਗੀ, ਜਿਹੜੀਆਂ ਇਹ ਘਾਟਾਂ ਪੈਣੀਆਂ ਤੁਹਾਨੂੰ ਗਾਹਾਂ ਗਾਹਾਂ ਮੈਂ ਦੱਸਦਾ ਜਾਂਦਾ। ਸੁੱਚਾ ਸਿੰਘ ਸੂਰਮੇ ਤੇ ਘੁੱਕਰ ਨੇ ਨਰੈਣਾ ਵਿਆਹ ਲਿਆਂਦਾ, ਰੋੜੀ ਵਿਆਹ ਵੀ ਲਿਆਂਦਾ ਤੁਹਾਨੂੰ ਦੱਸਿਆ, ਜਿਹੜੀ ਕਹਿੰਦੇ ਨਾ ਜਿਹੜੀ ਉਹ ਸੀਗੀ ਬੀਰੋ ਨੌਵਾਂ ਦਾ, ਤੁਹਾਨੂੰ ਦੱਸਿਆ ਜਿਹੜਾ ਘੁੰਡ ਘੰਡ ਵਾਲਾ ਕੰਮ ਹੈ ਇਹ ਉਦੋਂ ਚੱਕਿਆ ਹੋਇਆ ਸੀ ਇਹਦਾ ਵੀ ਆਪਾਂ ਘੁੰਡ ਘੰਡ ਨਹੀਂ ਕੱਢਣਾ। ਚੱਕੇ ਚੁਕਾਈ ਆਈ ਜੀ ਉਹ ਤੋਂ ਘੁੰਡ, ਬਿਨਾਂ ਘੁੰਡ ਦੀ ਆਈ ਸੀ ਐਵੇਂ ਜਿਵੇਂ ਵਿਆਹ ਲਿਆਂਦੀ ਜੀ, ਵਿਆਹ ਲਿਆਂਦੀਆਂ ਜਦੋਂ ਵਿਆਹ ਕੇ ਜਦੋਂ ਵਿਆਹ ਕੇ ਆਉਂਦੀ ਹੈ ਘਰੇ ਪਹੁ, ਫਿਰ ਪਿੰਡ ਦੀਆਂ ਮਾਈਆਂ, ਪਿੰਡ ਦੀਆਂ ਮਾਈਆਂ ਜਾਂਦੀਆਂ ਨੇ, ਉਹ ਗੱਲ ਤਾਂ ਇਹ ਹੁੰਦੀ ਹੈ ਵੀ ਸ਼ਗਨ ਦੇ ਕੇ ਆਉਣਾ, ਉਹ ਇਕੱਲਾ ਸ਼ਗਨ ਸ਼ਗਨ ਦੇਣ ਨਹੀਂ ਜਾਂਦੀਆਂ, ਇਕੱਲਾ ਉਹ ਚੈੱਕ ਕਰਕੇ ਆਉਂਦੀਆਂ ਨੇ ਨਾਲ, ਉਹ ਦੇਖ ਜਿਹੜੀਆਂ ਤੇਜ਼ ਮਾਈਆਂ ਜਿਵੇਂ ਆਪਾਂ ਕਹਿੰਦੇ ਬੰਦਾ ਯਾਰ ਫਲਾਣਾ ਬੰਦਾ ਹੈ, ਲੈ ਅੱਖਾਂ ਪੜ੍ਹ ਕੇ ਦੱਸ ਦਿੰਦਾ ਬੰਦੇ ਦੇ ਚਾਲ ਚੱਲਣ ਵੀ ਕਿਹਾ ਜਾਏ, ਬਹੁਤੇ ਮੂੰਹ ਦੇਖ ਕੇ ਦੱਸ ਦਿੰਦੇ ਨੇ ਬੰਦਾ ਕਿਹਾ ਜਾਏ। ਹੁਣ ਜਿਹੜੀਆਂ ਮਾਈਆਂ ਹੁੰਦੀਆਂ ਨੇ, ਜਿਹੜੀਆਂ ਤੇਜ਼ ਮਾਈਆਂ ਹੁੰਦੀਆਂ ਨੇ, ਜਿਹਨਾਂ ਤਜਰਬਾ ਹੁੰਦਾ ਜ਼ਿੰਦਗੀ ਦਾ ਐਂ ਕਹਿ ਲਈਏ, ਉਹ ਲੱਖਾਂ ਲਾ ਲੈਂਦੀਆਂ ਨੇ ਦੇਖ ਕੇ ਪਹਿਲੇ ਦਿਨੇ ਆਈ ਨੂੰ ਦੇਖ ਕੇ, ਗਈਆਂ ਮਾਈਆਂ ਬਾਗੀਆਂ ਪਿੰਡ ਚੋਂ ਇਹਨਾਂ ਦੇ ਸੁੱਚੇ ਉਹਨਾਂ ਦੇ ਘਰੇ ਨਰੈਣੇ ਦੀ ਬਹੂ ਦੇਖਣ, ਵੀਰੋ ਨੂੰ ਦੇਖਣ, ਜਦੋਂ ਜਾ ਕੇ ਦੇਖੀ ਵੀਰੋ ਮਾਈਆਂ ਨੇ ਦੇਖਿਆ ਵੀ ਆਹ ਹਾ ਹਾ ਸੋਹਣੀ ਸੁਨੱਖੀ ਤਾਂ ਬਹੁਤ ਹੈ ਭਾਈ, ਜਦੋਂ ਜਦੋਂ ਵੀਰੋ ਐ ਪੈਰੀ ਹੱਥ ਲਾ ਕੇ ਸਤਿ ਸ਼੍ਰੀ ਅਕਾਲ ਬੁਲਾ ਕੇ ਮਾਈਕ ਨਹੀਂ ਝਾਕਿਆ ਕਰਿਆ ਹੈ, ਵੀਰੋ ਦੀ ਅੱਖ ਦੇਖੀ ਮਾਈਆਂ ਨੇ ਵੀ ਆਹ ਤੇਜ਼ ਬਹੁਤ ਤੇਜ਼ ਹੈ ਤਾਂ ਇਹ ਤਾਂ ਇਹ ਤਾਂ ਇਹਨਾਂ ਦੇ ਪਰਿਵਾਰ ਦੀਆਂ ਪੱਤਰੀਆਂ ਖੋਲ ਦੂ। ਹੁਣ ਮਾਈਆਂ ਮਾਈਆਂ ਕਹਿੰਦੀਆਂ ਮੁੜਦੀਆਂ ਹੋਈਆਂ ਨੇ ਟੇਵਾ ਲਾਉਂਦੀਆਂ ਨੇ, ਆਪਾਂ ਕਹਿੰਦੇ ਨੀ ਭਵਿੱਖਬਾਣੀ ਕਰਦੇ ਆ ਟੇਵਾ ਲਾਉਂਦੀਆਂ ਨੇ, ਸ਼ਗਨ ਦੇ ਕੇ ਤੁਰੀਆਂ ਆਉਂਦੀਆਂ ਬੁੜੀਆਂ ਵੀਹੀ ਚ ਆਉਂਦੀਆਂ ਗੱਲਾਂ ਕਰਦੀਆਂ ਨੇ ਇੱਕ ਦੂਜੀ ਨਾਲ, ਕਹਿੰਦੀ ਪ੍ਰਸੰਨ ਤੁਰੇ ਤੈਨੂੰ ਕਿਵੇਂ ਲੱਗਿਆ, ਉਹ ਕਹਿੰਦੀ ਮੈਨੂੰ ਵੀ ਉਵੇਂ ਜਿਵੇਂ ਲੱਗਿਆ ਜਿਵੇਂ ਤੈਨੂੰ ਲੱਗਿਆ, ਕਹਿੰਦੀ ਕੀ, ਕਹਿੰਦੀ ਨਰੈਣੇ ਦੀ ਤਾਂ ਨਹੀਂ ਵੱਸਦੀ ਇਹ, ਕਹਿੰਦੀ ਕਿਵੇਂ, ਕਹਿੰਦੀ ਅੱਖ ਨਹੀਂ ਦੇਖੀ ਪਦਮ ਨਾਲ ਜਿਵੇਂ ਪਦਮ ਸੱਪ ਦੀ ਪੁਤਲੀ ਘੁੰਮਦੀ ਹੈ ਐਂ ਘੁੰਮਦੀ ਦੀ ਅੱਖ, ਅੱਖ ਦੇ ਇਸ਼ਾਰੇ ਨਾਲ ਗੱਲ ਮਿਲਦੀ ਹੈ ਵੀ ਵਜਨ ਕਿੰਨਾ ਕੁ ਹੈ, ਇਹਦਾ ਬਾਹਲੀ ਚੁਸਤ ਚਲਾ ਕੇ ਲੱਗੀ ਮੈਨੂੰ। ਨਰੈਣਾ ਸਿੱਧਾ ਸਾਦਾ ਅਨਘੜ ਜਾਤੂ ਕਹਿ ਲਈਏ ਹਲ ਬਾਹੂ ਜੱਟ, ਭੈਣੇ ਮੇਲ ਤਾਂ ਕੀ ਹੈ ਨਹੀਂ। ਹੁਣ ਬੁੜੀਆਂ ਬਾਬਾ ਕੀ ਕਹਿੰਦੀਆਂ ਨੇ, ਘਰ ਨੂੰ ਤੁਰੀਆਂ ਜਾਂਦੀਆਂ ਟੇਵੇ ਲਾਉਂਦੀਆਂ ਨੇ, ਕਹਿੰਦੀ ਕਾਹਨੂੰ ਪੁੱਛਦੀ ਹੈ ਭੈਣੇ, ਉਹ ਤਾਂ ਵਿਚਾਰਾ ਦੇਸੀ ਬੰਦਾ ਸਿੱਧਾ ਸਾਦਾ ਜੱਟ, ਤੇ ਬਹੂ ਮਿਲ ਗਈ ਕਬੂਤਰੀ ਵਰਗੀ, ਲੈ ਰੱਬ ਖੈਰ ਕਰੇ। ਦੱਸ ਬਾਬਾ ਕੀ ਲਿਖਿਆ ਸ਼ਮਲਾ ਸਾਹਿਬ ਨੇ, ਹਡੋਲੀ ਦੀ ਚੋਣ ਭਰੀ ਆਕਾਸ਼ ਵੀ ਭਰੀ, ਪਿੰਡ ਦੀ ਅਨਾਰ ਜਾਣ ਸਿਫਤਾਂ ਕਰੀ, ਪਿੰਡ ਦੀ ਅਨਾਰ ਜਾਣ ਸਿਫਤਾਂ ਕਰੀ, ਰਾਗੀ ਤਕਦੀਰ ਟੁੱਟ ਪੈਣੇ ਦੀ ਕਹੀ, ਬੋਟੀ ਤਾਂ ਨਰੈਣ ਦੀ ਕਬੂਤਰੀ ਜਹੀ, ਬੋਟੀ ਤਾਂ ਨਰੈਣ ਦੀ ਕਬੂਤਰੀ ਜਹੀ, ਹੋ ਸੂਹੀ ਬੋਲਕਾਰੀ ਵਿੱਚ ਚੰਨ ਚਮਕੇ, ਉਹਦੇ ਚੰਨ ਚਮਕੇ, ਕੋਹਨੂਰ ਹੀਰੇ ਵਾਂਗ ਮੁੱਖ ਦਮਕੇ, ਕੋਹਨੂਰ ਹੀਰੇ ਵਾਂਗ ਮੁੱਖ ਦਮਕੇ, ਕਰਕੇ ਦੇਦਾਰ ਭੁੱਖ ਜਾਂਦੀ ਹੈ ਲਹੀ, ਭੁੱਖ ਜਾਂਦੀ ਹੈ ਲਹੀ, ਬੋਟੀ ਤਾਂ ਨਰੈਣ ਦੀ ਅਪਰੀਆਂ ਜਹੀ, ਬੋਟੀ ਤਾਂ ਨਰੈਣ ਦੀ ਕਬੂਤਰੀ ਜਹੀ, ਪਤਲੇ ਜੇ ਬੁੱਲ ਦੇਖਾ ਜੀ ਹਨਖ ਜੋ, ਪਤਲੇ ਜੇ ਬੁੱਲ ਦੇਖਾ ਜੀ ਹਨਖ ਨੀ, ਐਡੀ ਐਡੀ ਮੋਟੀ ਉਹਦੀ ਬਿੱਲੀ ਅੱਖ ਨੀ, ਐਡੀ ਐਡੀ ਮੋਟੀ ਉਹਦੀ ਬਿੱਲੀ ਅੱਖ ਨੀ, ਘੁੰਡ ਚ ਮਿਸਾਲ ਵਾਂਗੂ ਮੱਚ ਸੀ ਰਹੀ, ਹਾਏ ਨੀ ਮੱਚ ਸੀ ਰਹੀ, ਬੋਟੀ ਤਾਂ ਨਰੈਣ ਦੀ ਕਬੂਤਰੀ ਜਹੀ, ਬੋਟੀ ਤਾਂ ਨਰੈਣ ਦੀ ਅਪਰੀਆਂ ਜਹੀ, ਹੋ ਬੁੱਲੀਆਂ ਸੁਰਖ ਚਿੱਟੇ ਦੰਦ ਨਾਰ ਦੇ, ਚਿੱਟੇ ਦੰਦ ਨਾਰ ਦੇ, ਚਿੜੇ ਹੋਏ ਏਦਾਂ ਜਿਵੇਂ ਮੋਤੀ ਹਾਰ ਦੇ,
ਚਿਣੇ ਹੋਏ ਏਦਾਂ ਜਿਵੇਂ ਮੋਤੀ ਹਾਰ ਦੇ। ਉਸ ਵੇਲੇ ਤੱਕੇ ਉਹ ਸੀ ਹੱਸਣ ਦਹੀ, ਉਹ ਸੀ ਹੱਸਣ ਦਹੀ, ਓਟੀ ਤਾਂ ਨਰਣ ਦੀ ਕਬੂਤਰੀ ਜਹੀ, ਓਟੀ ਤਾਂ ਨਰਣ ਦੀ ਕਬੂਤਰੀ ਜਹੀ। ਇਹੋ ਜਿਹਾ ਬਦਨ ਹੁੰਦਾ ਗੋਰੇ ਰੰਗ ਦਾ, ਇਹੋ ਜਿਹਾ ਬਦਨ ਹੁੰਦਾ ਗੋਰੇ ਰੰਗ ਦਾ, ਹੁੰਦਾ ਗੋਰੇ ਰੰਗ ਦਾ, ਗਲ ਵਿੱਚੋਂ ਦਿਸੇ ਉਹਦੇ ਪਾਣੀ ਲੰਘਦਾ, ਗਲੇ ਵਿੱਚੋਂ ਦਿਸੇ ਉਹਦੇ ਪਾਣੀ ਲੰਘਦਾ। ਉਹਦੇ ਸੀਸੇ ਜਿਹੇ ਅੰਗ, ਸੀਸੇ ਜਿਹੇ ਅੰਗ, ਹਰ ਪੱਖ ਤੋਂ ਸਹੀ, ਹਰ ਪੱਖ ਤੋਂ ਸਹੀ, ਮੋਟੀ ਤਾਂ ਨਰਣ ਦੀ ਕਬੂਤਰੀ ਜਹੀ, ਮੋਟੀ ਤਾਂ ਨਰਣ ਦੀ ਕਬੂਤਰੀ ਜਹੀ। ਉਹ ਚੁਸਤੀ ਚਲਾ ਕੇ ਉਹ ਤਬਾਲੀ ਜਾਪਦੀ, ਅੱਖ ਦੇ ਇਸ਼ਾਰੇ ਨਾਲ ਗੱਲ ਨਾਪਦੀ, ਅੱਖ ਦੇ ਇਸ਼ਾਰੇ ਨਾਲ ਗੱਲ ਨਾਪਦੀ। ਧਾਨੀ ਉਹ ਸਕੂਲੇ ਕਿਹੜੇ ਪੜ੍ਹਦੀ ਰਹੀ, ਕਿਹੜੇ ਪੜ੍ਹਦੀ ਰਹੀ, ਮੋਟੀ ਤਾਂ ਨਰਣ ਦੀ ਕਬੂਤਰੀ ਜਹੀ, ਮੋਟੀ ਤਾਂ ਨਰਣ ਦੀ ਕਬੂਤਰੀ ਜਹੀ। ਸਾਊ ਹੈ ਨਰਣ ਸਿੱਧਾ ਸਾਡਾ ਜੱਟ ਜੋ, ਸਾਊ ਹੈ ਨਰਣ ਸਿੱਧਾ ਸਾਡਾ ਜੱਟ ਨੀ, ਚੱਕਰਾ ਚ ਪਾ ਦੂ ਉਹਦੀ ਬਿੱਲੀ ਅੱਖਨੀ, ਚੱਕਰਾ ਚ ਪਾ ਦੂ ਉਹਦੀ ਬਿੱਲੀ ਅੱਖਨੀ। ਪੜੀਆਂ ਤਾਂ ਪੀਣੀਆਂ ਤਾਂ ਸੱਤ ਵਾਲੀ ਖੋਲ ਦੂ ਬਹੀ, ਹੈ ਨੀ ਖੋਲ ਦੂ ਬਹੀ, ਮੋਟੀ ਤਾਂ ਨਰਣ ਦੀ ਕਬੂਤਰੀ ਜਹੀ, ਮੋਟੀ ਤਾਂ ਨਰਣ ਦੀ ਕਬੂਤਰੀ ਜਹੀ। ਹੋ ਚੱਫਿਆ ਨਰਣ ਸੁਖੀ ਵੱਸਦਾ ਰਹੇ, ਸੁਖੀ ਵੱਸਦਾ ਰਹੇ, ਖੈਰ ਕਰ ਰੱਬ ਮੇ ਵਹੱਸਦਾ ਰਹੇ, ਖੈਰ ਕਰ ਰੱਬ ਮੇ ਵਹੱਸਦਾ ਰਹੇ। ਆਖੇ ਹਰਪਾਲ ਸੁਖ ਨਿਕਲੇ ਸਹੀ, ਸੁਖ ਨਿਕਲੇ ਸਹੀ, ਬੋਟੀ ਤਾਂ ਨਰਣ ਦੀ ਕਬੂਤਰੀ ਜਹੀ, ਬੋਟੀ ਤਾਂ ਨਰਣ ਦੀ ਕਬੂਤਰੀ ਜਹੀ। ਲੈ ਬੋਟੀ ਕਿਹੋ ਜਿਹੀ ਲੱਗੀ, ਕਬੂਤਰੀ ਵਰਗੀ ਲੱਗੀ, ਦੱਸਿਓ ਮੜਿਆ ਤਾੜੀ ਮਾਰ। ਹਾਂ ਹਾਂ, ਐਂ ਦਮ ਜਾ ਦਵਾ ਦਿਆ ਕਰੋ ਤੇ ਬਹੁਤ ਬਹੁਤ ਧੰਨਵਾਦ, ਉੱਥੇ ਆ ਜਾਓ ਕਿਰਾਂ। ਵੀਰੋ ਨੂੰ ਦੇਖ ਕੇ ਜਦੋਂ ਘਰ ਨੂੰ ਮੁੜੀਆਂ ਆਉਂਦੀਆਂ ਮਾਈਆਂ ਨੇ ਲਾਇਆ ਟੇਵਾ, ਕਹਿੰਦੀ ਭੈਣੇ ਸੁੱਖ ਨਹੀਂ ਲੱਗਦੀ, ਨਰੈਣਾ ਸਿੱਧਾ ਸਾਦਾ, ਇਹ ਬਾਲੀ ਤੇਜ਼ ਹੈ। ਉਹ ਕਹਿੰਦੀਆਂ ਫਿਰ ਹੁਣ ਕਰਨੈਲੋ ਬਣੂ ਕੀ? ਕਹਿੰਦੀ ਇਹ ਤਾਂ ਇਹਨਾਂ ਦੇ ਤਾਂ ਜੇ ਸੱਚ ਪੁੱਛਦੀਆਂ ਇਹਨਾਂ ਦੇ ਤਾਂ ਚੱਕਰੇ ਨਹੀਂ ਮਿਲਣੇ। ਜਿਵੇਂ ਉਹ ਟਰੈਕਟਰ ਨਹੀਂ ਵੱਧ ਚੱਕਰ ਵਾਲਾ ਹੁੰਦਾ, ਇੱਕ ਘੱਟ ਚੱਕਰ, ਕਿਤੇ 540 ਹੁੰਦੇ ਨੇ, ਕਿਤੇ ਪਤਾ ਨਹੀਂ 1400 ਕਿੰਨੇ, ਉਹ ਕਰੋਸ ਦਾ ਵੀ ਫਰਕ ਹੁੰਦਾ ਉਹਨਾਂ ਦਾ। ਉਹ ਕਹਿੰਦੀ ਇਹਨਾਂ ਦੇ ਚੱਕਰ ਨਹੀਂ ਮਿਲਦੇ ਜਿੰਦੇ। ਹੁਣ ਸਿਆਣੀਆਂ ਮਾਈਆਂ ਨੇ ਕਰਤੀ ਬਾਬੇ ਭਵਿੱਖ ਬਾਣੀ, ਜਿਵੇਂ ਕਹਿੰਦੇ ਨੇ ਵੀ ਸਿਆਣੇ ਦਾ ਆਖਿਆ ਅਤੇ ਔਲੇ ਦਾ ਖਾਧਾ ਬਾਅਦ 'ਚ ਸਵਾਦ ਆਉਂਦਾ, ਉਹ ਹੋਣੀ ਤਾਂ ਸੀ ਕੀ ਗੱਲ ਫਿਰ ਇਹ। ਪਰ ਜੇ ਦੂਸਰਾ ਪਾਸਾ ਤੁਹਾਨੂੰ ਦਿਖਾਵਾਂ ਮੈਂ ਕਹਾਣੀ ਦਾ, ਸੁੱਚਾ ਸਿੰਘ ਸੂਰਮਾ ਅਤੇ ਘੁੱਕਰ, ਉਹ ਪੱਗਾਂ ਵਟਾ ਕੇ ਭਰਾ ਬਣੇ ਹੋਏ ਨੇ, ਦਿਲਾਂ 'ਚ ਇੱਕ ਦੂਜੇ ਪ੍ਰਤੀ ਹਾਲੇ ਤੱਕ ਕੋਈ ਮੈਲ ਨਹੀਂ, ਦਿਲਾਂ ਦੇ ਵਿੱਚ ਇੱਕ ਦੂਜੇ ਪ੍ਰਤੀ ਕੋਈ ਮੈਲ ਨਹੀਂ। ਜਦੋਂ ਹੁਣ ਮਾਈਆਂ ਨੇ ਲਾਤਾ ਟੇਵਾ, ਸੁੱਚਾ ਸਿੰਘ ਸੂਰਮਾ ਅਤੇ ਘੁੱਕਰ ਦੀ ਜੇ ਗੱਲ ਕਰੀਏ ਨਾ, ਦਿਲਾਂ ਦੇ ਵਿੱਚ ਬਾਬਾ ਕੋਈ ਮੈਲ ਨਹੀਂ ਹਾਲੇ ਤੱਕ, ਸੱਚੇ ਅਤੇ ਸੁੱਚੇ ਸੀਗੇ ਦੋਨੋਂ। ਪਰ ਜਦੋਂ ਦਾ ਨਰਾਇਣ ਸਿੰਘ ਦਾ ਵਿਆਹ ਹੋ ਗਿਆ, ਉਸ ਦਿਨ ਤੋਂ ਬਾਅਦ ਘੁੱਕਰ ਨੇ ਸੋਚਿਆ ਵੀ ਯਾਰ ਹੁਣ ਘਰੇ ਸਾਡੀ ਭਰਜਾਈ ਆ ਗਈ। ਅਤੇ ਜਿਹੜੇ ਬੰਦੇ ਸੀਗੇ ਨਾ ਪੁਰਾਣੇ ਬਜ਼ੁਰਗ, ਕਹਿੰਦੇ ਵੀ ਜਦੋਂ ਕੋਈ ਯਾਰ ਦੋਸਤ ਐਂ ਵਿਆਹ ਜਾਂਦਾ ਉਹਦੇ ਐਂ ਜਾਣੋ ਘਟਾ ਦਿੰਦੇ ਸੀਗੇ, ਵੀ ਕਿਉਂਕਿ ਸੰਗ ਸ਼ਰਮ ਬਹੁਤ ਸੀਗੀ ਲੋਕਾਂ ਦੇ ਵਿੱਚ। ਅਤੇ ਘੁੱਕਰ ਨੇ ਜਾਣਾ ਛੱਡਤਾ ਸੁੱਚਾ ਸਿੰਘ ਦੇ ਘਰੇ, ਉਹ ਕਹਿੰਦਾ ਬਾਈ ਹੁਣ ਆਪਾਂ ਖੂਹ 'ਤੇ ਇਕੱਠੇ ਹੋ ਜਾਇਆ ਕਰਾਂਗੇ, ਜੇ ਕਿਤੇ ਪੈਗ ਪੁੱਗ ਲਾਉਣਾ ਹੋਵੇ ਜਾਂ ਮੇਲੇ ਮੂਲੇ 'ਤੇ ਚੱਲਿਆ ਕਰਾਂਗੇ, ਬਾਹਰੋਂ ਹੀ ਹਾਕ ਮਾਰ ਕੇ ਮੁੜ ਜਾਇਆ ਕਰੇ।
ਜਿਹੜੀ ਮੈਂ ਤੁਹਾਨੂੰ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਹਾਲੇ ਤੱਕ ਘੁੱਕਰ ਨੇ ਵੀਰੋ ਨੂੰ ਦੇਖਿਆ ਨਹੀਂ ਸੀ ਵਿਆਹ ਤੋਂ ਬਾਅਦ, ਪਰ ਉੱਧਰੋਂ ਹੁਣ ਬੁੜੀਆਂ ਦਾ ਟੇਵਾ ਸੱਚਾ ਹੋਣਾ, ਬੁੜੀਆਂ ਦਾ ਟੇਵਾ ਸੱਚਾ ਹੋਣਾ, ਇਹਦਾ ਇਹਦੇ 'ਤੇ ਗਦਾਰੀ ਵਾਲਾ ਦਾਗ ਲੱਗਣਾ। ਕੁਦਰਤ ਨੇ ਮੇਲ ਕਿਵੇਂ ਮਿਲਾਇਆ, ਤੁਹਾਨੂੰ ਦੱਸਿਆ ਸੀਗਾ ਵੀ ਵੀਰੋ ਸੀ ਜਿਹੜੀ ਘੁੰਡ ਤਾਂ ਉਹ ਕੱਢਦੀ ਹੀ ਨਹੀਂ ਸੀ, ਪਹਿਲਾਂ ਹੀ ਚੱਕੇ ਚਕਾਏ ਘੁੰਡ ਨਾਲ ਆਈ ਸੀਗੀ। ਇੱਕ ਦਿਨ ਮਾਈਆਂ ਨਾ ਪਹਿਲਾਂ ਬਾਬੇ ਹੁਣ ਤਾਂ ਸਾਧਨ ਹੋ ਗਏ, ਸਾਡੇ ਬੋਰ ਲਾ ਲਏ ਲੋਕਾਂ ਨੇ, ਟੂਟੀਆਂ ਲਾ ਲਈਆਂ, ਘਰ ਘਰ ਪਾਣੀ ਆਉਂਦਾ, ਸੁੱਚ ਦੱਬੋ ਪਾਣੀ ਬਾਹਰ। ਪਹਿਲਾਂ ਕਹਿੰਦੇ ਮਾਈਆਂ ਨੂੰ ਬਜ਼ੁਰਗੇ ਦੱਸਦੇ ਨੇ ਵੀ ਪਾਣੀ ਆ ਜਿਹੜਾ ਖੂਹੀਆਂ ਤੋਂ ਲੈ ਕੇ ਆਉਣਾ ਪੈਂਦਾ ਸੀ, ਖੂਹਾਂ ਤੋਂ ਵਰਤਣ ਵਾਸਤੇ, ਨਹਾਉਣ ਵਾਸਤੇ ਵੀ, ਪੀਣ ਵਾਸਤੇ ਵੀ। ਸੁੱਚਾ ਸਿੰਘ ਸੂਰਮੇ ਦੇ ਘਰ ਤੋਂ ਜਦੋਂ ਆਪਾਂ ਖੂਹ ਨੂੰ ਜਾਈਏ, ਹਲੇ ਹਲੇ ਨਕਸ਼ਾ ਉਹ ਪਿਆ ਉਵੇਂ ਜਿਵੇਂ ਉਹ ਬੀਹੀ ਉਹ ਗਲੀ ਹੈਗੀ ਜਿਹਦੀ ਗਾਂ ਸਿਰੇ 'ਤੇ ਜਾ ਕੇ ਘਰ ਸੀਗਾ ਸੁੱਚਾ ਸਿੰਘ ਸੂਰਮੇ ਦਾ। ਉਹ ਘਰ ਤੋਂ ਜਦੋਂ ਆਪਾਂ ਖੂਹ ਨੂੰ ਜਾਂਦੇ ਹਾਂ, ਰਸਤੇ ਦੇ ਵਿੱਚ ਇੱਕ ਦੁਕਾਨ ਹੁੰਦੀ ਅਤੇ ਦੁਕਾਨ ਦੇ ਮੂਹਰੇ ਜੇ ਕਹਿ ਲਈਏ ਥੜੇ ਜਿਹੇ ਨਹੀਂ ਬਣੇ ਹੁੰਦੇ ਜਿੱਥੇ ਬੰਦੇ ਚੌਂਕੜੀ, ਉਹ 'ਤੇ ਬੈਠੇ ਸੀਗੇ ਬੰਦੇ ਕੁੱਕਰ ਅਤੇ ਭਾਗ, ਇਹ ਬੈਠੇ ਸੀਗੇ। ਹੁਣ ਵੀਰੋ ਨੂੰ ਆਪਣੀਆਂ ਸਖੀਆਂ ਸਹੇਲੀਆਂ ਦੇ ਨਾਲ ਇੱਕ ਦਿਨ ਪਾਣੀ ਲੈਣ ਜਾਣਾ ਪੈ ਗਿਆ ਖੂਹੀ 'ਤੇ। ਜਦੋਂ ਪਾਣੀ ਲੈਣ ਜਾਂਦੀ ਹੈ ਨਾਲ ਦੋ ਚਾਰ ਕੁੜੀਆਂ ਹੋਰ ਵੀ ਨੇ, ਇੱਦੋਂ ਪਹਿਲਾਂ ਕੁੱਕਰ ਨੇ ਕਦੇ ਦੇਖੀ ਨਹੀਂ ਵੀ ਭਰਜਾਈ ਸਾਡੀ ਵਾਲੀ ਇਹ ਹੈ। ਕੋਲੇ ਬੈਠਾ ਸੀ ਭਾਗ, ਜਦੋਂ ਬੁੜੀਆਂ ਕੋਲ ਦੀ ਲੰਘੀਆਂ, ਜਨਾਨੀਆਂ ਕੋਲ ਦੀ ਲੰਘੀਆਂ, ਵਿੱਚੇ ਵੀਰੋ, ਜਦੋਂ ਦੇਖੀ ਵੀਰੋ ਕੁੱਕਰ ਨੇ। ਅਤੇ ਜਿਹੜਾ ਹੁਸਨ ਹੈ, ਹੁਸਨ ਹੈ ਇਹ ਵੀ ਜਾਦੂ ਹੈ, ਇੱਕ ਬੰਦੇ ਦੀ ਮੱਤ ਮਾਰ ਦਿੰਦਾ ਹੁਸਨ। ਜਦੋਂ ਹੁਸਨ ਦੇਖ ਕੇ ਵੀਰੋ ਦਾ ਹੁਸਨ ਦੇਖਿਆ ਕੁੱਕਰ ਨੇ, ਨਾਲ ਬੈਠੇ ਭਾਗ ਦੇ ਮਾਰ ਕੇ ਕੂਣੀ, ਕਹਿੰਦਾ ਭਾਗ ਓਏ, ਕਹਿੰਦਾ ਹਾਂ, ਕਹਿੰਦਾ ਕੰਜਰ ਦਿਆ ਆਹ ਕੌਣ ਹੈ ਓਏ, ਕਹਿੰਦਾ ਕਿਹੜੀ, ਕਹਿੰਦਾ ਜਿਹੜੀ ਆ ਵਿਚਾਲੇ ਤੁਰੀ ਜਾਂਦੀ ਹੈ, ਕਹਿੰਦਾ ਤੈਨੂੰ ਨਹੀਂ ਪਤਾ, ਕਹਿੰਦਾ ਨਾ, ਕਹਿੰਦਾ ਰਹਿਣ ਦੇ ਤਾਂ ਆਪਣੇ ਵਾਲੀ ਭਰਜਾਈ ਹੈ, ਕਹਿੰਦਾ ਕੰਜਰ ਦਿਆ ਆਪਣੀ ਕਿਹੜੀ ਭਰਜਾਈ, ਕਹਿੰਦਾ ਤੈਨੂੰ ਸੱਚੀ ਨਹੀਂ ਪਤਾ ਯਾਰ, ਕਹਿੰਦਾ ਨਾ, ਕਹਿੰਦਾ ਨਰੈਣੇ ਦੇ ਘਰ ਵਾਲੀ ਸੁੱਚੇ ਦੀ ਭਰਜਾਈ, ਕਹਿੰਦਾ ਉਹ ਹੱਥ ਮਾਰਿਆ ਮੱਥੇ 'ਤੇ ਕੁੱਕਰ ਨੇ, ਦਿਲ ਦੇ ਵਿੱਚ ਪਾਪ ਜਾਗ ਪਿਆ, ਦਿਲ 'ਚ ਪਾਪ ਜਾਗ ਪਿਆ, ਮੱਥੇ 'ਤੇ ਮਾਰ ਕੇ ਹੱਥ, ਕਹਿੰਦਾ ਭਾਗ ਓਏ, ਰੱਬ ਧੱਕਾ ਕਰ ਗਿਆ ਯਾਰ, ਕਹਿੰਦਾ ਕੀ, ਕਹਿੰਦਾ ਰੱਬ ਧੱਕਾ ਕਰ ਗਿਆ ਬਾਈ ਵਿਚਾਰੀ ਨਾਲ, ਕਿੱਥੇ ਯਾਰ ਇਹਦਾ ਹੁਸਨ, ਕਿੰਨੀ ਜਵਾਨ ਹੈ ਇਹ, ਕਿੰਨਾ ਸੋਹਣਾ ਕੁਦਰਤ ਨੇ ਸਰੀਰ ਬਖਸ਼ਿਆ ਇਹਨੂੰ, ਕਿੱਥੇ ਨਰੈਣਾ, ਉਹ ਤਾਂ ਜਮੀ ਅਨਕੜ ਜਾਤੂ ਹੈ ਯਾਰ, ਘੋਗੜ ਬੰਦਾ, ਨਾ ਭਾਈ ਧੱਕਾ ਹੋ ਗਿਆ ਤਾਂ, ਦਿਲ ਦੇ ਵਿੱਚ ਪਾਪ ਜਾਗੀ ਜਾਂਦਾ, ਉਤੋਂ ਐਂ ਮਾਰਦਾ। ਭਾਗ ਕਹਿੰਦਾ ਨਾ ਬਾਈ ਓਏ, ਕਿਹਾ ਉਹਨੇ ਕਿਹਾ ਭਾਗ ਨੇ ਬਾਬਾ, ਕਹਿੰਦੇ ਕਹਿੰਦੇ ਕਹਿੰਦਾ ਨਾ ਬਾਈ ਓਏ, ਵੀ ਆਪਣੀ ਭਰਜਾਈ ਲੱਗਦੀ ਯਾਰ, ਤੂੰ 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 ਮੈਲੀਆਂ ਨਜ਼ਰ ਨਾ ਦੇ। ਉਹ ਕਹਿੰਦਾ ਕਿਹੜੀ ਭਰਜਾਈ, ਕਹਿੰਦਾ ਉਹ ਤਾਂ ਗੱਲਾਂ ਗਈਆਂ ਦੂਰ, ਉਹ ਤਾਂ ਹੁਣ ਛੱਡ, ਹੁਣ ਤਾਂ ਤੂੰ ਇੱਕ ਕੰਮ ਕਰ, ਹੁਣ ਤੂੰ ਮੈਨੂੰ ਐਂ ਦੱਸ, ਕੋਈ ਸਕੀਮ ਦੱਸ, ਤੂੰ ਬੰਦਾ ਸਕੀਮੀ ਹੈ, ਤੈਨੂੰ ਮੈਂ ਤਾਂ ਨਾਲ ਰੱਖਿਆ ਹੋਇਆ। ਉਹ ਜਿਵੇਂ ਝੋਲਾ ਚੱਕ ਕਹਿੰਦੇ ਨੇ ਜੀ ਉਹਨੂੰ ਭਾਗ ਨੂੰ ਕੁੱਕਰ ਦਾ, ਕਿਉਂਕਿ ਉਹਦਾ ਕੰਮ ਕੀ ਸੀਗਾ, ਉਹਨੇ ਨਾਲੇ ਤਾਂ ਘਰ ਦੀ ਸ਼ਰਾਬ ਕੱਢਣੀ, ਪਹਿਲਾਂ ਐਂ ਤਾਂ ਠੇਕੇ ਤਾਂ ਹੈ ਨਹੀਂ ਸੀ, ਨਾਲੇ ਤਾਂ ਉਹਨੇ ਘਰ ਦੀ ਸ਼ਰਾਬ ਕੱਢਣੀ ਅਤੇ ਨਾਲੇ ਵੇਚਣੀ। ਉਹ ਪਤੰਦਰ ਐਡਾ ਤੇਜ਼ ਸੀਗਾ, ਘਰ ਦੀ ਸ਼ਰਾਬ ਕੱਢ ਕੇ ਇਹਨੂੰ ਕੁੱਕਰ ਨੂੰ ਵੇਚ ਕੇ, ਪਹਿਲਾਂ ਵੇਚੀ ਹੋਈ ਤੋਂ ਬਾਅਦ ਵਿੱਚ ਆਪ ਪੇਗ ਲੈ ਲੈਂਦੀ, ਉਹਨਾਂ ਨਾਲੇ ਦਾਰੂ ਪੀ ਜਾਂਦੀ, ਵੇਚੀ ਹੋਈ ਆਪ ਏ ਦੂਜੇ ਨੂੰ, ਉਹਦਾ ਕੰਮ ਇਹ ਸੀਗਾ। ਉਹਨੇ ਹੁਣ ਭਾਈ ਕੁੱਕਰ ਦੀ ਹਾਂ ਦੇ ਵਿੱਚ ਹਾਂ ਮਿਲਾਉਂਦਾ ਬਾਬਾ, ਉਹ ਖੇਤ ਬਾਗੇ, ਕਹਿੰਦਾ ਮੈਨੂੰ ਤਰੀਕਾ ਦੱਸ, ਮੈਨੂੰ ਤਰੀਕਾ ਦੱਸ, ਜਿਹੜੇ ਤਰੀਕੇ ਨਾਲ ਇਹ ਆਪਣੇ ਘਰੇ ਆ ਜੇ, ਵਿੱਚ ਸੁੱਚਾ ਸਿੰਘ ਸੂਰਮਾ ਹੈਗਾ, ਵਿੱਚ ਰੋੜਾ ਮੇਰੇ ਵਾਸਤੇ, ਮੇਰੇ ਰਾਹ 'ਚ, ਮੇਰੇ ਅਤੇ ਵੀਰੋ ਦੇ ਰਾਹ ਦੇ ਵਿੱਚ ਹੈਗਾ ਰੋੜਾ, ਉਹਨੂੰ ਕਿਵੇਂ ਪਰਾਂ ਹਟਾਵਾਂ, ਉਹਦਾ ਕੀ ਹੱਲ ਕਰਾਂ, ਮੈਨੂੰ ਸਕੀਮ ਦੱਸ। ਹੁਣ ਇੱਕ ਕੁੱਕਰ ਵੇਲੀ ਬਾਬਾ, ਕੁੱਕਰ ਵੇਲੀ ਯਾਰ ਮਾਰ ਕਰਨ 'ਤੇ ਤੁਲ ਗਿਆ, ਯਾਰ ਮਾਰ ਕਰਨ 'ਤੇ ਤੁਲ ਗਿਆ, ਅਤੇ ਕਿਵੇਂ ਦਿਵਾਨਾ ਹੁੰਦਾ ਵੀਰੋ ਭਾਬੀ 'ਤੇ,
ਕਿਵੇਂ ਦਵਾਨਾ ਹੁੰਦਾ ਵੀਰੋ ਭਾਬੀ ਤੇ ਕੱਢ ਕੇ ਬੋਤਲ ਡੱਬ ਚੋਂ ਕੁੱਕਰ ਨੂੰ ਕੁੱਕਰ ਉਹਨੂੰ ਭਾਗ ਨੂੰ ਕਿਵੇਂ ਫੜਾਉਂਦਾ ਕੀ ਗੱਲਾਂ ਬਾਤਾਂ ਕਰਦੇ ਨੇ ਕਿਵੇਂ ਸਕੀਮ ਦਿੰਦਾ ਆਹ ਕਵਿਤਾ ਦੇ ਵਿੱਚ ਸ਼ਮਲਾ ਸਾਹਿਬ ਨੇ ਲਿਖੀ ਹੈ ਇਕੱਲੀ ਇਕੱਲੀ ਗੱਲ ਧਿਆਨ ਨਾਲ ਸੁਣਿਓ ਵੀ ਕੁੱਕਰ ਮਲ ਦੇ ਦਿਲ ਦੇ ਵਿੱਚ ਬੇਈਮਾਨਾ ਕਿਵੇਂ ਜਾਗਦਾ ਕਿਵੇਂ ਆਪਦੀ ਭਾਬੀ ਤੇ ਪੱਗ ਬੱਟ ਭਰਾ ਦੀ ਭਾਬੀ ਤੇ ਕਿਵੇਂ ਦਬਾਨਾ ਹੁੰਦਾ ਦੱਸ ਬਾਬਾ ਜੀ ਉਹ ਹੁਸਨ ਦੇਖ ਕੇ ਕੁੱਕਰ ਸੁੱਚੇ ਦੀ ਭਰਜਾਈ ਦਾ ਫਰਜ਼ ਪਲਾ ਕੇ ਵੇਗਾ ਕੰਜਰ ਪੱਗ ਵਟਾਈ ਦਾ ਫਰਜ਼ ਪਲਾ ਕੇ ਵੇਗਾ ਕੰਜਰ ਪੱਗ ਵਟਾਈ ਦਾ ਉਹ ਤਾਂ ਭੋਰੇ ਵਾਂਗੂ ਘੁੰਮਣ ਲੱਗਾ ਫੁੱਲ ਗੁਲਾਬੀ ਤੇ ਉਹ ਕੁੱਕਰ ਮੱਲ ਦੀਵਾਨਾ ਹੋ ਗਿਆ ਵੀਰੋ ਬਾਬੀ ਤੇ ਹਾਏ ਕੁੱਕਰ ਮੱਲ ਦੀਵਾਨਾ ਹੋ ਗਿਆ ਵੀਰੋ ਬਾਬੀ ਤੇ ਚੱਤੋ ਬਾਹਰ ਦੜਾਵੇ ਸੋਚਾਂ ਵਾਲੇ ਘੋੜੇ ਨੂੰ ਰਾਜੋ ਕਿਵੇਂ ਹਟਾਵਾਂ ਸੁੱਚੇ ਵਾਲੇ ਰੋੜੇ ਨੂੰ ਰਾਜੋ ਕਿਵੇਂ ਹਟਾਵਾਂ ਸੁੱਚੇ ਵਾਲੇ ਰੋੜੇ ਨੂੰ ਇਹਦਾ ਜੋਰਾ ਜਵਰੀ ਚੱਲਣੀ ਹੈ ਨਾ ਸ਼ੇਰ ਪੰਜਾਬੀ ਤੇ ਹੋ ਕੁੱਕਰ ਮੱਲ ਦੀਵਾਨਾ ਹੋ ਗਿਆ ਵੀਰੋ ਬਾਬੀ ਤੇ ਹਾਏ ਕੁੱਕਰ ਮੱਲ ਦੀਵਾਨਾ ਹੋ ਗਿਆ ਵੀਰੋ ਬਾਬੀ ਤੇ ਕੋਲ ਭਾਗਦੇ ਜਾ ਕੇ ਦਿਲ ਦਾ ਹਾਲ ਸੁਣਾਉਂਦਾ ਹੈ ਦਿਲ ਦਾ ਹਾਲ ਸੁਣਾਉਂਦਾ ਹੈ ਅੜਬ ਸੁਭਾਅ ਦੇ ਸੁੱਚੇ ਤੋਂ ਡਰ ਵਾਲਾ ਆਉਂਦਾ ਹੈ ਅੜਬ ਸੁਭਾਅ ਦੇ ਸੁੱਚੇ ਤੋਂ ਡਰ ਵਾਲਾ ਆਉਂਦਾ ਹੈ ਬੇੜਾ ਬਾਂਗ ਨਾਗ ਦੇ ਕੁੰਡਲੀ ਮਾਰੀ ਬੈਠਾ ਚਾਬੀ ਤੇ ਹਾਏ ਕੁੱਕਰ ਮੱਲ ਦੀਵਾਨਾ ਹੋ ਗਿਆ ਵੀਰੋ ਬਾਬੀ ਤੇ ਹੋ ਕੁੱਕਰ ਮੱਲ ਦੀਵਾਨਾ ਹੋ ਗਿਆ ਵੀਰੋ ਬਾਬੀ ਤੇ ਰਾਏ ਬਾਗ ਨੇ ਦਿੱਤੀ ਕੁੱਕਰ ਦਿਲ ਦੇ ਕਾਲੇ ਨੂੰ ਵਿੱਚ ਫੌਜ ਦੇ ਭਰਤੀ ਜਾਂ ਕਰਵਾ ਦੇ ਸਾਲੇ ਨੂੰ ਵਿੱਚ ਫੌਜ ਦੇ ਭਰਤੀ ਜਾਂ ਕਰਵਾ ਦੇ ਸਾਲੇ ਨੂੰ ਤੂੰ ਸਿੱਟ ਕੇ ਵਾਪਸ ਮੁੜਿਆ ਹੋ ਸਿੱਟ ਕੇ ਵਾਪਸ ਮੁੜਿਆ ਗੋਰੇ ਦੀ ਗਰਗਾਬੀ ਤੇ ਗੋਰੇ ਦੀ ਗਰਗਾਬੀ ਤੇ ਕੁੱਕਰ ਮੱਲ ਦੀਵਾਨਾ ਹੋ ਗਿਆ ਵੀਰੋ ਬਾਬੀ ਤੇ ਹਾਏ ਕੁੱਕਰ ਮੱਲ ਦੀਵਾਨਾ ਹੋ ਗਿਆ ਵੀਰੋ ਬਾਬੀ ਤੇ ਹੋ ਕੱਲ ਭਾਗ ਦੀ ਜਤਗੀ ਕੁੱਕਰ ਮੱਲ ਕਮੀਨੇ ਨੂੰ ਘੁਟਕੇ ਜੱਫੀ ਪਾ ਲਈ ਉਹਨੇ ਯਾਰ ਨਗੀਨੇ ਨੂੰ ਘੁਟਕੇ ਜੱਫੀ ਪਾ ਲਈ ਉਹਨੇ ਯਾਰ ਨਗੀਨੇ ਨੂੰ ਕਹਿੰਦਾ ਅੱਜ ਤੈਂ ਫੁੱਲ ਚੜਾ ਤੇ ਉਹ ਮਿੱਤਰਾ ਪੀਤੀ ਖਾਦੀ ਤੇ ਹਾਏ ਕੁੱਕਰ ਮੱਲ ਦੀਵਾਨਾ ਹੋ ਗਿਆ ਵੀਰੋ ਬਾਬੀ ਤੇ ਹੋ ਕੁੱਕਰ ਮੱਲ ਦੀਵਾਨਾ ਹੋ ਗਿਆ ਵੀਰੋ ਬਾਬੀ ਤੇ ਹੋ ਡੱਬ ਚੋਂ ਕੱਢ ਕੇ ਬੋਤਲ ਕਹਿੰਦਾ ਚੱਕੂਏ ਭਾਗ ਸਿਆ ਕਹਿੰਦਾ ਚੱਕੂਏ ਭਾਗ ਸਿਆ ਨਾ ਉਸ ਦਾ ਲੈ ਕੇ ਪੱਟੀ ਡੱਟੂਏ ਭਾਗ ਸਿਆ ਹੋ ਨਾ ਵੀਰੋ ਦਾ ਲੈ ਕੇ ਪੱਟੀ ਡੱਟੂਏ ਭਾਗ ਸਿਆ ਕਹਿੰਦਾ ਜਸ਼ਨ ਜ਼ਰੂਰ ਮਨਾਈਏ ਸੁੱਤੀ ਕਿਸਮਤ ਜਾਗੀ ਤੇ ਹਾਏ ਕੁੱਕਰ ਮੱਲ ਦੀਵਾਨਾ ਹੋ ਗਿਆ ਵੀਰੋ ਬਾਬੀ ਤੇ ਹੋ ਕੁੱਕਰ ਮੱਲ ਦੀਵਾਨਾ ਹੋ ਗਿਆ ਵੀਰੋ ਬਾਬੀ ਤੇ ਹਾੜੇ ਉੱਪਰ ਹਾੜਾ ਯੋਧਾ ਸਿੱਟੀ ਜਾਂਦੇ ਨੇ ਸ਼ਮਲੇ ਵਾਲਾ ਕਹਿੰਦਾ ਫਿਰਦੇ ਗੇੜੇ ਖਾਂਦੇ ਨੇ ਉਹ ਸ਼ਮਲੇ ਵਾਲਾ ਕਹਿੰਦਾ ਫਿਰਦੇ ਗੇੜੇ ਖਾਂਦੇ ਨੇ ਉਹ ਤਾਂ ਇੱਕ ਸੌਂਗ ਆ ਪੂੰਜੇ ਹੋਈ ਇੱਕ ਸੌਂਗ ਆ ਪੂੰਜੇ ਦੂਜਾ ਖੂਹ ਦੀ ਗਾਦੀ ਤੇ ਦੂਜਾ ਖੂਹ ਦੀ ਗਾਦੀ ਤੇ ਹੋ ਕੁੱਕਰ ਮੱਲ ਦੀਵਾਨਾ ਹੋ ਗਿਆ ਵੀਰੋ ਬਾਬੀ ਤੇ ਹੋਏ ਕੁੱਕਰ ਮੱਲ ਦੀਵਾਨਾ ਹੋ ਗਿਆ ਵੀਰੋ ਬਾਬੀ ਤੇ ਖੇਤ ਜਾ ਕੇ ਖੂਹ ਤੇ ਕੱਢ ਕੇ ਬੋਤਲ ਡੱਬ ਚੋਂ ਕਹਿੰਦਾ ਪਹਿਲੇ ਤੋੜ ਦੀ ਕਹਿੰਦਾ ਚੱਕ ਓਏ
ਨਜ਼ਾਰਾ ਲਿਆਤਾ ਤੈਂ ਮੈਨੂੰ ਕੀ ਨਜ਼ਾਰਾ ਲਿਆਤਾ ਸਕੀਮ ਦੱਸਦੀ ਸਕੀਮ ਕੀ ਦੱਸੀ ਸਕੀਮ ਇਹ ਸੀ ਪੁੱਛਿਆ ਉਹਨੇ ਇਹ ਸੀ ਵੀ ਸੁੱਚਾ ਸਿੰਘ ਸੂਰਮਾ ਜਿਹੜਾ ਇਹ ਮੇਰੇ ਤੇ ਵੀਰੋ ਦੇ ਰਾਹ ਦਾ ਰੋੜਾ ਹੈ ਇਹਨੂੰ ਕਿਵੇਂ ਹਟਾਵਾਂ ਭਾਗ ਨੇ ਗੱਲ ਦੱਸਦੀ ਕਹਿੰਦਾ ਇਹਦਾ ਕੰਮ ਥੋੜ੍ਹਾ ਜਿਹਾ ਕਹਿੰਦਾ ਕਿਵੇਂ ਕਹਿੰਦਾ ਸਰੀਰ ਤੁਹਾਡੇ ਪੂਰੇ ਵਧੀਆ ਨੇ ਤੇਰੀ ਉਹ ਮੋੜਦਾ ਨਹੀਂ ਤੇਰਾ ਮਿੱਤਰ ਹੈ ਤੇਰੀ ਮੋੜਦਾ ਨਹੀਂ ਕਹਿੰਦਾ ਉਹਨੂੰ ਜਾ ਕੇ ਫਿਰੋਜ਼ਪੁਰ ਚੱਲਦੀ ਹੈ ਭਰਤੀ ਫੌਜ ਦੀ ਭਰਤੀ ਚੱਲਦੀ ਹੈ ਫਿਰੋਜ਼ਪੁਰ ਲੈ ਕੇ ਰੇਲ ਗੱਡੀ ਚੜ੍ਹ ਜਾ ਕੇ ਭਰਤੀ ਕਰਵਾਇਆ ਉਹ ਕਹਿੰਦਾ ਐਂ ਕਿਵੇਂ ਸਾਰਾ ਪ੍ਰੋਗਰਾਮ ਬਣਾ ਕੇ ਦੱਸਤਾ ਬਾਬਾ ਕਹਿੰਦਾ ਐਂ ਨਾ ਕਹੀਂ ਵੀ ਇਕੱਲਾ ਤੂੰ ਭਰਤੀ ਹੋ ਜਾ ਕੋਈ ਇਹੋ ਜਿਹਾ ਬਿੱਡ ਲਾ ਕੋਈ ਇਹੋ ਜਿਹਾ ਲਾ ਐਂ ਬਣਾ ਕੋਈ ਪ੍ਰੋਗਰਾਮ ਐਂ ਕਿਹਾ ਵੀ ਆਪਾਂ ਦੋਨੇ ਭਰਤੀ ਹੋ ਜਾਈਏ ਕਹਿੰਦਾ ਫਿਰ ਜੇ ਭਰਤੀ ਹੋ ਗਏ ਫਿਰ ਤਾਂ ਉੱਥੇ ਵਗ ਜਾਂਗੇ ਉਹ ਕਹਿੰਦਾ ਕੰਜਰ ਦਿਆ ਲੈ ਜਾ ਨਾਲ ਉੱਥੇ ਜਾ ਕੇ ਉਹਨੂੰ ਤਾਂ ਭਰਤੀ ਕਰਵਾ ਦੀ ਆਪ ਕੋਈ ਬਹਾਨਾ ਇਹੋ ਜਿਹਾ ਮਾਰੀ ਜਿਹਦੇ ਨਾਲ ਤੂੰ ਭਰਤੀ ਨਾ ਹੋਵੇਂ ਤੂੰ ਪਿੰਡ ਮੁੜਿਆਈ ਉਹ ਫੌਜ 'ਚ ਵਗ ਜੂ ਬਸ ਫਿਰ ਮੌਜਾਂ ਲੁੱਟੀ ਗੱਲ ਜੱਚ ਗਈ ਬਾਬਾ ਉਹਨੂੰ ਕੁੱਕਰ ਨੂੰ ਗੱਲ ਜੱਚ ਗਈ ਜਦੋਂ ਗੱਲ ਜੱਚ ਗਈ ਕਹਿੰਦਾ ਚੱਕ ਬੋਤਲ ਘੁੱਟ ਕੇ ਜੱਫੀ ਪਾ ਲਈ ਕਹਿੰਦਾ ਨਜ਼ਾਰਾ ਲਿਆਤਾ ਸਾਰੀ ਪੀਤੀ ਖਾਧੀ ਦਾ ਮੁੱਲ ਮੋੜਤਾ ਜਿੱਦਾਂ ਓਏ ਲੈ ਬਾਬਾ ਅਗਲਾ ਦਿਨ ਚੜ੍ਹ ਗਿਆ ਕੁੱਕਰ ਹੁਣ ਬਿੱਡ ਲਾਉਂਦਾ ਇੱਕ ਬਿੱਡ ਕੀ ਲਾਉਂਦਾ ਸੁੱਚਾ ਸਿੰਘ ਸੂਰਮੇ ਨੂੰ ਸੁੱਚਾ ਸਿੰਘ ਸੂਰਮੇ ਨੂੰ ਫੌਜ 'ਚ ਭਰਤੀ ਕਰਵਾਉਣ ਦਾ ਵੀ ਬਾਅਦ ਦੇ ਵਿੱਚ ਆਪਾਂ ਐਸ਼ਾਂ ਲੁੱਟਾਂਗੇ ਲੈ ਵੀ ਮਿੱਤਰੋ ਹੁਣ ਬਿੱਡ ਲਾਉਂਦਾ ਫਿਰ ਕੁੱਕਰ ਕਹਿੰਦਾ ਭਰਤੀ ਕਰਾਇਆ ਫੌਜ 'ਚ ਅਗਲਾ ਦਿਨ ਚੜ੍ਹ ਗਿਆ ਬਾਬਾ ਕੁੱਕਰ ਪਾ ਗਿਆ ਸੁੱਚਾ ਸਿੰਘ ਸੂਰਮੇ ਲਵੇ ਜਾ ਕੇ ਊਈਂ ਰੋਣ ਲੱਗ ਗਿਆ ਬਨੌਡੀਏ ਕਹਿੰਦਾ ਕੀ ਹੋ ਗਿਆ ਕਹਿੰਦਾ ਬਾ ਪੁੱਛਣਾ ਯਾਰ ਬਾਹਲਾ ਬੁਰਾ ਹਾਲ ਹੈ ਬਾਹਲਾ ਬੁਰਾ ਹਾਲ ਹੈ ਸੁੱਚਾ ਸਿੰਘ ਸੂਰਮੇ ਲਵੇ ਕਹਿੰਦੇ ਉਦੋਂ 60-70 ਕਿੱਲੇ ਜ਼ਮੀਨ ਦੇ ਸੀਗੇ ਪਰ ਕਿਸਾਨੀ ਦਾ ਹਾਲ ਹੈ ਜਿਹੜਾ ਉਹ ਹੁਣ ਤਾਂ ਚਲੋ ਸਾਧਨ ਆ ਗਏ ਪਰ ਕਿਸਾਨੀ ਦਾ ਜਿਹੜਾ ਉਦੋਂ ਹਾਲ ਸੀਗਾ ਜਿਹੜਾ ਉਹ ਬਾਹਲਾ ਮਾੜਾ ਸੀਗਾ ਉਦੋਂ ਕਿੱਲੇ ਜੇ ਆਪਾਂ ਕਹਿ ਲਈਏ ਵੀ ਜ਼ਿਆਦਾ ਘੱਟ ਇਹ ਕੋਈ ਵੱਡੀ ਗੱਲ ਨਹੀਂ ਸੀ ਕਿਉਂਕਿ ਰੌਣੀ ਨਹੀਂ ਕੀਤੀ ਜਾਂਦੀ ਸੀ ਰਮਾਈ ਨਹੀਂ ਸੀ ਜਾਂਦੇ ਅਤੇ ਸਾਧਨ ਘੱਟ ਹੋਣ ਕਰਕੇ ਪਈ ਸੀ ਬੰਜਰੇ ਊਂ ਤਾਂ 60-70 ਕਹਿੰਦੇ ਨੇ ਪਰ ਪਿੰਡ ਵਾਲੇ ਐਂ ਕਹਿੰਦੇ ਸੀ ਵੀ 80 ਤੋਂ ਵੀ ਵੱਧ ਸੀ ਜ਼ਮੀਨ ਤਾਂ ਲਵੇ 80 ਕਿੱਲਿਆਂ ਤੋਂ ਵੀ ਵੱਧ ਸੀ ਦੋਨਾਂ ਭਰਾਵਾਂ ਕੋਲ ਅਤੇ ਜਾ ਕੇ ਲੱਗ ਗਿਆ ਰੋਣ ਕੁੱਕਰ ਕਹਿੰਦਾ ਭਰਾਵਾ ਜ਼ਮੀਨ ਜਿੰਨੀ ਮਰਜ਼ੀ ਹੈ ਤੇਰੇ ਲਵੇ ਬਥੇਰੀ ਹੈ ਮੇਰੇ ਲਵੇ ਬਥੇਰੀ ਹੈ ਪਰ ਹੈ ਆਪਣਾ ਬੁਰਾ ਹਾਲ ਏ ਕਹਿੰਦਾ ਕੀ ਹੈ ਹੁਣ ਤਾਂ ਕਿਸੇ ਮੇਲੇ 'ਤੇ ਚਲੇ ਜਾਂਦੇ ਹਾਂ ਕੋਈ 2-4 ਰੁਪਈਏ ਦੇ ਦਿੰਦਾ ਮੌਜਾਂ ਕਰ ਲੈਂਦੇ ਹਾਂ ਦਾਰੂ ਆਪਾਂ ਕੱਢ ਕੇ ਪੀ ਲੈਂਦੇ ਹਾਂ ਘਰ ਦੀ ਕੱਲ੍ਹ ਨੂੰ ਜੇ ਕੋਈ ਸੱਟ ਫੇਟ ਲੱਗ ਗਈ ਕੋਈ ਗੱਲਬਾਤ ਹੋ ਗਈ ਭਲਵਾਨੀ ਨਾ ਕਰੀ ਗਈ ਕਿ ਬਣੂ ਕੀ ਆਪਣਾ ਮੈਂ ਤਾਂ ਉਦਾਸ ਹਾਂ ਉਹ ਕਹਿੰਦਾ ਫਿਰ ਭਾਈ ਹੁਣ ਇਹਦਾ ਹੱਲ ਵੀ ਕੀ ਹੈ ਜ਼ਿੰਦਗੀ ਤਾਂ ਜਿਉਣੀ ਹੈ ਉਹ ਕਹਿੰਦਾ ਨਾ ਕਹਿੰਦਾ ਮੈਨੂੰ ਇੱਕ ਸਕੀਮ ਸੁੱਝੀ ਹੈ ਮੈਂ ਤੈਨੂੰ ਗੱਲ ਦੱਸਦਾ ਮੈਨੂੰ ਪਤਾ ਲੱਗਿਆ ਭੀਖੀ ਆਪਣੇ ਜਿਹੜੇ ਭੀਖੀ ਵਾਲੇ ਫਲਾਣੇ ਜੈਲਦਾਰ ਕੇ ਸੀ ਨਾ ਉਹਨਾਂ ਨੇ ਆਪਦੇ 2-3 ਮੁੰਡੇ ਕਰਵਾ ਤੇ ਫੌਜ 'ਚ ਭਰਤੀ ਅਤੇ ਜਿੱਦਾਂ ਦੇ ਫੌਜ 'ਚ ਭਰਤੀ ਹੋਏ ਨੇ ਕਹਿੰਦਾ ਸਾਰਿਆਂ ਲਵੇ ਨਵੇਂ ਸਾਈਕਲ ਨੇ ਉਦੋਂ ਜ਼ਮਾਨੇ ਦੇ ਹਿਸਾਬ ਨਾਲ ਕਹਿੰਦਾ ਮੁੰਡਾ ਬੰਬੂ ਕੱਟ ਲੈਣ ਨੂੰ ਫਿਰਦਾ ਫੌਜੀ ਹੁਣ ਨਜ਼ਾਰੇ ਲਵਾਂਗੇ ਆਪਾਂ ਜ਼ਿੰਦਗੀ ਦਾ ਆਨੰਦ ਲਵਾਂਗੇ ਆਪਾਂ ਵੀ ਆਪਾਂ ਕੀ ਘੱਟਾਂ ਕਿਸੇ ਨਾਲੋਂ ਭੱਜਣ ਨੱਠਣ ਨੂੰ ਆਪਾਂ ਘੱਟ ਨਹੀਂ ਹੈਗੇ ਕੱਦ ਕਾਠ ਆਪਣੇ ਬਥੇਰੇ ਵੱਡੇ ਨੇ ਆਪਾਂ ਫੌਜ 'ਚ ਭਰਤੀ ਹੋਈਏ ਜਿਹੜੀ ਸਾਡੀ ਕਿਸਮਤ ਹੈ ਜਿਹੜੀ ਕਿਸਮਤ ਹੈ ਕਿਸਮਤ ਵਾਲੀ ਅੱਟੀ ਦੇ ਤਾਂਗੇ ਉਲਝੇ ਪਏ ਨੇ ਸੁੱਚਾ ਸਿਆਂ ਗਰੀਬੀ ਤਾਂ ਨਿਕਲੂ ਘਰੋਂ ਜੇ ਫੌਜ 'ਚ ਭਰਤੀ ਹੋਵਾਂਗੇ ਅਤੇ ਜੇ ਫੌਜ 'ਚ ਭਰਤੀ ਹੋਵਾਂਗੇ 4 ਪੈਸੇ ਆਉਣਗੇ ਫਿਰ ਇਹ ਕਹਿੰਦਾ ਵਿਆਹ ਕਰਾਉਣ ਦਾ ਫਾਇਦਾ
ਜੇ ਲਿਆਂਦੀ ਤਾਂ ਸਹੀ ਚੂੜੇ ਵਾਲੀ ਡੋਲੇ ਵਾਲੀ, ਉਹਨੂੰ ਕਿੱਥੋਂ ਖਵਾਵਾਂਗੇ, ਜਵਾਕਾਂ ਨੂੰ ਕਿੱਥੋਂ ਖਵਾਵਾਂਗੇ। ਕਹਿੰਦਾ ਐਂ ਵਿਆਹ ਕਰਾਉਣ ਦਾ ਵੀ ਫਾਇਦਾ ਨਹੀਂ, ਪਹਿਲਾਂ ਫੌਜ 'ਚ ਭਰਤੀ ਹੋਵਾਂਗੇ ਫਿਰ ਵਿਆਹ ਕਰਾਵਾਂਗੇ ਫਿਰ ਜ਼ਿੰਦਗੀ ਦੇ ਸ਼ੌਂਕ ਪੂਰੇ ਕਰਾਂਗੇ। ਹੁਣ ਬਿੱਡ ਲਾਉਂਦਾ ਕੁੱਕਰ ਬਾਬਾ, ਕਹਿੰਦਾ ਪਤਾ ਕੀ ਹੈ, ਕਹਿੰਦਾ ਕਿਸਾਨ ਤੋਤਾ, ਜੱਟ ਤਾਂ ਕਹਿੰਦਾ ਸਾਰੀ ਉਮਰ ਕਮਾਉਂਦਾ ਮਰ ਜਾਂਦਾ, ਉਹ ਬਾਈ ਜੱਟ ਕਹਿੰਦਾ ਸਾਰੀ ਉਮਰ ਕਮਾਉਂਦਾ ਮਰ ਜਾਂਦਾ, ਪਰ ਜੱਟੀ ਦੇ ਬੰਦ ਨਹੀਂ ਬਣਦੇ, ਜੱਟੀ ਦੇ ਬੰਦ ਨਹੀਂ ਬਣਦੇ, ਦੋ ਟੂਮਾਂ ਨਹੀਂ ਜੁੜਦੀਆਂ। ਹੁਣ ਕੁੱਕਰ ਮਗਰ ਮੱਛ ਦੇ ਹੰਝੂ ਸਿੱਟ ਕੇ ਸੁੱਚਾ ਸਿੰਘ ਸੂਰਮੇ ਦੇ ਗੋਡੇ ਕੋਲੇ ਬਹਿ ਕੇ ਬਾਬਾ ਜਿਹੜੀਆਂ ਜਿਹੜੀਆਂ ਗੱਲਾਂ ਕਹਿੰਦਾ, ਹਰਪਾਲ ਸਿੰਘ ਸ਼ਮਲਾ ਸਾਹਿਬ ਦੀ ਕਲਮ ਨੇ ਜੋ ਗੱਲਾਂ ਲਿਖੀਆਂ ਨੇ ਸਮੇਂ ਦਾ ਵਰਣਨ, ਦੱਸ ਬਾਬਾ ਕੀ ਲਿਖਿਆ। ਹੋ ਕੁੱਕਰ ਕਹਿੰਦਾ ਸੁੱਚੇ ਬਾਈ, ਖੇਤੀ ਜਾਂਦੀ ਰਗੜੇ ਲਾਈ, ਵੇਚੀ ਫਸਲ ਵਚੀ ਨਾ ਕਾਈ, ਲਾਣਦੀ ਐਸੀ ਖੱਟੀ ਦੇ, ਉਹ ਮਰਜੇ ਜੱਟ ਕਮਾਈਆਂ ਕਰਦਾ, ਬੰਦ ਨਾ ਬਣਦੇ ਜੱਟੀ ਦੇ, ਮਰਜੇ ਜੱਟ ਕਮਾਈਆਂ ਕਰਦਾ। ਲਾਲੇ ਕਿਵੇਂ ਵਿਆਜ ਲਗਾਉਂਦੇ, ਲਾਲੇ ਕਿਵੇਂ ਵਿਆਜ ਲਗਾਉਂਦੇ, ਨੁਕਤੇ ਸਮਝ ਵਿੱਚ ਨਹੀਂ ਆਉਂਦੇ, ਕਰਜ਼ੇ ਵਾਲੇ ਖੂਹ ਵਿੱਚ ਪਾਉਂਦੇ ਜਿਹੜੇ ਪੈਸੇ ਬੱਟੀ ਦੇ, ਮਰਜੇ ਜੱਟ ਕਮਾਈਆਂ ਕਰਦਾ, ਬੰਦ ਨਹੀਂ ਬਣਦੇ ਜੱਟੀ ਦੇ, ਮਰਜੇ ਜੱਟ ਕਮਾਈਆਂ ਕਰਦਾ। ਤਾਹੀ ਪਾ ਕੋਠੀਆਂ ਲੈਂਦੇ, ਮਾਲਕ ਮਿਲਾ ਦੇ ਬਣਵੈਂਦੇ, ਸਾਡੇ ਕੋਠੇ ਚੋਂਦੇ ਰਹਿੰਦੇ, ਬੜੇ ਦਸੌਂਟੇ ਕੱਟੀ ਦੇ, ਉਹ ਮਰਜੇ ਜੱਟ ਕਮਾਈਆਂ ਕਰਦਾ, ਵੰਦ ਨਹੀਂ ਬਣਦੇ ਜੱਟੀ ਦੇ, ਮਰਜੇ ਜੱਟ ਕਮਾਈਆਂ ਕਰਦਾ। ਆਪਾਂ ਕੀਤੀ ਕਦੇ ਸਲਾਹ ਨਹੀਂ, ਆਪਾਂ ਕੀਤੀ ਕਦੇ ਸਲਾਹ ਨਹੀਂ, ਮੈਂ ਕਰਵਾਉਣਾ ਚਾਹੁੰਦਾ ਵਿਆਹ ਨਹੀਂ, ਹੋ ਮੈਥੋਂ ਪੂਰੇ ਹੋਣੇ ਚਾਹ ਨਹੀਂ, ਮੈਥੋਂ ਪੂਰੇ ਹੋਣੇ ਚਾਹ ਨਹੀਂ, ਜੱਟੀ ਫੈਸ਼ਨ ਪੱਟੀ ਦੇ, ਹੋ ਮਰਜੇ ਜੱਟ ਕਮਾਈਆਂ ਕਰਦਾ, ਬੰਦ ਨਹੀਂ ਬਣਦੇ ਜੱਟੀ ਦੇ, ਹੋ ਮਰਜੇ ਜੱਟ ਕਮਾਈਆਂ ਕਰਦਾ। ਆਪਾਂ ਜੱਟਾਂ ਦੇ ਹਾਂ ਮੁੰਡੇ, ਆਪਾਂ ਜੱਟਾਂ ਦੇ ਹਾਂ ਮੁੰਡੇ, ਸਾਥੋਂ ਬਣਜ ਵੀ ਕਿੱਥੇ ਹੁੰਦੇ, ਵੇਚ ਨਹੀਂ ਸਕਦੇ ਕਦੇ ਮਰੁੰਡੇ, ਕੈਦੀ ਬਣ ਕੇ ਹੱਟੀ ਦੇ, ਹੋ ਮਰਜੇ ਜੱਟ ਕਮਾਈਆਂ ਕਰਦਾ, ਹਵੰਦ ਨਹੀਂ ਬਣਦੇ ਜੱਟੀ ਦੇ, ਮਰਜੇ ਜੱਟ ਕਮਾਈਆਂ ਕਰਦਾ। ਸਾਡੇ ਵਰਗੇ ਜੱਟ ਅਭਾਗੇ, ਫੌਜੀ ਬਣ ਕੇ ਬਣੇ ਸੁਭਾਗੇ, ਜਾਂਦੇ ਸੁਲਝੇ ਨੇ ਉਲਝੇ ਤਾਗੇ, ਕਿਸਮਤ ਵਾਲੀ ਅੱਟੀ ਦੇ, ਮਰਜੇ ਜੱਟ ਕਮਾਈਆਂ ਕਰਦਾ, ਬੰਦ ਨਹੀਂ ਬਣਦੇ ਜੱਟੀ ਦੇ, ਮਰਜੇ ਜੱਟ ਕਮਾਈਆਂ ਕਰਦਾ। ਲੋਹੇ ਵਰਗੇ ਜੱਟ ਪੰਜਾਬੀ, ਅਫਸਰ ਬਣਦੇ ਬਹੁਤ ਸਤਾਬੀ, ਉਸ ਤੋਂ ਬਾਅਦ ਕਰਾਂਗੇ ਸ਼ਾਦੀ, ਵਾਦੇ ਯਾਰੀ ਖੱਟੀ ਦੇ, ਹੋ ਮਰਜੇ ਜੱਟ ਕਮਾਈਆਂ ਕਰਦਾ, ਹੋ ਵੰਦ ਨਹੀਂ ਬਣਦੇ ਜੱਟੀ ਦੇ,
ਮਰ ਜੇ ਜੱਟ ਕਮਾਈਆਂ ਕਰਦਾ ਹੋ ਐਸੇ ਸਬਜ ਬਾਗ ਦਿਖਲਾਏ ਸੁੱਚਾ ਸਿੰਘ ਦੇ ਦੈਲ ਕਮਾਏ ਐਸੇ ਸਬਜ ਬਾਗ ਦਿਖਲਾਏ ਸੁੱਚਾ ਸਿੰਘ ਦੇ ਦੈਲ ਕਮਾਏ ਸ਼ਮਲੇ ਬਾਲਾ ਆਖੀ ਜਾਏ ਸ਼ਮਲੇ ਬਾਲਾ ਆਖੀ ਜਾਏ ਚੋਪਰੀ ਏਦਾ ਪੱਟੀ ਦੇ ਸੁੱਚਾ ਸਿੰਘ ਸੂਰਮੇ ਦੇ ਕੋਲੇ ਸਿੱਟ ਕੇ ਮਗਰ ਮੱਛ ਦੇ ਹੰਝੂ ਕੁੱਕਰ ਨੇ ਤਿਆਰ ਕਰ ਲਿਆ ਬਾਬਾ ਫੌਜ 'ਚ ਭਰਤੀ ਹੋਣ ਨੂੰ। ਉਹ ਕਹਿੰਦਾ ਯਾਰ ਜੇ ਆ ਗੱਲ ਹੈ ਗੱਲ ਤਾਂ ਤੇਰੀ ਸਹੀ ਹੈ ਯਾਰ, ਆਪਣੀ ਵੀ ਗਰੀਬੀ ਚੱਕੀ ਜਾਊ। ਸੁੱਚਾ ਸਿੰਘ ਸੂਰਮਾ ਅਤੇ ਕੁੱਕਰ ਦੋਨੇ ਜਣੇ ਚੜ੍ਹੇ ਰੇਲ ਗੱਡੀ ਫਿਰੋਜ਼ਪੁਰ ਬਾਗੇ। ਹੁਣ ਕੱਦ ਪਿੰਡ ਪੂਰਾ ਵਧੀਆ ਸੀਗਾ ਜੀ, ਇਹਨਾਂ ਨੂੰ ਕਿਹੜਾ ਕੋਈ ਡਿੱਕਾ ਲੱਗਣਾ ਸੀ, ਭੱਜਣ ਨੱਠਣ ਦੀ ਕੋਈ ਭੱਜਣ ਨੱਠਣ ਵਾਲੀ ਚੱਕਰੇ ਕੋਈ ਨਹੀਂ ਸੀ, ਭਲਵਾਨ ਸੀਗੇ ਬੰਦੇ ਚਾਰ ਗੇੜੇ। ਜਿਨ੍ਹਾਂ ਨੇ ਭਰਤੀਆਂ ਦੇਖੀ ਉਹਨਾਂ ਨੂੰ ਪਤਾ ਹੋਊ 1600 ਮੀਟਰ ਦਾ 400 ਮੀਟਰ ਦਾ ਟਰੈਕ ਹੁੰਦਾ ਅਤੇ ਹੁਣ 1600 ਮੀਟਰ ਰੇਸ਼ ਹੈ। ਫੌਜ ਦੀ ਭਰਤੀ ਕਿਸੇ ਨੇ ਦੇਖਣੀ ਹੋਵੇ 5 ਮਿੰਟ 20 ਸਕਿੰਟਾਂ 'ਚ ਲਾਉਣੀ ਪੈਂਦੀ ਹੈ ਰੇਸ਼। ਉਹ ਉਦੋਂ ਪਹਿਲਾਂ ਵੀ ਮੁੰਡੇ ਲਾਉਂਦੇ ਨੇ ਐਕਸੀਡੈਂਟ ਮਾਰਦੇ ਨੇ, ਉਦੋਂ ਜਿਹੜੇ ਮਿਹਨਤੀ ਮੁੰਡੇ ਨੇ। ਹੁਣ ਜਦੋਂ ਬਾਬਾ ਚਾਰ ਗੇੜੇ ਦੇਣੇ ਸੀਗੇ ਟਰੈਕ ਦੇ ਬਾੜਿਆਂ ਵਿੱਚ, ਸੁੱਚਾ ਸਿੰਘ ਸੂਰਮੇ ਅਤੇ ਘੁੱਕਰ ਨੂੰ, ਇਹ ਤਾਂ ਸੁੱਚਾ ਸਿੰਘ ਅਤੇ ਘੁੱਕਰ ਨੂੰ ਭੱਜਣਾ ਗੱਲ ਕੁਛ ਨਹੀਂ ਸੀ, ਪਰ ਜਦੋਂ ਤੀਜਾ ਗੇੜਾ ਆਇਆ ਇਹਨੇ ਤਾਂ ਹੁਣ ਇਹਨੂੰ ਭਰਤੀ ਕਰਾ ਕੇ ਮੁੜਨਾ ਸੀਗਾ। ਸੁੱਚਾ ਸਿੰਘ ਸੂਰਮੇ ਦਾ ਬਾਬਾ ਚਾਰੇ ਗੇੜੇ ਦੇ ਤੇ, ਉਹ ਤਾਂ ਹੋ ਗਿਆ ਸਿਲੈਕਟ। ਇਹ ਤੀਜੇ ਗੇੜੇ ਉਈ ਬੱਖੀ ਜੀ ਫੜ ਕੇ ਬਹਿ ਗਿਆ, ਕਹਿੰਦਾ ਬਾਈ ਮੇਰੇ ਤਾਂ ਪਤਾ ਨਹੀਂ ਕੀ ਹੋ ਗਿਆ, ਢਿੱਡ 'ਚ ਦਰਦ ਹੋਣ ਲੱਗ ਗਿਆ ਸੀ, ਮੇਰੇ ਤੋਂ ਤਾਂ ਨਹੀਂ ਭੱਜਿਆ ਜਾਣਾ, ਮੈਂ ਰਹਿ ਗਿਆ ਬਾਈ ਓਏ। ਉਹ ਬਾਈ ਤੂੰ ਭਰਤੀ ਹੋ ਗਿਆ, ਪਹਿਲਾਂ ਪੜ੍ਹਾਈ ਲਿਖਾਈ ਦੇਖਦੇ ਨਹੀਂ ਸੀ ਹੁੰਦੇ, ਜਦੇ ਐਵੇਂ ਸੋਹਣਾ ਚੰਗਾ ਜਵਾਨ ਦੇਖ ਕੇ ਉਹਨੂੰ ਭਰਤੀ ਕਰ ਲੈਂਦੇ। ਸੁੱਚਾ ਸਿੰਘ ਸੂਰਮੇ ਨੂੰ ਤਾਂ ਦਿੱਤਾ ਜੁਆਇਨਿੰਗ ਲੈਟਰ ਬਾਬਾ ਉਹਨਾਂ ਨੇ, ਜਦੇ ਕਹਿੰਦੇ ਲੈ ਵੀ ਮਿੱਤਰਾ ਤੂੰ ਭਰਤੀ ਹੈ, 4-5 ਦਿਨਾਂ ਬਾਅਦ ਆ ਕੇ ਟਰੰਕ ਚੱਕ ਲਿਆਈ ਆਪਦਾ, ਆ ਜਾ। ਹੁਣ ਘੁੱਕਰ ਰਹਿ ਗਿਆ, ਜਦੋਂ ਆ ਕੇ ਕਾਗਜ਼ ਦਿਖਾਇਆ ਕਹਿੰਦਾ ਦੇਖ ਲੈ ਮੈਂ ਤਾਂ ਹੋ ਗਿਆ ਭਰਤੀ ਹੋਏ। ਘੁੱਕਰ ਕਹਿੰਦਾ ਬਾਈ ਯਾਰ ਬੜਾ ਹੋਏ, ਤੇਰਾ ਤਾਂ ਮੈਨੂੰ ਵਿਛੋੜਾ ਝੱਲਣੀ ਬਹੁਤ ਔਖਾ ਹੋ ਜੂ ਯਾਰ, ਮੈਂ ਤੇਰੇ ਬਿਨਾਂ ਕਿਵੇਂ ਰਹੂੰਗਾ। ਸੁੱਚਾ ਸਿੰਘ ਨੇ ਕਾਗਜ਼ ਕੱਢ ਲਿਆ, ਕਹਿੰਦਾ ਮੈਨੂੰ ਘੁੱਕਰਾ ਤੇਰੇ ਨਾਲੋਂ ਨੌਕਰੀ ਪਿਆਰੀ ਨਹੀਂ, ਜੇ ਕਹੇ ਤੂੰ ਯਾਰ ਮੇਰਾ ਯਾਰ ਹੈ, ਜੇ ਨਹੀਂ ਜੀ ਲੱਗਣਾ ਪਾੜ ਦਿੰਦੇ ਕਾਗਜ਼ ਆਪਾਂ ਚੱਲ ਚੱਲੀਏ ਪਿੰਡ ਛੱਡ ਪਰਾਂ। ਜਦੇ ਬਦਲ ਗਿਆ ਬਾਬਾ, ਉਹਨੇ ਆਖਿਆ ਵੀ ਆਪਾਂ ਤਾਂ ਇਹਨੂੰ ਤਾਂ ਰਾਤ ਰੋੜੇ ਨੂੰ ਚੱਕਣ ਆਏ ਸੀਗੇ, ਜੇ ਪਤੰਦਰ ਇਹ ਦੁਬਾਰੇ ਮੁੜ ਗਿਆ ਪਿੰਡ ਨਾਲ ਫਿਰ ਦੱਦ ਲੱਗੂ, ਆਪਾਂ ਤਾਂ ਵੀਰੋ ਕਰਕੇ ਇਹਨੂੰ ਭਰਤੀ ਕਰਾਉਣ ਆਏ ਸੀਗੇ। ਕਹਿੰਦਾ ਨਾ ਬਾਈ ਇਹ ਕੰਮ ਨਾ ਕਰਦੀ। ਕਹਿੰਦਾ ਭਰਤੀ ਤਾਂ ਮਹੀਨੇ ਬਾਅਦ ਫੇਰ ਆਜੂ, ਭਰਤੀ ਮਹੀਨੇ ਬਾਅਦ ਫੇਰ ਆਜੂ ਮੇਰੇ ਤੋਂ। ਮੈਂ ਹੁਣ ਪਿਛਲੇ ਕਈ ਦਿਨ ਨਾ ਦਾਰੂ ਦੂਰੂ ਜੀ ਵੱਧ ਪੀ ਗਿਆ, ਵਿਆਹਾਂ ਸ਼ਾਦੀਆਂ 'ਚ ਗਏ ਸੀਗੇ ਤਾਂ ਨਹੀਂ ਭੱਜਿਆ ਗਿਆ, ਮੈਂ ਹੁਣ ਦੁਬਾਰੇ ਤਿਆਰੀ ਕਰਕੇ ਅਗਲੇ ਮਹੀਨੇ ਮੈਂ ਉਦੋਂ ਟਰਾਇਲ ਦਊਂਗਾ, ਤੂੰ ਹੋ ਜਾ ਭਰਤੀ ਕੋਈ ਚੱਕਰ ਨਹੀਂ, ਪਿੰਡ ਦੀ ਫਿਕਰ ਨਾ ਕਰੀ ਮੈਂ ਸਾਂਭੂਗਾ। ਲਓ ਜੀ ਸੁੱਚਾ ਸਿੰਘ ਸੂਰਮਾ ਤਾਂ ਹੋ ਗਿਆ ਫੌਜ ਦੇ ਵਿੱਚ ਭਰਤੀ, ਸੁੱਚਾ ਸਿੰਘ ਤਾਂ ਹੋ ਗਿਆ ਫੌਜ ਦੇ ਵਿੱਚ ਭਰਤੀ। ਫਿਰ ਜਿਹੜਾ ਬੇਈਮਾਨਾ ਜਿਹੜੀ ਦਿਲ ਦੇ ਵਿੱਚ ਮਾੜੀ ਕਰਤੂਤ ਧਾਰ ਕੇ ਇਹ ਸੁੱਚਾ ਸਿੰਘ ਸੂਰਮੇ ਨੂੰ ਫੌਜ ਦੇ ਵਿੱਚ ਕਰਾ ਕੇ ਭਰਤੀ, ਘੁੱਕਰ ਪਿੰਡ ਆ ਗਿਆ, ਘੁੱਕਰ ਪਿੰਡ ਆ ਗਿਆ, ਘੁੱਕਰ ਨੇ ਚੱਕ ਲਈ ਅੱਤ। ਅੱਤ ਕੀ ਚੱਕ ਲਈ? ਪਹਿਲਾਂ ਤਾਂ ਘੁੱਕਰ ਨੂੰ ਕਹਿੰਦੇ ਸੀ ਘੁੱਕਰ ਮੱਲ, ਫਿਰ ਜਦੋਂ ਇਹ ਬੈਲ ਕਮਾਉਣ ਲੱਗ ਗਿਆ ਬਾਬਾ, ਫਿਰ ਇਹਨੂੰ ਹੁਣ ਆਹ ਜਿਹੜਾ ਸਮਾਂ ਚੱਲ ਰਿਹਾ ਇਹਨੂੰ ਕਹਿਣ ਲੱਗ ਗਏ ਜੀ ਘੁੱਕਰ ਬੈਲੀ, ਬੈਲੀ ਲੱਗ ਗਿਆ ਇਹਦੇ ਨਾਲ ਨਾਂ ਦੇ ਨਾਲ। ਅਤੇ ਹੁਣ ਇਹ ਬੈਲ ਕਮਾਉਂਦਾ ਫਿਰਦਾ ਬਾਬਾ, ਇਹਨੇ ਭਾਗ ਜਿਹੜਾ ਭਾਗ ਸੀ ਜਿਹੜਾ ਝੋਲੀ ਚੱਕ ਸਕੀਮਾਂ ਲੜਾ ਕੇ ਇਹਨਾਂ ਨੇ ਬੀਰੋ ਕਰ ਲਈ ਬੱਸ 'ਚ।
ਇੱਥੇ ਲਿਖ ਕੇ ਲਿਖਦਾ ਇੱਕ ਗੱਲ, ਹੋ ਕੁੱਕਰ ਦੇ ਘਰ ਲਿਆਂਦੀ ਸਦਕੇ ਵੀਰੋ ਭਾਗ ਵਿਚੋਲੇ ਨੇ, ਕੁੱਕਰ ਦੇ ਘਰ ਲਿਆਂਦੀ ਸਦਕੇ ਵੀਰੋ ਭਾਗ ਵਿਚੋਲੇ ਨੇ, ਤੇ ਬਿਰਸ਼ ਇਸ਼ਕ ਦਾ ਲਾਉਣਾ ਮੁਸ਼ਕਿਲ ਦਿਲ ਤਿੰਨਾਂ ਦੇ ਡੋਲੇ ਨੇ, ਹੋ ਮੈਂ ਤੇਰੀ ਤੂੰ ਮੇਰਾ ਵਾਲੇ ਕੌਲ ਪਗਾ ਲੇ ਦੋਹਾਂ ਨੇ, ਵਿੱਚ ਬਣਾ ਲਿਆ ਭਾਗ ਵਿਚੋਲਾ ਦਿਲ ਬਦਲਾ ਲੇ ਦੋਹਾਂ ਨੇ, ਭਾਗ ਨੂੰ ਵਿਚੋਲਾ ਬਣਾ ਲਿਆ, ਹੋ ਬੇਸ਼ਰਮੀ ਦੀ ਕਰੂ ਰੋਸ਼ਨੀ ਵੀਰੋ ਚੰਦ ਚੜਾ ਬੈਠੀ, ਬੇਸ਼ਰਮੀ ਦੀ ਕਰੂ ਰੋਸ਼ਨੀ ਹੋ ਵੀਰੋ ਚੰਦ ਚੜਾ ਬੈਠੀ, ਦੇਵਰ ਨੇ ਸੀ ਪੱਗ ਬਦਲਾਈ ਤੇ ਭਾਬੀ ਦਿਲ ਬਦਲਾ ਬੈਠੀ, ਹੋ ਖਤਰੇ ਮੌਤ ਪੱਗ ਤੇ ਜੱਗ ਦੇ ਦਿਲੋਂ ਭੁਲਾ ਲੇ ਦੋਹਾਂ ਨੇ, ਹੋ ਵਿੱਚ ਬਣਾ ਲਿਆ ਭਾਗ ਵਿਚੋਲਾ ਦਿਲ ਬਦਲਾ ਲੇ ਦੋਹਾਂ ਨੇ, ਭਾਗ ਨੂੰ ਵਿਚੋਲਾ ਬਣਾ ਕੇ ਦੋਨੇ ਜਾਣੇ, ਕਿਉਂਕਿ ਵੀਰੋ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰਕੇ ਹਟਿਆ ਵੀ ਉਹਦਾ ਪਹਿਲਾਂ ਤੋਂ ਹੀ ਉਹਦਾ ਪੱਲਾ ਚੱਕਿਆ ਹੋਇਆ ਸੀਗਾ ਸ਼ਰਮ ਵਾਲਾ, ਉਹ ਪਹਿਲਾਂ ਤੋਂ ਜੇ ਕਹਿ ਦਈਏ ਕਰੈਕਟਰ ਦੇ ਵਿੱਚ ਫਾਲਟ ਸੀਗਾ, ਤੇ ਨਰੈਣਾ ਵਿਚਾਰਾ ਸਿੱਧਾ ਸਾਦਾ ਦੇਸੀ ਜੱਟ ਮੇਲ ਨਾ ਰਲਿਆ ਕੁੱਕਰ ਦੇ ਨਾਲ, ਬਾਬਾ ਜਦੋਂ ਗੱਲਾਂ ਹੋਣ ਲੱਗ ਗਈਆਂ ਪਿੰਡ ਦੇ ਵਿੱਚ ਆਲੇ ਦੁਆਲੇ ਜਿਹੜਾ ਵੀ ਮਿਲੇ ਫਿਰ ਨਾ ਫਿਰ ਲੋਕ ਬਾਬਾ ਟਚਕਾਰੀਆਂ ਲਾ ਲਾ ਵੀ ਗੱਲਾਂ ਕਰਨ ਲੱਗ ਜਾਂਦੇ ਨੇ ਫਿਰ, ਕਿਉਂਕਿ ਬਾਈ ਫਿਰ ਅਗਲਾ ਸਵਾਦ ਲੈਂਦਾ ਕਿਸੇ ਦੇ ਘਰ ਲੱਗੀ ਅੱਗ ਦੇਖ ਕੇ, ਹੁਣ ਨਰੈਣਾ ਵਿਚਾਰਾ ਜੇ ਕੁਝ ਬੋਲਣ ਦੀ ਕੋਸ਼ਿਸ਼ ਕਰਿਆ ਕਰੇ ਕੁੱਕਰ ਭੱਜ ਕੇ ਪਿਆ ਕਰੇ ਉਹਨੂੰ, ਇੱਥੋਂ ਤੱਕ ਵੀ ਜੇ ਨਰੈਣਾ ਨਾ ਵਿਚਾਰਾ ਕੁਝ ਕਹਿਣ ਦੀ ਕੋਸ਼ਿਸ਼ ਕਰਿਆ ਕਰੇ ਬਾਬਾ ਇੱਕ ਦੋ ਵਾਰੀ ਕਹਿੰਦੇ ਥੱਪੜ ਥੱਪੜ ਵੀ ਮਾਰੇ, ਨਰੈਣੇ ਨੂੰ ਕੁੱਟਿਆ ਕਰਨ ਘਰੇ ਜਾ ਕੇ, ਜੇ ਉਹ ਕਿਹਾ ਕਰੇ ਵੀ ਮੈਂ ਮੇਰੇ ਭਾਈ ਨੂੰ ਦੱਸੂ ਤੇਰੀਆਂ ਕਰਤੂਤਾਂ ਵੀਰੋ, ਮੈਂ ਸੁੱਚੇ ਨੂੰ ਦੱਸ ਦੂੰ, ਜਦੋਂ ਵੀਰੋ ਜਾ ਕੇ ਕਹਿੰਦਾ ਕਰੇ ਵੀ ਗੱਲ ਸੁਣ ਲੈ ਕੁੱਕਰਾ, ਉਹ ਜਾ ਮੈਨੂੰ ਨਰੈਣਾ ਅੱਜ ਐਂ ਕਹਿੰਦਾ ਸੀ, ਮੈਨੂੰ ਐਂ ਕਹਿੰਦਾ ਸੀ ਵੀ ਦੱਸੂ, ਘਰੇ ਆ ਕੇ ਦਾਰੂ ਦੇ ਨਾਲ ਰੱਜ ਕੇ ਭਾਗ ਤੇ ਕੁੱਕਰ ਨਰੈਣੇ ਨੂੰ ਕੁੱਟਿਆ ਕਰਨ, ਫਿਰ ਦੁਖੀ ਬੰਦਾ ਲਾਚਾਰ ਬੰਦਾ ਕੀ ਕਰ ਸਕਦਾ, ਬੇਬਸ ਹੋਇਆ ਹੋਇਆ ਬੰਦਾ, ਵੀਰੋ ਨੂੰ ਬਿਠਾ ਲਿਆ ਇੱਕ ਦਿਨ, ਆਪਦੇ ਘਰ ਵਾਲੀ ਨੂੰ ਬਿਠਾ ਲਿਆ, ਕੀ ਕਰਦਾ ਹੱਥ ਬੰਨ ਲਏ, ਕਹਿੰਦਾ ਵੀਰੋ ਜਿਹੜੇ ਲੱਛਣ ਤੈਂ ਫੜ ਲਏ ਇਹਨਾਂ ਲੱਛਣਾਂ ਦੇ ਨਾਲ ਬਸਦੇ ਘਰਾਂ ਨੂੰ ਜਿੰਦੇ ਲੱਗ ਜਾਂਦੇ ਨੇ, ਚੁੱਲ੍ਹਿਆਂ ਦੇ ਵਿੱਚ ਘਾਹ ਉੱਗ ਪੈਂਦਾ, ਵੀਰੋ ਤੈਨੂੰ ਬੇਨਤੀ ਕਰਦਾ ਮੈਂ ਕੁਛ ਕਰ ਨਹੀਂ ਸਕਦਾ, ਮੈਂ ਲਾਚਾਰ ਹਾਂ, ਆਹ ਹੱਥ ਬੰਨਦਾ ਤੇਰੇ ਮੂਹਰੇ, ਇਹ ਕੰਮ ਛੱਡ ਦੇ, ਨਹੀਂ ਆਪਣੇ ਕਹਿੰਦਾ ਇੱਕ ਨਹੀਂ ਜੇ ਤੂੰ ਕਹੇ ਵੀ ਇਕੱਲਾ ਆਪਣਾ ਜਾਂ ਇਕੱਲਾ ਕੁੱਕਰ ਦਾ, ਤਿੰਨ ਘਰ ਪੱਟੇ ਜਾਣਗੇ ਤਿੰਨ ਜੇ ਤੂੰ ਨਾ ਹਟੀ, ਮੈਨੂੰ ਮੇਰੇ ਭਾਈ ਨੂੰ ਦੱਸਣਾ ਪਊ ਅੱਕ ਕੇ, ਸੁੱਚਾ ਸੋ ਸੂਰਮੇ ਨੂੰ ਕੋਈ ਚੰਦ ਨਵਾਂ ਚੜੂਗਾ, ਜੇ ਤੂੰ ਹੱਥ ਬੰਨਿਆ ਤੋਂ ਨਹੀਂ ਮੰਨਦੀ ਵੀਰੋ ਮੈਂ ਤੇਰੇ ਪੈਰੀਂ ਆਪਦੀ ਪੱਗ ਧਰ ਦਿੰਦਾ, ਲਓ ਜੀ ਹਰ ਹੀਲਾ ਵਰਤ ਲਿਆ, ਹਰੇਕ ਹੀਲਾ ਵਰਤ ਕੇ ਦੇਖ ਲਿਆ ਉਹਨੇ, ਮਿੰਨਤਾਂ ਕਰ ਲਈਆਂ, ਪਹਿਲਾਂ ਘੂਰ ਕੇ ਦੇਖ ਲਈ, ਪਰ ਘੂਰ ਨਰੈਣੇ ਦੀ ਘੂਰ ਕਾਹਨੂੰ ਮੰਨਦੀ ਹੈ, ਉਹਦੇ ਚੱਕਰ ਵਾਲੇ ਸੀਗੇ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ, ਨਾ ਲੋਟ ਆਈ ਭਾਈ, ਹਾਂ ਆਹ ਗਲਾਸ ਜਾ ਨਾ ਹਵਾ ਨਾਲ ਉੱਡਦਾ, ਗਲਾਸ ਹਵਾ ਨਾਲ ਉੱਡਦਾ, ਐਂ ਕਹਿੰਦਾ ਪਤਾ ਕੀ ਕਹਿੰਦਾ, ਕਹਿੰਦਾ ਮੈਂ ਹੁਣ ਕੀ ਕਰਾਂ, ਮੈਂ ਤਾਂ ਪੀਨਾ ਗਲਾਸ ਮੇਰੇ ਕੋਲ ਆਪ ਤੁਰਿਆ ਆਉਂਦਾ, ਕਹਿੰਦਾ ਲੈ
ਚੱਜ ਨਾਲ ਕੱਟਣ ਦੇ ਤੇਰੇ ਚਰਖੇ ਨੂੰ ਦੋਸ਼ ਦਿੰਦੀ ਹਾਂ। ਅਤੇ ਹਰੇਕ ਹੀਲਾ ਵਰਤ ਕੇ ਦੇਖ ਲਿਆ ਜੀ, ਵੀਰੋ ਲੈਣ 'ਤੇ ਨਾ ਆਈ ਬਾਬਾ। ਫਿਰ ਨਰਾਇਣ ਸਿੰਘ ਨੇ ਸੋਚਿਆ ਵੀ ਮਨਾ, ਪਿੰਡ ਦੇ ਵਿੱਚ ਗੱਲਾਂ ਹੋਣ ਲੱਗ ਗਈਆਂ, ਪਿੰਡ ਦੇ ਵਿੱਚ ਕੀ ਗੱਲਾਂ ਹੋਣ ਲੱਗ ਗਈਆਂ, ਟਿੱਚਰਾਂ ਕਰਨ ਲੱਗ ਗਏ ਲੋਕ। ਜਿੱਥੇ ਜਿੱਥੇ ਨਰਾਇਣਾ ਜਾਵੇ ਉਈ ਕਰਨ ਲੱਗ ਜਾ ਕਰਨ ਇੱਕ ਦੂਜੇ ਨੂੰ। ਉਹ ਦੇਖਿਆ ਤੀ ਫਿਰ ਕਬੂਤਰੀ ਕਿੱਧਰ ਉੱਡ ਜਾਂਦੀ ਸੀ ਕੱਲ੍ਹ, ਹੋਏ ਇੱਕ ਦੂਜੇ ਨੂੰ ਉਈ। ਨਰਾਇਣੇ ਨੂੰ ਵਿਚਾਰ ਨੂੰ ਬਾਹਰ ਨਿਕਲਣਾ ਔਖਾ ਕਰਤਾ ਲੋਕਾਂ ਨੇ, ਘਰੇ ਖੂਹ 'ਤੇ ਚਲਿਆ ਜਾਇਆ ਕਰੇ ਘਰੋਂ ਸਵੇਰੇ ਸੁਦੇਹਾ, ਸੂਰਜ ਚੜ੍ਹਨ ਤੋਂ ਪਹਿਲਾਂ ਹੀ ਖੂਹ 'ਤੇ ਚਲਿਆ ਜਾਇਆ ਕਰੇ। ਜਿਹਨੂੰ ਕੰਮ ਕਾਰ ਕਿਹੜਾ ਪਿਆ ਰਿਹਾ ਕਰੇ ਵਿਚਾਰਾ, ਜਦੋਂ ਹਨੇਰਾ ਹੋ ਜਾਇਆ ਕਰੇ ਮੂੰਹ ਹਨੇਰਾ, ਫਿਰ ਆ ਕੇ ਘਰੇ ਵੜਿਆ ਕਰੇ। ਨਰਾਇਣੇ ਦਾ ਬੁਰਾ ਹਾਲ ਹੋ ਗਿਆ। ਫਿਰ ਸੋਚਿਆ ਵੀ ਮਨਾ, ਜਦੋਂ ਜੂਨ ਇੰਨੀ ਮਾੜੀ ਹੋ ਗਈ, ਆਪਣੀ ਔਰਤ ਆਪਣੇ ਘਰ ਵਾਲੀ, ਵੈਸੇ ਅਰਧੰਗੀ ਵੀ ਲਿਖਿਆ ਬੰਦੇ ਦਾ ਜਿਹੜੇ ਘਰ ਦੇ ਵਿੱਚ ਔਰਤ ਨਾਲ ਪਿਆਰ ਹੈ ਉਹ ਘਰ ਹੀ ਸਵਰਗ ਹੈ, ਕਿਤੇ ਬਾਹਰ ਦੇਖਣ ਦੀ ਲੋੜ ਨਹੀਂ। ਜਿੱਥੇ ਕੁੱਤ ਕਲੇਸ਼ ਹੋਵੇ ਉੱਥੇ ਸਾਹ ਲੈਣਾ ਮੁਸ਼ਕਲ ਹੋ ਜਾਂਦਾ, ਉੱਥੇ ਨਰਕ ਹੈ। ਨਰਕ ਸਵਰਗ ਨੇ ਜਿਹੜੇ ਪਤੀ ਅਤੇ ਪਤਨੀ ਦਾ ਔਰਤ ਦੇ ਨਾਲ ਜੇ ਮੇਲ ਹੈ ਉਹ ਸਵਰਗ ਹੈ, ਜੇ ਮੇਲ ਹੈ ਨਹੀਂ ਨਰਕ ਹੈ, ਇੰਨਾ ਇੰਨਾ ਫਰਕ ਹੈ। ਹੁਣ ਜਿੱਥੇ ਪਤਨੀ ਸਾਰੀਆਂ ਹੱਦਾਂ ਹੀ ਟੱਪ ਜੇ ਉਹ ਨਰਕ ਤੋਂ ਵੀ ਭੈੜਾ। ਨਰਾਇਣੇ ਨੂੰ ਨਰਕ ਤੋਂ ਭੈੜੀ ਲੱਗਣ ਲੱਗ ਗਈ ਜ਼ਿੰਦਗੀ ਆਪਣੀ। ਫਿਰ ਸੋਚਿਆ ਨਰਾਇਣੇ ਨੇ ਸੋਚਿਆ ਇੱਕ ਦਿਨ, ਬਾਬਾ ਕਹਿੰਦਾ ਵੀ ਮਿੱਤਰਾ ਬਾਹਰ ਜਾ ਨਹੀਂ ਸਕਦੇ, ਸਮਾਜ ਦੇ ਵਿੱਚ ਘਟੀਆ ਸਮਝਣ ਲੱਗ ਪਏ ਲੋਕ, ਬੰਦਾ ਹੀਣਤਾ ਦੀ ਭਾਵਨਾ ਦੇ ਵਿੱਚ ਖੁਦ ਵੀ ਆ ਜਾਂਦਾ। ਨਰਾਇਣੇ ਨੇ ਇੱਕ ਦਿਨ ਸੋਚਿਆ ਵੀ ਮਨਾ ਹੁਣ ਖਤਮ ਕਰ ਲਿਆ ਆਪਣੇ ਆਪ ਨੂੰ, ਖੁਦਕੁਸ਼ੀ ਕਰੀਏ ਪਰ ਨਿਬੇੜੀਏ, ਫਾਹਾ ਲੈ ਕੇ ਮਰਜੀਏ। ਦੁਖੀ ਹੋਇਆ ਹੋਇਆ ਫਾਹਾ ਲੈਣ ਲੱਗਿਆ। ਫਿਰ ਜਦੋਂ ਫਾਹਾ ਲੈਣ ਲੱਗਿਆ ਆਪਣੇ ਭਰਾ ਦੀ ਯਾਦ ਆ ਗਈ, ਆਪਣੇ ਭਰਾ ਦੀ ਯਾਦ ਆ ਗਈ। ਨਰਾਇਣੇ ਦੇ ਨਾ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ, ਅੱਖਾਂ 'ਚੋਂ ਹੰਝੂ ਆ ਗਏ ਆਪਣੇ ਭਰਾ ਨੂੰ ਯਾਦ ਕਰਕੇ। ਉਹ ਕਹਿੰਦਾ ਮਨਾ ਤੂੰ ਤਾਂ ਮਰ ਗਿਆ, ਆਪਦਾ ਦੁੱਖ ਢਿੱਡ ਦੇ ਵਿੱਚ ਲੈ ਕੇ ਆਪਦੇ ਬਾਈ ਨੂੰ ਨਾ ਦੱਸਿਆ, ਸੋਚਿਆ ਸੀ ਉਹਨੂੰ ਉਹ ਸਾਰੀ ਉਮਰ ਇਸ ਦੁੱਖੋਂ ਤੜਫੀ ਜਾਊ ਵੀ ਮੇਰੇ ਭਰਾ ਨੂੰ ਪਤਾ ਨਹੀਂ ਕੀ ਹੋਇਆ ਸੀ, ਮੇਰੀ ਮੌਤ ਤੋਂ ਬਾਅਦ ਮੈਂ ਕਢਾ ਕੇ ਦੇਖਣਾ ਵੀ ਕੀ ਬਣੂ ਕੀ ਨਹੀਂ ਬਣੂ, ਵੀਰੋ ਦਾ ਕੀ ਬਣੂ, ਕੁੱਕਰ ਦਾ ਕੀ ਬਣੂ, ਸੋਚੇ ਦਾ ਕੀ ਬਣੂ। ਪਰ ਜੇ ਮਨਾ ਬਿਨਾਂ ਆਪਦਾ ਦੁੱਖ ਦੱਸੇ ਬਿਨਾਂ ਭਰਾ ਨੂੰ ਮਰ ਗਿਆ, ਭਰਾ ਦੇ ਦਿਲ 'ਤੇ ਸਾਰੀ ਉਮਰ ਬੋਝ ਰਹੋ, ਖੁਦਕੁਸ਼ੀ ਕਰਾਂਗੇ ਜ਼ਰੂਰ, ਮਰਾਂਗੇ ਤਾਂ ਸਹੀ ਲਾਜ਼ਮੀ, ਪਰ ਇੱਕ ਵਾਰੀ ਸੋਚਿਆ ਸੋ ਸੂਰਮੇ ਨੂੰ ਦੱਸ ਦੀਏ ਸਾਰੀ ਦਰਦ ਕਹਾਣੀ। ਦਰਦ ਕਹਾਣੀ ਕਿਵੇਂ ਦੱਸਦਾ ਬਾਬਾ? ਇੱਕ ਦਿਨ ਕਾਗਜ਼ 'ਤੇ ਕਲਮ ਲੈ ਕੇ ਬਹਿ ਗਿਆ, ਸੁੱਚਾ ਸਿੰਘ ਸੂਰਮੇ ਨੂੰ ਚਿੱਠੀ ਲਿਖਦਾ, ਚਿੱਠੀ, ਪਰ ਉਹ ਚਿੱਠੀ ਨਹੀਂ ਸੀ, ਉਹ ਆਪਣੀ ਦਰਦ ਕਹਾਣੀ ਨੂੰ, ਜੋ ਹੱਡ ਬੀਤੀ ਜੋ ਉਹਦੇ ਨਾਲ ਬੀਤ ਰਹੀ ਸੀ, ਇੱਕ ਕਾਗਜ਼ 'ਤੇ ਕਲਮ ਲੈ ਕੇ ਨਾ ਖੂਨ ਦੇ ਅੱਖਰਾਂ ਨਾਲ ਆਪਣੇ ਖੂਨ ਦੀ ਸ਼ਾਹੀ ਬਣਾ ਕੇ ਜਿਗਰ ਦਾ ਦਿਲ ਦਾ ਦਰਦ ਨੂੰ ਚੋੜ ਕੇ ਉਹ ਚਿੱਠੀ ਦੇ ਵਿੱਚ ਨਕਸ਼ਾ ਲਾਉਂਦਾ, ਇੱਕ ਲਿਖਦਾ, ਕੀ ਲਿਖਦਾ, ਕਹਿੰਦਾ ਭਰਾਵਾ ਜੇ ਤੂੰ ਨਾ ਆਇਆ ਮੇਰੀ ਜ਼ਿੰਦਗੀ ਖਤਮ ਹੈ, ਮੰਨਿਆ ਤੂੰ ਬਾਰਡਰਾਂ ਦੀ ਰਾਖੀ ਕਰਦਾ, ਦੇਸ਼ ਦੇ ਬਾਰਡਰਾਂ ਦੀ ਰਾਖੀ ਕਰਦਾ, ਪਰ ਵੀਰਾ ਜਿਹੜੇ ਦੇਸ਼ ਦੇ ਵਿੱਚ ਜਿਹੜੇ ਪਿੰਡ ਦੇ ਵਿੱਚ ਜਿਹੜੇ ਘਰ ਦੇ ਵਿੱਚ ਅਸੀਂ ਰਹਿੰਦੇ ਹਾਂ ਉਹ ਘਰੇ ਰਹਿਣਾ ਮਹਾਲ ਹੋਇਆ ਪਿਆ ਮੈਨੂੰ, ਬਾਰਡਰਾਂ ਦੀ ਰਾਖੀ ਫੇਰ ਕਰ ਲਈ, ਮੈਂ ਤੈਨੂੰ ਰੋਕਦਾ ਨਹੀਂ, ਚਲਿਆ ਜਾਈ ਪਹਿਲਾਂ ਆ ਕੇ ਆਪਣੇ ਘਰ ਨੂੰ ਸੰਭਾਲ ਲੈ। ਸਾਰੀ ਦਰਦ ਕਹਾਣੀ ਵੀਰੋ ਦੇ ਲੱਛਣ ਕੀ ਬੀਤਦਾ ਸੀਗਾ ਨਰਾਇਣੇ ਦੇ ਨਾਲ, ਸੁੱਚਾ ਸਿੰਘ ਸੂਰਮੇ ਨੂੰ ਇੱਕ ਚਿੱਠੀ ਲਿਖ ਕੇ ਉਹ ਗੱਲਾਂ ਬਾਰੇ ਉਹ ਮੌਕੇ ਦੇ ਹਾਲਾਤਾਂ ਬਾਰੇ ਜਾਣੂ ਕਰਵਾਉਂਦਾ ਨਰਾਇਣਾ। ਲੈ ਦੱਸ ਬਾਬਾ ਸ਼ਮਲਾ ਸਾਹਿਬ ਨੇ ਕੀ ਲਿਖਿਆ, ਚਿੱਠੀ ਕੀ ਕਹਿੰਦੀ ਹੈ? ਚਿੱਠੀ ਲਿਖਦਾ ਨਰਾਇਣ ਸਿੰਘ ਵੀਰ ਨੂੰ, ਉਹ ਕਹਿੰਦਾ ਅੱਖਾਂ ਵਿੱਚੋਂ ਸਿੱਟ ਸਿੱਟ ਨੀਰ ਨੂੰ,
ਅੱਖਾਂ ਵਿੱਚੋਂ ਸਿੱਟ ਸਿੱਟ ਨੀਰ ਨੂੰ, ਤੇਰੇ ਬਾਜ ਨਾ ਬਣਾਵੇ ਕੋਈ ਧੀਰ ਨੂੰ। ਓਰੇ ਜੱਗ ਤੇ ਜੇ ਆਉਂਦਾ ਨਾ ਹੱਜ ਸੁੱਚਿਆ, ਤੇਰੀ ਮੱਲ ਨੇ ਮੱਲ ਨੇ ਤਾਂ ਰੋਲ ਦਿੱਤੀ ਪੱਗ ਸੁੱਚਿਆ, ਤੇਰੀ ਮੱਲ ਨੇ। ਤਿੰਨ ਜਾਣਿਆ ਸਕੀਮ ਇਹ ਬਣਾਈ ਸੀ, ਤਿੰਨ ਜਾਣਿਆ ਸਕੀਮ ਇਹ ਬਣਾਈ ਸੀ, ਹੋਣੀ ਵਰਤੀ ਨਾ ਗਈ ਬਰਤਾਈ ਸੀ, ਹੋਣੀ ਵਰਤੀ ਨਾ ਗਈ ਬਰਤਾਈ ਸੀ, ਤਾਂ ਹੀ ਫੌਜ ਦੀ ਲਲਕ ਤੈਨੂੰ ਲਾਈ ਸੀ। ਜਾਏ ਨਾ ਹਰਾਮੀ ਲਾ ਕੇ ਪੱਜ ਸੁੱਚਿਆ, ਸਾਡੀ ਮੱਲ ਨੇ ਮੱਲ ਨੇ ਤਾਂ ਰੋਲ ਦਿੱਤੀ ਪੱਗ ਸੁੱਚਿਆ, ਤੇਰੀ ਮੱਲ ਨੇ। ਆਉਂਦਾ ਚੋਰ ਛੁੱਪੇ ਭਾਗ ਵੀਰ ਕੋਲ ਸੀ, ਉਹ ਤਾਂ ਕਰਦਾ ਵਿਚੋਲੇ ਵਾਲਾ ਰੋਲ ਸੀ, ਕਰਦਾ ਵਿਚੋਲੇ ਵਾਲਾ ਰੋਲ ਸੀ, ਭਾਬੀ ਤੇਰੀ ਵੀ ਨਾ ਇੰਨੀ ਅਣਭੋਲ ਸੀ। ਜਿਹੜੀ ਭਾਗਦੇ ਜੋ ਪਿੱਛੇ ਗਈ ਲੱਗ ਸੁੱਚਿਆ, ਤੇਰੀ ਮੱਲ ਨੇ ਮੱਲ ਨੇ ਤਾਂ ਰੋਲ ਦਿੱਤੀ ਪੱਗ ਸੁੱਚਿਆ, ਤੇਰੀ ਮੱਲ ਨੇ। ਡਾਕੇ ਸਿਖਰ ਦੁਪਹਿਰੇ ਪੈਣ ਲੱਗ ਪਏ, ਉਹ ਮੇਰੇ ਸਾਹਮਣੇ ਹੀ ਇਕੱਠੇ ਬਹਿਣ ਲੱਗ ਪਏ, ਉਹ ਮੇਰੇ ਸਾਹਮਣੇ ਹੀ ਇਕੱਠੇ ਬਹਿਣ ਲੱਗ ਪਏ, ਲੋਕੀ ਮੈਨੂੰ ਵੀ ਕੰਜਰ ਕਹਿਣ ਲੱਗ ਪਏ। ਕਦੇ ਬਖਸ਼ੇ ਲਚਾਰ ਨੂੰ ਨਾ ਜੱਗ ਸੁੱਚਿਆ, ਤੇਰੀ ਮੱਲ ਨੇ ਮੱਲ ਨੇ ਤਾਂ ਰੋਲ ਦਿੱਤੀ ਪੱਗ ਸੁੱਚਿਆ, ਸਾਡੀ ਮੱਲ ਨੇ। ਜਦੋਂ ਮੱਲ ਨੂੰ ਮੈਂ ਰੋਕਣਾ ਸੀ ਚਾਹਿਆ, ਉਹਨੇ ਬੱਕਰੇ ਦੇ ਵਾਂਗ ਮੈਨੂੰ ਢਾਲਿਆ, ਉਹਨੇ ਬੱਕਰੇ ਦੇ ਵਾਂਗ ਮੈਨੂੰ ਢਾਲਿਆ, ਫੁੱਡਾ ਮਾਰ ਕੇ ਹਰ ਖਸਾਰਾ ਲਾ ਲਿਆ। ਪਿਆ ਸੁੱਜਿਆ ਸਰੀਰ ਸਿੱਧਾ ਬੱਜ ਸੁੱਜਿਆ, ਤੇਰੀ ਮੱਲ ਨੇ ਮੱਲ ਨੇ ਤਾਂ ਰੋਲ ਦਿੱਤੀ ਪੱਗ ਸੁੱਜਿਆ, ਤੇਰੀ ਮੱਲ ਨੇ। ਮੱਲ ਮਾਰਦਾ ਡਰਾਬੇ ਮੁੱਛਾਂ ਚਾੜ ਕੇ, ਉਹ ਕਹਿੰਦਾ ਬੋਲਿਆ ਜੇ ਸਾਲਿਆਂ ਗਰਾੜ ਕੇ, ਕਹਿੰਦਾ ਬੋਲਿਆ ਜੇ ਸਾਲਿਆਂ ਗਰਾੜ ਕੇ, ਜੱਟ ਰੱਖ ਤੂੰ ਬਚਾਲੋ ਤੈਨੂੰ ਪਾੜ ਕੇ। ਉਹ ਲੈਂਦੇ ਦਿਨੇ ਹੀ ਸ਼ਰਾਬ ਨਾਲ ਰੱਜ ਸੁੱਚਿਆ, ਸਾਡੀ ਮੱਲ ਨੇ ਮੱਲ ਨੇ ਤਾਂ ਰੋਲ ਦਿੱਤੀ ਪੱਗ ਸੁੱਚਿਆ, ਤੇਰੀ ਮੱਲ ਨੇ। ਰਾਖੀ ਬਾਡਰਾਂ ਦੀ ਫੇਰ ਕਰੀ ਹੀਰਿਆ, ਪਹਿਲਾਂ ਘਰ ਨੂੰ ਸੰਭਾਲ ਆ ਕੇ ਵੀਰਿਆ, ਪਹਿਲਾਂ ਘਰ ਨੂੰ ਸੰਭਾਲ ਆ ਕੇ ਹੀਰਿਆ, ਜਿੰਨਾ ਬੈਰੀਆਂ ਨੇ ਦਿਲ ਮੇਰਾ ਚੀਰਿਆ, ਆ ਕੇ ਉਹਨਾਂ ਨੂੰ ਲਗਾ ਦੇ ਛੇਤੀ ਅੱਗ ਸੁੱਚਿਆ, ਤੇਰੀ ਮੱਲ ਨੇ। ਮੱਲ ਨੇ ਤਾਂ ਰੋਲ ਦਿੱਤੀ ਪੱਗ ਸੁੱਚਿਆ, ਤੇਰੀ ਮੱਲ ਨੇ। ਪਾਲ ਸ਼ਮਲੇ ਜੇ ਕਰ ਦਿੱਤੀ ਦੇਰ ਤੂੰ, ਉਹ ਪਾਲ ਸ਼ਮਲੇ ਜੇ ਕਰ ਦਿੱਤੀ ਦੇਰ ਤੂੰ, ਮੇਰੀ ਲਾਸ਼ ਨੂੰ ਕਲੇ ਜੇ ਲਾ ਲਈ ਫੇਰ ਤੂੰ, ਮੇਰੀ ਲਾਸ਼ ਨੂੰ ਕਲੇ ਜੇ ਲਾ ਲਈ ਫੇਰ ਤੂੰ, ਮੇਵੇ ਰੋਈ ਜਾਈ ਸਾਂਝ ਤੇ ਸਵੇਰ ਤੂੰ। ਪੱਗ ਚੱਠੇ ਦੇ ਦੀਵਾਰਾਂ ਨਾਲ ਲੱਗ ਸੁੱਚਿਆ, ਸਾਡੀ ਮੱਲ ਨੇ ਮੱਲ ਨੇ ਤਾਂ ਰੋਲ ਦਿੱਤੀ ਪੱਗ ਸੁੱਚਿਆ, ਤੇਰੀ ਮੱਲ ਨੇ। ਸੁੱਚਾ ਸਿਉਂ ਸੂਰਮੇ ਨੂੰ ਨਰੈਣ ਸਿੰਘ ਨੇ ਚਿੱਠੀ ਲਿਖਤੀ ਅੱਕ ਕੇ, ਅੱਕਿਆ ਹੈ ਬੰਦਾ, ਲਾਚਾਰ ਬੰਦਾ, ਦੁਖੀ ਹੋਇਆ ਹੋਇਆ, ਕਰੇ ਵੀ ਕੀ, ਖੁਦਕੁਸ਼ੀ ਕਰਨ ਨੂੰ ਦਿਲ ਕਰਦਾ ਸੀ ਨਰੈਣ ਸਿੰਘ ਦਾ, ਪਰ ਕੀਤੀ ਨਹੀਂ। ਦੁਖੀ ਪਤਾ ਕਿਉਂ ਹੋਇਆ ਸੀ ਇੰਨਾ, ਜਦੋਂ ਨਾ ਜਦੋਂ ਕੁੱਕਰ ਬੇਲੀ ਇਹਨਾਂ ਦੇ ਘਰੇ ਆਉਂਦਾ, ਨਰੈਣਾ ਐਡਾ ਡਰਾਇਆ ਹੋਇਆ ਸੀਗਾ, ਇੰਨਾ ਕੁੱਟਦੇ ਮਾਰਦੇ ਸੀਗੇ ਉਹਨੂੰ। ਬਾਬਾ ਬੈਠਾ ਤਾਂ ਹੁੰਦਾ ਸੁੱਚਾ ਸਿਉਂ ਸੂਰਮੇ ਦੇ ਘਰੇ, ਕੁੱਕਰ ਪਾਪੀ ਬੈਠਾ ਹੁੰਦਾ ਸੁੱਚਾ ਸਿਉਂ ਸੂਰਮੇ ਦੇ ਘਰੇ, ਨਰੈਣੇ ਦੇ ਕੋਲੇ ਘਰੇ ਆ ਕੇ ਬੈਠਕ ਦੇ ਵਿੱਚ ਦੋ ਮੰਜੇ ਹੁੰਦੇ, ਦੋ ਮੰਜੇ, ਇੱਕ ਮੰਜਾ ਇੱਧਰ ਇੱਕ ਮੰਜਾ ਇੱਧਰ ਘਰ ਦੇ ਅੰਦਰ, ਆਪਦੇ ਘਰ ਦੇ ਅੰਦਰ। ਪਰ ਨਰੈਣ ਸਿੰਘ ਤਾਂ ਬੈਠਾ ਹੁੰਦਾ ਇਕੱਲਾ, ਲਾਚਾਰ ਹੋਇਆ, ਇਹ ਪਾਪੀ ਬੀਰੋ ਵਾਲੇ ਮੰਜੇ ਤੇ ਬਹਿੰਦਾ ਆ ਕੇ,
ਵੀਰੋ ਦੇ ਨਾਲ, ਉਹ ਇੰਨਾ ਡਰਾਇਆ ਸੀਗਾ, ਇੰਨਾ ਲਚਾਰ ਸੀਗਾ, ਐਡੀ ਅੱਤ ਚੁੱਕੀ ਹੋਈ ਸੀਗੀ ਉਹਦੀ। ਹੁਣ ਜੀ ਨਰਾਇਣ ਸਿੰਘ ਨੇ ਅੱਕ ਕੇ ਸੁੱਚਾ ਸਿੰਘ ਸੂਰਮੇ ਨੂੰ ਚਿੱਠੀ ਲਿਖੀ, ਸੁੱਚਾ ਸਿੰਘ ਸੂਰਮੇ ਨੂੰ ਲਿਖੀ ਚਿੱਠੀ, ਚਿੱਠੀ ਦੇ ਵਿੱਚ ਸਾਰੀ ਹਾਲ ਕਹਾਣੀ ਬਿਆਨ ਕਰਕੇ ਭੇਜਤੀ। ਸੁੱਚਾ ਸਿੰਘ ਸੂਰਮੇ ਨੇ ਪੜ੍ਹ ਕੇ ਚਿੱਠੀ, ਸਾਹਿਬ ਦੇ ਜਾ ਕੇ ਪੇਸ਼ ਹੋ ਗਿਆ, ਹੱਥ ਬੰਨ੍ਹ ਕੇ ਕਹਿੰਦਾ ਜੀ ਨੌਕਰੀ ਹੁਣ ਨਹੀਂ ਹੋਣੀ, ਮੈਨੂੰ ਛੁੱਟੀ ਦਿਓ, ਮੈਂ ਜਾਵਾਂ, ਕਿਰਪਾ ਕਰਿਓ। ਹੁਣ ਤੁਹਾਨੂੰ ਮੈਂ ਦੱਸਿਆ ਵੀ ਭਲਵਾਨ ਬੰਦਾ ਸੀਗਾ, ਅਣਖੀ ਸੂਰਮਾ ਸੀਗਾ, ਅਤੇ ਜਿਹੜੇ ਬੰਦੇ ਇਹੋ ਜਿਹੇ ਹੁੰਦੇ ਨੇ ਉਹਨਾਂ ਦੇ ਵਿੱਚ ਹੋਰ ਵੀ ਬਹੁਤ ਗੁਣ ਹੁੰਦੇ ਨੇ, ਉਹ ਹਰ ਇੱਕ ਇਨਸਾਨ ਨੂੰ ਪਿਆਰੇ ਲੱਗਦੇ ਨੇ। ਜਿਹੜਾ ਅਫਸਰ ਸੀਗਾ ਉਹ ਕਹਿੰਦਾ ਵੀ ਸੁੱਚਾ ਸਿੰਘ ਗੱਲ ਇਹ ਹੈ, ਤੇਰੀ ਹੈ ਫੌਜ ਨੂੰ ਬਹੁਤ ਲੋੜ। ਹੁਣ ਬਾਬਾ ਸੁੱਚਾ ਸਿੰਘ ਸੂਰਮੇ ਨੂੰ ਜਦੋਂ ਸਾਹਿਬ ਕਹਿੰਦਾ, ਕਹਿੰਦਾ ਵੀ ਸੁੱਚਿਆ ਗੱਲ ਸੁਣ ਲੈ, ਛੁੱਟੀ ਤਾਂ ਨਹੀਂ ਮਿਲਣੀ, ਤੇਰਾ ਨਾਂ ਨਹੀਂ ਮੈਂ ਕੱਟ ਸਕਦਾ ਫੌਜ 'ਚੋਂ, ਨਾ ਤੈਨੂੰ ਭੇਜ ਸਕਦਾ ਛੁੱਟੀ, ਤੇਰੀ ਤਾਂ ਮਹਿਕਮੇ ਨੂੰ ਬਹੁਤ ਲੋੜ ਹੈ। ਜਿਹੜੇ ਕੰਮ ਕਰਨ ਵਾਲੇ ਬੰਦੇ ਹੁੰਦੇ ਨੇ ਉਹਨਾਂ ਦੀ ਲੋੜ ਹੁੰਦੀ ਹੈ, ਹਰ ਜਗ੍ਹਾ ਲੋੜ ਹੁੰਦੀ ਹੈ, ਨਿਕੰਮੇ ਨੂੰ ਕੋਈ ਨਹੀਂ ਪੁੱਛਦਾ। ਕੁਦਰਤ ਨੇ ਕਿਰਪਾ ਕੀਤੀ, ਸਾਰਿਆਂ ਨੂੰ ਪਤਾ ਸਾਹਿਬ ਦੇ ਬੰਗਲੇ ਲੱਗ ਗਈ ਅੱਗ, ਛੁੱਟੀ ਊਂ ਤਾਂ ਨਹੀਂ ਮਿਲੀ। ਜਦੋਂ ਲੱਗ ਗਈ ਅੱਗ, ਅੱਗ ਲੱਗੀ ਸਾਹਿਬ ਦਾ, ਉਹ ਕਹਿੰਦਾ ਨਹੀਂ ਹੁੰਦਾ ਉਹ ਗਾਉਣ ਵਾਲਾ ਵੀ ਬੰਗਲੇ 'ਚ ਮੇਮ ਦਾ ਜਵਾਕ ਰਹਿ ਗਿਆ, ਜਵਾਕ ਰਹਿ ਗਏ ਅੰਦਰ, ਮੇਮ ਤੇ ਜਵਾਕ ਰਹਿ ਗਏ ਅੰਦਰ। ਇੱਕ ਇੱਕ ਤਾਂ ਬੱਚਾ ਨਾਲ ਸੀਗਾ, ਇੱਕ ਜਿਹੜੀ ਮੇਮ ਸੀਗੀ ਉਹ ਉਹਦੇ ਬੱਚਾ ਹੋਣ ਵਾਲਾ ਸੀਗਾ, ਜਾਣੀ ਤਿੰਨ ਜਣੇ ਕਹਿ ਲਈਏ, ਇੱਕ ਜ਼ਿੰਦਗੀ ਆਉਣ ਵਾਲੀ ਸੀ, ਦੋ ਅੰਦਰ ਫਸੇ ਹੋਏ ਸੀ ਹੋਰ। ਜਦੋਂ ਅੱਗ ਲੱਗ ਗਈ, ਅੱਗ ਦੀਆਂ ਲਾਟਾਂ 'ਚ ਸਾਹਿਬ ਤੋਂ ਬਿਨਾਂ ਵੜਿਆ ਗਿਆ, ਅੱਗ ਫੂਕਾਂ ਪੁਆਤੀਆਂ ਜੀ, ਅੱਗ ਨੇ ਅੱਗ ਬੜੀ ਭੈੜੀ ਹੈ, ਮਾੜੀ ਜੀ ਸੀਖ ਲੱਗ ਜੇ ਉਂਗਲ 'ਤੇ ਫੂਕਰਾਲਾ ਕਰ ਦਿੰਦੀ ਹੈ। ਚਲੋ ਅੱਗ ਲੱਗ ਗਈ ਸਾਹਿਬ ਦੇ ਬੰਗਲੇ, ਅੰਦਰ ਕੋਈ ਬੜੇ ਨਾ। ਹੁਣ ਗੱਲ ਤਾਂ ਜਿਹੜੀ ਸਕੀਮ ਸੁੱਚਾ ਸਿੰਘ ਸੂਰਮਾ ਵਰਤ ਕੇ ਅੰਦਰ ਬੜਿਆ, ਉਹ ਸਕੀਮ ਆਉਟ ਜਾਣੀ, ਸਕੀਮ ਆਉਟ ਜਾਣੀ ਵੱਡੀ ਗੱਲ ਹੈ ਨਾ, ਬੰਦੇ ਦਾ ਦਿਮਾਗ ਸੀਗਾ, ਖੇਡ ਤਾਂ ਦਿਮਾਗ ਦਾ। ਸੁੱਚਾ ਸਿੰਘ ਸੂਰਮੇ ਨੂੰ ਆਉਟ ਗਈ ਸਕੀਮ ਜਦੋਂ ਅੰਦਰ ਲੱਗ ਗਈ ਨਾ ਅੱਗ। ਬਾਬਾ ਇੱਕ ਫੌਜੀਆਂ ਕੋਲੇ ਭੂਰਾ ਹੁੰਦਾ, ਫੌਜੀਆਂ ਕੋਲੇ ਭੂਰਾ ਹੁੰਦਾ ਬਹੁਤ ਭਾਰਾ, ਉਹਨੂੰ ਵੀ ਬਰਾਂਡੀ ਕਹਿੰਦੇ ਨੇ, ਮਤਲਬ ਭੂਰੇ ਨੂੰ ਤਾਂ ਸ਼ਰਾਬ ਬਰਾਂਡੀ ਹੈ, ਉਹ ਭੂਰੇ ਨੂੰ ਵੀ ਬਰਾਂਡੀ ਕਹਿੰਦੇ ਨੇ ਮੇਰੇ ਖਿਆਲ ਦੇ ਵਿੱਚ, ਉਹ ਭੂਰਾ। ਸੁੱਚਾ ਸਿੰਘ ਸੂਰਮੇ ਨੇ ਕਰਕੇ ਚਵੱਚੇ ਦੇ ਵਿੱਚੋਂ ਗਿੱਲਾ ਉੱਤੇ ਲੈ ਲਿਆ ਆਪਦੇ, ਬੜਾ ਸਾਰਾ ਭੂਰਾ ਉੱਤੇ ਲੈ ਕੇ ਅੰਦਰ ਜਾ ਵੜਿਆ, ਜੱਫਾ ਭਰ ਕੇ ਸਾਰਿਆਂ ਨੂੰ, ਦੋਨਾਂ ਨੂੰ, ਦੋ ਜਿਉਂਦੀਆਂ ਜ਼ਿੰਦਗੀਆਂ ਨੂੰ, ਇੱਕੋ ਮੇਮ ਦੇ ਬੱਚਾ ਹੋਣ ਵਾਲਾ ਸੀਗਾ, ਤਿੰਨ ਜ਼ਿੰਦਗੀਆਂ ਬਚਾ ਲਈਆਂ ਸੁੱਚਾ ਸਿੰਘ ਸੂਰਮੇ ਨੇ। ਅਤੇ ਸਾਹਿਬ ਹੋ ਗਿਆ ਖੁਸ਼, ਸਾਹਿਬ ਕਹਿੰਦਾ ਵੀ ਸੁੱਚਾ ਸਿਆਂ ਤੈਂ ਮੇਰੇ ਜਵਾਕ ਬਚਾ ਤੇ, ਮੰਗ ਲਓ ਕੀ ਮੰਗਣਾ। ਉਹ ਕਹਿੰਦਾ ਮੰਗਣਾ ਕੁਛ ਨਹੀਂ, ਮੇਰੇ ਵੀ ਘਰ ਨੂੰ ਅੱਗ ਲੱਗੀ ਹੋਈ ਹੈ, ਮੈਂ ਵੀ ਘਰੇ ਜਾ ਕੇ ਆਪਦੇ ਘਰੇ ਅੱਗ ਬੁਝਾਉਣੀ ਹੈ। ਸਾਹਿਬ ਜੀ ਨੌ ਕੱਟਦੇ ਬਸ, ਮੈਂ ਨੌਕਰੀ ਨਹੀਂ ਕਰ ਸਕਦਾ। ਹੁਣ ਫੌਜ ਦੇ ਵਿੱਚ ਕਈ ਭਰਾ ਸੋਚਦੇ ਹੋਣਗੇ ਵੀ ਐਡੀ ਕਿਹੜੀ ਗੱਲ ਸੀ, ਊਂ ਭੱਜੇ ਆਉਂਦਾ, ਊਂ ਨਹੀਂ ਫੌਜ ਵਾਲੇ ਹੁਣ ਵੀ ਨਹੀਂ ਭੱਜਣ ਦਿੰਦੇ, ਘਰੋਂ ਚੱਕ ਕੇ ਲੈ ਜਾਂਦੇ ਨੇ ਮੁੜ ਕੇ ਆ ਕੇ, ਜਿਹਦਾ ਕੇਰਾ ਨੌ, ਜਾਣੀ ਹਾਂ ਕਾਨੂੰਨ ਦੀ ਪ੍ਰਕਿਰਿਆ ਪੂਰੀ ਕਰਕੇ ਫਿਰ ਆਉਣਾ ਪੈਂਦਾ ਫੌਜ, ਕਿਉਂਕਿ ਡਿਸਪਲਿਨ ਦਾ ਮਹਿਕਮਾ। ਕਹਿੰਦਾ ਸਾਹਿਬ ਜੀ ਛੁੱਟੀ ਦੇ ਦੇ, ਮੇਰੇ ਘਰੇ ਵੀ ਅੱਗ ਲੱਗੀ ਹੋਈ ਹੈ, ਜਾਂ ਕੱਟ ਦੇ ਮੇਰਾ ਨੌ। ਉਹ ਕਹਿੰਦਾ ਸੁੱਚਾ ਸਿਆਂ ਛੁੱਟੀ ਤਾਂ ਤੈਨੂੰ ਮੈਂ ਖੁਸ਼ ਹੋ ਕੇ ਊਂ ਵੀ ਦੇ ਦਿੰਦਾ, ਹੋਰ ਮੰਗ ਲੈ, ਜੋ ਮੰਗਣਾ ਮੰਗ ਲੈ। ਸੁੱਚਾ ਸਿੰਘ ਕਹਿੰਦਾ ਬਸ ਮੈਨੂੰ ਕੁਛ ਮੰਗਣ ਦੀ ਹੁਣ ਮੈਨੂੰ ਇੱਛਾ ਹੈ ਨਹੀਂ, ਮੈਨੂੰ ਛੁੱਟੀ ਦੇ ਦੇ, ਮੈਨੂੰ ਕੰਮ ਬੜਾ ਜ਼ਰੂਰੀ ਹੈ। ਜਦੋਂ ਨਾ ਸੁੱਚਾ ਸਿੰਘ ਸੂਰਮਾ ਦੇਖਿਆ, ਸਾਹਿਬ ਖੁਸ਼ ਹੋ ਗਿਆ, ਕਹਿੰਦਾ ਸੁੱਚਾ ਸਿੰਘ ਐਂ ਚੱਕ, ਐਂ ਕਰ ਫਿਰ, ਤੂੰ ਤਾਂ ਨਹੀਂ ਮੰਗਦਾ, ਤੈਨੂੰ ਮੈਂ ਇੱਕ ਤੋਹਫ਼ਾ ਦਿੰਦਾ, ਤੋਹਫ਼ਾ ਤੈਨੂੰ ਤੋਹਫ਼ਾ ਦਿੰਦਾ, ਇੱਕ ਤੋਹਫ਼ਾ। ਮੇਰੇ ਘਰ ਵਾਲੀ ਨਾ ਬਹੁਤ ਜਰਮਨ ਦੀ ਬੰਦੂਕ ਹੈ ਸਾਡੇ ਕੋਲੇ, ਮੇਰੇ ਕੋਲੇ ਮੇਰੇ ਘਰ ਵਾਲੀ ਦੀ ਫੇਵਰੇਟ ਹੈ, ਬਹੁਤ ਸਾਂਭ ਕੇ ਰੱਖੀ ਹੋਈ ਹੈ, ਉਹਨੇ ਕਿਹਾ ਫਿਰ, ਕਹਿੰਦੀ ਇਹਨੂੰ ਉਹ ਦੇ ਦੇ ਜੇ ਤੋਹਫ਼ਾ ਦੇਣਾ। ਸੁੱਚਾ ਸਿੰਘ ਸੂਰਮੇ ਨੂੰ ਜਦੋਂ ਰਫਲ ਤੇ ਰੌਣ ਦੇ ਤੇ ਸਾਹਿਬ ਨੇ, ਸਾਹਿਬ ਖੁਸ਼ ਹੋ ਕੇ ਕਹਿੰਦਾ ਸੁੱਚਾ ਸਿਆਂ ਤੈਂ ਮੇਰੀਆਂ ਤਿੰਨ ਮੈਂਬਰ ਮੇਰੇ ਪਰਿਵਾਰ ਦੇ ਬਚਾਏ ਨੇ, ਆਹ ਤਾਂ ਫੜ ਰਫਲ, ਮੈਨੂੰ ਪਤਾ ਤੂੰ ਇਹ ਬੰਦਾ ਹੱਕ ਸੱਚ ਤੇ ਖੜਨ ਵਾਲਾ, ਤੈਨੂੰ ਮੈਂ ਨੌਕਰੀ ਕਰਦੇ ਨੂੰ ਦੇਖਿਆ,
ਮੈਂ ਤੇਰੀ ਸ਼ਖਸੀਅਤ ਤੋਂ ਵਾਕਫ ਹਾਂ, ਤੈਨੂੰ ਮੈਂ ਜਾਣਦਾ, ਆ ਚੱਕ ਰਫਲ, ਜੇ ਕਿਤੇ ਤੈਨੂੰ ਲੋੜ ਪੈ ਜੇ, ਸਮਾਜ ਦੇ ਵਿੱਚ ਤੈਨੂੰ ਲੋੜ ਪੈ ਜੇ, ਇਕੱਲੀ ਐਂ ਨਹੀਂ ਹੈਗਾ ਵੀ ਰਫਲ ਤੈਨੂੰ ਦੇ ਤਾਂ ਦਿੱਤੀ, ਇਹਨੂੰ ਚਲਾਉਣ ਦੀ ਮਨਜ਼ੂਰੀ ਨਹੀਂ, ਜਾ ਭਾਜਾ ਨਜ਼ਾਰੇ ਲੈ ਅੰਗਰੇਜ਼ਾਂ ਦਾ ਰਾਜ ਸੀ, ਅਗਰ ਤੈਨੂੰ ਤਿੰਨ ਕਤਲ ਮਾਫ। ਇਹ ਲਿਖਦਾ ਇੱਕ ਇਤਿਹਾਸਕਾਰ ਸੁੱਚਾ ਸਿੰਘ ਸੂਰਮੇ ਦੇ ਕਰਕੇ ਤਿੰਨ ਖੂਨ ਮਾਫ ਜੀ, ਤਿੰਨ ਖੂਨ ਮਾਫ ਕਰਕੇ ਬਾਬਾ ਪਿੰਡ ਭੇਜਤਾ, ਪਿੰਡ ਭੇਜਤਾ, ਪਿੰਡ ਆ ਗਿਆ। ਹੁਣ ਬਸ ਟਾਈਮ ਵੀ ਸਾਡਾ ਨੇੜੇ ਲੱਗ ਗਿਆ, ਮੈਨੂੰ ਐਂ ਵੀ ਇਹਦੀ ਦੱਦ ਵੱਢਦਾ, ਮੈਂ ਬਸ ਦੋ ਕਵਿਤਾਵਾਂ ਹੋਰ ਲਵਾ ਕੇ ਇਹਦੀਆਂ ਕੋਕਰ ਨੂੰ। ਉਹ ਬੇਫਿਕਰ ਰਹਿ, ਤੂੰ ਕੋਈ ਚੱਕਰ ਨਾ ਮੰਨ, ਅਤੇ ਆ ਜਾਓ ਆਪਾਂ ਬਹੁਤਾ ਟਾਈਮ ਨਹੀਂ ਲਾਉਂਦੇ। ਹੁਣ ਸੁੱਚਾ ਸਿੰਘ ਸੂਰਮਾ ਘਰੇ ਆ ਗਿਆ, ਆ ਕੇ ਵੀਰੋ ਨੂੰ ਸਮਝਾਇਆ ਪਹਿਲਾਂ ਗੱਲੀ ਬਾਤੀ, ਕਹਿੰਦਾ ਭਰਜਾਈ ਤੈਨੂੰ ਇਹ ਲਾਸਟ ਵਾਰਨਿੰਗ ਹੈ, ਪਹਿਲੀ ਅਤੇ ਆਖਰੀ, ਪਹਿਲੀ ਅਤੇ ਆਖਰੀ ਤੈਨੂੰ ਵਾਰਨਿੰਗ, ਸਮਝ ਲੈ, ਇੱਦੂ ਮੁੜ ਕੇ ਬਸ ਮੈਨੂੰ ਪਤਾ ਨਾ ਲੱਗ ਜਾਵੇ, ਇੱਦੂ ਪਹਿਲਾਂ ਜੋ ਹੋ ਗਿਆ ਤੈਨੂੰ ਸਭ ਮਾਫ, ਇੱਦੂ ਪਹਿਲਾਂ ਜੋ ਤੁਸੀਂ ਕਰ ਲਿਆ ਸਭ ਮਾਫ। ਮੈਂ ਆ ਕਲਗੀ ਵਾਲੇ ਪਾਤਸ਼ਾਹ ਦਾ ਸਿੱਖ, ਮੇਰੀ ਜ਼ਮੀਰ ਤਾਂ ਨਹੀਂ ਮੰਨਦੀ ਵੀ ਮੈਂ ਇੱਕ ਔਰਤ 'ਤੇ ਹੱਥ ਚੱਕਾਂ, ਪਰ ਤੁਸੀਂ ਮਜਬੂਰ ਇੰਨਾ ਕਰਤਾ ਭਾਬੀ, ਜੇ ਹੁਣ ਤੁਸੀਂ ਕੋਈ ਗਲਤੀ ਕੀਤੀ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ। ਲਓ ਜੀ ਪਿੰਡ ਦੇ ਵਿੱਚ ਲੱਗ ਗਿਆ ਗਾਉਣ, ਸੁੱਚਾ ਸਿੰਘ ਸੂਰਮੇ ਦੇ ਪਿੰਡ ਸਮਾਉ ਦੇ ਵਿੱਚ ਲੱਗ ਗਿਆ ਗਾਉਣ। ਮੁਨਸ਼ੀ ਖਾਨ ਢਾਡੀ ਲਿਖਿਆ, ਜਿਹੜੀ ਅਸੀਂ ਜਿਹੜਾ ਇਤਿਹਾਸ ਪੜ੍ਹਿਆ ਮੁਨਸ਼ੀ ਖਾਨ ਢਾਡੀ, ਉਹ ਸ਼ੇਰ ਆਉਂਦੇ ਸੀਗੇ, ਇੱਕ ਬੰਦੇ ਲਵੇ ਸਰੰਗੀ ਪਈ ਹੈ, ਕਹਿੰਦਾ ਵੀ ਸੁੱਚਾ ਸਿੰਘ ਸੂਰਮੇ ਵਾਲਾ ਜਦੋਂ ਗਾਉਣ ਚੱਲਦਾ ਸੀ ਇਹਦੇ ਵਿੱਚ ਗੋਲੀ ਦਾ ਛਰਲਾ ਲੱਗਿਆ ਸੀ, ਉਹ ਵੀ ਅਸੀਂ ਦੇਖ ਕੇ ਆਏ ਹਾਂ। ਅਤੇ ਮੁਨਸ਼ੀ ਖਾਨ ਦਾ ਲੱਗਿਆ ਹੈ ਅਖਾੜਾ ਬਾਬਾ, ਐਂ ਪੂਰਾ ਗਚਾ ਗਚ ਭਰਿਆ ਹੈ ਪੰਡਾਲ, ਅੱਗੇ ਜਦੋਂ ਢਾਡੀ ਕਵੀਸ਼ਰ ਗਵਈਏ ਆਉਂਦੇ ਲੋਕ ਐਂ ਪਿਆਰ ਨਾਲ ਸੁਣਦੇ। ਤੁਸੀਂ ਭਾਗਾਂ ਵਾਲਿਓ, ਤੁਹਾਡੇ ਪਿੰਡ ਦਾ ਜ਼ਿਕਰ ਜਿਵੇਂ ਬੀਲੇ ਦਾ, ਤੁਹਾਡੇ ਪਿੰਡ ਦਾ ਜ਼ਿਕਰ ਅਸੀਂ ਹਮੇਸ਼ਾ ਹੋਰ ਜਗ੍ਹਾ 'ਤੇ ਜਾ ਕੇ ਵੀ ਕਰਦੇ ਰਹਿੰਦੇ ਹਾਂ, ਬਹੁਤ ਸਰੋਤੇ ਲੋਕ ਨੇ। ਅਤੇ ਇਸ ਤਰ੍ਹਾਂ ਲੱਗਿਆ ਹੋਇਆ ਐਂ ਖਾੜਾ, ਖਾੜਾ ਚੱਲੇ ਅਤੇ ਉੱਥੇ ਆ ਕੇ ਕੁੱਕਰ ਵੀ ਆ ਗਿਆ, ਸੁੱਚਾ ਵੀ ਆ ਗਿਆ, ਬੰਦੇ ਹੋਰ ਵੀ ਇਕੱਠੇ ਹੋ ਗਏ ਬਹੁਤ ਸਾਰੇ, ਦੋਨਾਂ ਦੇ ਜਿਹੜੇ ਗਾਹਾਂ ਚੜ੍ਹੀ ਚੱਕ ਯਾਰ ਮਿੱਤਰ ਖਾਸੇ ਬੈਠੇ। ਕੁੱਕਰ ਵਾਲੀ ਜਿਹੜੀ ਜੁੰਡਲੀ ਸੀਗੀ ਉਹਨਾਂ ਦੇ ਵਿੱਚੋਂ ਲਾ ਲਾ ਕੇ ਕੁੱਕਰ ਵਰਗਿਆਂ ਦੇ ਉਂਗਲੀਆਂ ਉਹਨਾਂ ਨੇ ਬਾਬਾ ਵੀਰੋ ਦੇ ਨਾਂ 'ਤੇ ਕਹਿੰਦੇ ਬੇਲ ਕਰਵਾਤੀ। ਜਿਵੇਂ ਆਪਾਂ ਸਿਆਣੇ ਬੰਦੇ ਤਾਂ ਕਿਸੇ ਸੰਤ ਮਹਾਤਮਾ ਦੇ ਨਾਂ 'ਤੇ ਪੈਸੇ ਦਿੰਦੇ ਨੇ, ਜਾਂ ਕੋਈ ਆਪਦੇ ਪੁੱਤ ਪੋਤਿਆਂ ਦੇ ਦਾਦੇ ਦਾਦੀਆਂ ਦੇ ਦਿੰਦਾ ਪੈਸੇ, ਉਹ ਜਾ ਕੇ ਜਿਵੇਂ ਤੁਸੀਂ ਸਾਨੂੰ ਪੈਸੇ ਫੜਾਉਂਦੇ ਹੋ ਸਟੇਜ ਸਾਈਟਰ ਨੂੰ, ਕਹਿੰਦਾ ਵੀਰੋ ਦੇ ਨਾਂ 'ਤੇ ਚੱਕ 10 ਰੁਪਈਏ ਦੀ ਬੇਲ, ਵੇਲਾਂ ਕਰਾਉਣ ਲੱਗ ਗਏ ਜੀ। ਸੁੱਚਾ ਸਿੰਘ ਸੂਰਮੇ ਨੂੰ ਚੜ੍ਹ ਗਿਆ ਹਰਖ ਬਾਬਾ, ਉੱਠ ਖੜਿਆ ਸੁੱਚਾ ਸਿੰਘ ਸੂਰਮੇ ਤੋਂ ਰੋਕਿਆ ਨਾ ਗਿਆ, ਪੈ ਗਿਆ ਜੱਫਾ, ਖਾੜੇ ਦੇ ਵਿੱਚ ਪੈ ਗਿਆ ਜੀ ਜੱਫਾ। ਜਦੋਂ ਜੱਫਾ ਪੈ ਗਿਆ, ਹੁਣ ਦੋਨੇ ਭਲਵਾਨ ਬੰਦੇ, ਦੋਨੇ ਭਲਵਾਨ ਸੀਗੇ, ਬੈਠੇ ਸੀਗੇ ਖਾਲੀ ਹੱਥੇ ਦੋਨੇ ਕੁਦਰਤੀ, ਪੈ ਗਿਆ ਖੌਰੂ। ਹੁਣ ਉਦੋਂ ਕਿਹੜਾ ਲੋਕ ਟੈਲਾਂ ਲੱਗੀਆਂ ਹੋਈਆਂ ਸੀਗੀਆਂ, ਕੱਚੀਆਂ ਬੀਹਾਂ ਕਸਮਾਨ ਪੈ ਗਿਆ ਜਿਵੇਂ ਝੋਟੇ ਭਿੜਦੇ ਹੁੰਦੇ ਨੇ। ਤਿੰਨ ਚਾਰ ਪੰਜ ਜਣੇ ਨੇ ਸੁੱਚਾ ਸਿੰਘ ਫੜ ਲਿਆ, ਚਾਰ ਪੰਜ ਜਣੇ ਨੇ ਕੁੱਕਰ ਫੜ ਲਿਆ, ਫੜ ਕੇ ਦੋਨੇ ਪਰਾਂ ਕਰਾਤੇ। ਸਿਆਣੇ ਬੰਦੇ ਕਹਿੰਦੇ ਉਹ ਗੱਲ ਸੁਣੋ ਕੰਜੇ ਦਿਓ, ਸਾਡਾ ਪ੍ਰੋਗਰਾਮ ਕਾਹਤੋਂ ਖਰਾਬ ਕਰ ਦਿਓ, ਤੁਹਾਡੇ ਘਰ ਦਾ ਪ੍ਰੋਗਰਾਮ ਤਾਂ ਖਰਾਬ ਹੈਗਾ ਹੀ ਹੈ, ਸਾਡਾ ਤਾਂ ਨਾ ਖਰਾਬ ਕਰੋ, ਜਾਣੀ ਟੌਂਚ ਲਾ ਕੇ ਫਿਰ ਗੱਲਾਂ ਕਰਨ ਜਾ ਵਗ ਜਾਓ ਇੱਥੋਂ ਭਾਈ। ਸਿਆਣੇ ਬੰਦੇ ਨੇ ਕਹਿੰਦਾ ਸਾਡਾ ਮਾਹੌਲ ਨਾ ਖਰਾਬ ਕਰੋ, ਮਸਾਂ ਪਿੰਡ ਦੇ ਵਿੱਚ ਖਾੜਾ ਲੱਗਿਆ, ਮਸਾਂ ਗਾਉਣ ਲੱਗਿਆ, ਘਰੋ ਘਰੀ ਤੌਰ 'ਤੇ ਜੀ। ਦੋਨੇ ਘਰੋ ਘਰੀ ਤੌਰ 'ਤੇ ਜਦੋਂ ਚਲੇ ਗਏ, ਖਾੜਾ ਫਿਰ ਲੱਗ ਗਿਆ, ਸ਼ੁਰੂ ਹੋ ਗਿਆ ਗਾਉਣ। ਸੁੱਚਾ ਸਿਉ ਤਾਂ ਘਰੇ ਜਾ ਕੇ ਬਹਿ ਗਿਆ, ਟਊਆ ਲੱਗਿਆ ਹੋਇਆ ਭਾਈ, ਕਿੱਥੇ ਬੈਠਾ ਜਾਂਦਾ। ਇੱਕ
ਇੱਕ ਨਾਲ ਦੇ ਸਾਥੀ ਇਹੋ ਜਿਹੇ ਫੂਕ ਛਕਾ ਕੇ ਫੇਰ ਲਏ, ਕਹਿੰਦੇ ਆਪਾਂ ਕੀ ਦੱਬਦੇ ਹਾਂ, ਐਂ ਦੇਣਾ ਕਿਸੇ ਸਾਲੇ ਦਾ ਕੁਛ, ਐਂ ਕਰਨ ਲੱਗੇ ਭਾਈ ਆ ਗਏ ਜੀ ਦੁਬਾਰੇ ਹਾੜੇ ਦੇ ਵਿੱਚ ਆ ਕੇ ਫੇਰ ਬੇਲ ਕਰਾਤੀ ਪੀਰੋ ਦੇ ਨਾਂ 'ਤੇ। ਹੁਣ ਉਦੋਂ ਲਾਊਡ ਸਪੀਕਰ ਤਾਂ ਲੱਗਿਆ ਹੋਇਆ ਨਹੀਂ ਸੀ ਇੱਦਾਂ, ਪਰ ਹਾੜੇ ਦੇ ਵਿੱਚੋਂ ਕੋਈ ਬੰਦਾ ਉੱਠਿਆ, ਸੁੱਚਾ ਸਿੰਘ ਸੂਰਮੇਲੇ ਵਿੱਚ ਵਗ ਗਿਆ। ਸੁੱਚਾ ਸਿੰਘ ਸੂਰਮੇਲੇ ਵਿੱਚ ਜਾ ਕੇ ਕਹਿੰਦਾ ਵੀ ਸੁੱਚਾ ਸਿਆਂ ਹੁਣ ਤਾਂ ਧਿਰ ਗਿਆ ਜਾਣਾ ਓਏ। ਕਹਿੰਦਾ ਕੀ ਹੋ ਗਿਆ? ਕਹਿੰਦਾ ਦੁਬਾਰੇ ਫੇਰ ਆ ਗਏ ਖਾੜੇ ਦੇ ਵਿੱਚ, ਵੀਰੋ ਦਾ ਨਾਂ ਲੈ ਕੇ ਬੇਲਾਂ ਕਰਵਾਉਂਦੇ ਨੇ ਦੁਬਾਰੇ, ਕੁੱਕਰ ਅਤੇ ਉਹਦੀ ਪਾਰਟੀ ਦੁਬਾਰੇ ਆ ਗਈ। ਵੀਰ ਸੁੱਚਾ ਸਿੰਘ ਸੂਰਮੇ ਨਾ ਨਰੈਣੇ ਨੂੰ ਉਠਾਲ ਲਿਆ, ਕਹਿੰਦਾ ਭਰਾਵਾ ਖੜਾ ਹੋ ਜਾ, ਹੁਣ ਪਾਣੀ ਸਿਰ ਦੇ ਉੱਤੋਂ ਦੀ ਲੰਘ ਗਿਆ। ਕਲਗੀਆਂ ਵਾਲੇ ਪਾਤਸ਼ਾਹ ਇੱਕ ਸ਼ਬਦ ਲਿਖਦੇ ਨੇ, ਕਹਿੰਦੇ ਚੂਕਾਰ ਹਜ ਹਮਾ ਹੀਲ ਤੇ ਦਰ ਬੁਜਸਤ ਹਲਾਲ ਅਸਤ ਬੁਰਦਨ ਬਰ ਸ਼ਮਸ਼ੀਰ ਦਸਤ। ਉਹ ਲਿਖਦੇ ਨੇ ਜਦ ਧਿਰ ਉਪਾਵਾਂ ਦੀ ਹਾਰ ਦੀ ਜਾਇਜ਼ ਹੈ ਵਰਤੋਂ ਹਥਿਆਰ ਦੀ, ਫਿਰ ਹਥਿਆਰ ਚੱਕ ਲੈਣੇ ਚਾਹੀਦੇ ਨੇ। ਸੁੱਚਾ ਸਿੰਘ ਸੂਰਮਾ ਨਰੈਣੇ ਨੂੰ ਕਹਿੰਦਾ ਵੀਰਿਆ ਹੁਣ ਕਲਗੀ ਵਾਲੇ ਦਾ ਸਿੰਘ ਬਣ ਕੇ ਦਿਖਾ ਦੇ, ਕੰਮ ਤਾਂ ਪਹਿਲਾਂ ਕਰ ਦੇਣਾ ਸੀ ਇਹ ਜੋ ਤੈਨੂੰ ਪਹਿਲਾਂ ਪਤਾ ਲੱਗਿਆ ਵੀ ਇਹਨੇ ਇਹ ਹੱਥ ਚੱਕੀ ਹੈ, ਪਰ ਅੱਜ ਅਸਲੀ ਸਿੰਘ ਬਣ ਕੇ ਦਿਖਾ ਦੇ ਮੈਨੂੰ। ਉਹ ਜਿਹੜੀ ਕਿੱਲੇ ਤੇ ਬੰਦੇ ਖਾਣੀ ਟੰਗੀ ਪਈ ਆ ਨਾ, ਮੈਨੂੰ ਆਪਣੇ ਹੱਥੀਂ ਚੱਕ ਕੇ ਫੜਾ ਕੇ ਮੈਨੂੰ ਥਾਪੀ ਦੇ ਦੇ, ਮੈਂ ਫਿਰ ਜਾ ਕੇ ਜੰਗ ਮੈਦਾਨੇ ਜਾ ਕੇ ਮੇਰਾ ਦਿਲ ਘਬਰਾਊ ਨਹੀਂ, ਮੈਨੂੰ ਥਾਪੀ ਦੇ ਕੇ ਤੋੜ ਦੇ। ਸੁੱਚਾ ਸਿੰਘ ਸੂਰਮਾ ਕਹਿੰਦਾ ਮੈਂ ਹਰ ਹੀਲਾ ਵਰਤ ਲਿਆ, ਵੀਰੋ ਨਹੀਂ ਲੈਣ ਤੇ ਆਈ, ਹਰ ਹੀਲਾ ਵਰਤ ਲਿਆ। ਕਹਿੰਦਾ ਜਿਵੇਂ ਤੁਹਾਨੂੰ ਦੱਸਿਆ ਵੀ ਜਦੋਂ ਵਿਗੜ ਜੇ ਫਿਰ ਔਰਤ ਡੈਣ ਬਣ ਜਾਂਦੀ ਹੈ, ਫਿਰ ਤੂੰ ਸਤਿਕਾਰਯੋਗ ਹੈ, ਜਦੋਂ ਵਿਗੜ ਜੇ ਫਿਰ ਇਹਦੀ ਅੜਵਾਈ ਹੈ ਜਿਹੜੀ ਖੋਤੀ ਤੋਂ ਵੀ ਮਾੜੀ ਹੈ, ਫਿਰ ਜਿਵੇਂ ਖੋਤੀ ਮੁੜਕੁੜ ਉਸੇ ਬੋੜ ਫਿਲ ਨੂੰ ਜਾਂਦੀ ਹੈ ਨਾ, ਮੋੜੀ ਮੁੜਦੀ ਨਹੀਂ, ਉਹੀ ਜੀ ਅੜਵਾਈ ਹੈ। ਸਾਰੇ ਹੀਲੇ ਵਰਤ ਕੇ ਦੇਖ ਲਏ ਮੈਂ, ਸਾਰੀਆਂ ਭਾਸ਼ਾ ਵਰਤ ਕੇ ਦੇਖ ਲਈਆਂ ਮੈਂ, ਕੋਈ ਭਾਸ਼ਾ ਨਹੀਂ ਕੰਮ ਆਈ, ਹੁਣ ਇੱਕ ਭਾਸ਼ਾ ਬਾਕੀ ਰਹਿੰਦੀ ਹੈ। ਅੱਜ ਉਸ ਭਾਸ਼ਾ ਦੇ ਵਿੱਚ ਇਹਨਾਂ ਬੇਅਕਲ ਆਸ਼ਕਾਂ ਨੂੰ ਮੈਂ ਸਮਝਾ ਕੇ ਦੇਖਦਾ ਉਹ ਭਾਸ਼ਾ ਕਿਹੜੀ ਹੈ। ਹਰਪਾਲ ਸਿੰਘ ਸ਼ਮਲਾ ਸਾਹਿਬ ਨੇ ਗੱਲਾਂ ਲਿਖੀਆਂ ਨੇ, ਦੱਸ ਬਾਬਾ ਕਿਹੜੀ ਭਾਸ਼ਾ 'ਚ ਲਿਖੀਆਂ ਨੇ। ਹੋ ਬਾਲੇ ਟੀਠ ਗਏ ਕੁੱਕਰ ਮੱਲ ਤੇ ਵੀਰੋ ਭਾਬੀ, ਨਾ ਹਿੰਦੀ ਸਮਝ ਰਹੇ ਨਾ ਸਮਝਣ ਠੇਠ ਪੰਜਾਬੀ। ਇੱਕ ਭਾਸ਼ਾ ਬਾਕੀ ਹੈ ਜਿਹੜੀ ਸਮਝ ਲਾਜ਼ਮੀ ਆਊ, ਬੇਅਕਲ ਆਸ਼ਕਾਂ ਨੂੰ ਯੱਤਦੀ ਰੈਫਲ ਹੀ ਸਮਝਾਊ। ਹਰ ਹੀਲਾ ਵਰਤ ਲਿਆ ਵੀਰੋ ਨਹੀਂ ਲੈਣ ਤੇ ਆਈ, ਹੈ ਮਾੜੀ ਖੋਤੀ ਤੋਂ ਵਿਗੜੀ ਟੀਵੀ ਦੀ ਅੜਵਾਈ। ਮੋੜੀ ਮੁੜਦੀ ਹੈ ਉਹ ਮੁੜਕੁੜ ਬੋੜ ਹੇਠ ਨੂੰ ਜਾਊ, ਬੇਅਕਲ ਆਸ਼ਕਾਂ ਨੂੰ ਹੁਣ ਯੱਟਦੀ ਰਾਈਫਲ ਹੀ ਸਮਝਾਊ। ਘਰ ਜਾ ਕੇ ਕੁੱਕਰ ਦੇ ਮੈਂ ਤਰਲੇ ਇੱਕ ਨੀ ਲੱਖਾ ਪਾਲੇ, ਇਹ ਘਟੀਆ ਬੰਦੇ ਦੇ ਮੈਂ ਤਾਂ ਪੈਰੀ ਵੀ ਹੱਥ ਲਾ ਜਾਉਂਦੇ ਮਾਰ ਮਕਾਊ, ਬੇਅਕਲ ਆਸ਼ਕਾਂ ਨੂੰ ਹੁਣ ਯੱਟਦੀ ਰਾਈਫਲ ਹੀ ਸਮਝਾਊ। ਹੁਣ ਵੀਰ ਨਰੈਣ ਸਿਆ ਬਣ ਕੇ ਅਸਲੀ ਸਿੰਘ ਦਿਖਾ ਦੇ, ਥਾਪੀ ਸੁੱਚੇ ਨੂੰ ਹੱਥੀ ਚੁੰਮ ਕੇ ਰਾਈਫਲ ਫੜਾ ਦੇ। ਫਿਰ ਜੰਗ ਮੈਦਾਨੇ ਜਾ, ਉਹ ਮੇਰਾ ਦਿਲ ਨਾ ਡੋਲਾ ਖਾਊ, ਬੇ
ਅਕਲ ਆਸ਼ਕਾਂ ਨੂੰ ਹੁਣ ਯੱਟਦੀ ਰਾਈਫਲ ਹੀ ਸਮਝਾਓ ਪਾਤਰ ਲਾ ਗੈਰਤ ਦਾ ਹਾਦਾ ਵੀਰੇ ਤੋਂ ਕਰਵਾਲੀ ਕਰਨੀ ਵੀ ਰੱਖੀ ਸੀ ਜੱਟ ਨੇ ਮੁੜ ਕੇ ਮੁੱਛ ਚੜਾ ਲਈ ਦੇਖੀ ਹਰਪਾਲ ਸਿਆਂ ਟਾਕੀ ਯੱਟ ਅੰਬਰ ਨੂੰ ਲਾਊ ਅਗਲੀ ਆਸ਼ਕਾਂ ਨੂੰ ਜੱਟ ਦੀ ਰਾਈਫਲ ਹੀ ਸਮਝਾਊ ਬੇ ਅਗਲੀ ਆਸ਼ਕਾਂ ਨੂੰ ਜੱਟ ਦੀ ਰਾਈਫਲ ਹੀ ਸਮਝਾਊ ਕਹਿੰਦਾ ਵੀ ਮਿੱਤਰਾ ਆਮ ਭਾਸ਼ਾ ਬਾਕੀ ਰਹਿ ਗਈ ਹੁਣ ਚੱਕ ਲਈ ਰਫਲ ਰਫਲ ਚੱਕ ਲਈ ਚੱਕ ਕੇ ਰਫਲ ਖਾੜੇ 'ਚ ਆ ਗਿਆ ਖਾੜੇ 'ਚ ਆ ਕੇ ਜਦੋਂ ਰਫਲ ਵਾਲਾ ਬੰਦਾ ਦੇਖਿਆ ਰਫਲ ਵਾਲਾ ਤੁਰਿਆ ਆਉਂਦਾ ਦੇਖਿਆ ਪਹਿਲਾਂ ਤਾਂ ਉਹਨੂੰ ਆਏ ਸੀ ਉਹਨੇ ਆਖਿਆ ਵੀ ਹਰਖ ਗਿਆ ਅੱਜ ਤਾਂ ਨਹੀਂ ਲੋਟ ਆਉਂਦਾ ਕੰਮ ਬਾਬਾ ਖਾੜੇ ਦੇ ਵਿੱਚ ਨਾ ਪਹਿਲਾਂ ਆ ਕੇ ਉਹਨੇ ਅਸਮਾਨੀ ਫੈਰ ਕਰਤਾ ਜਿਹੜੇ ਵਿਚਾਰੇ ਉਹ ਮੇਲਾ ਦੇਖਣ ਵਾਲੇ ਸੀਗੇ ਮੇਰੇ ਤੇਰੇ ਅਰਗੇ ਭੱਜ ਲਏ ਕਿਸੇ ਦੀ ਜੁੱਤੀ ਨਿਕਲ ਗਈ ਕਿਸੇ ਦਾ ਚਾਦਰਾ ਖੁੱਲ੍ਹ ਗਿਆ ਭੱਜਣਾ ਪੈ ਗਈਆਂ ਜਦੋਂ ਨਾ ਸੋਚਿਆ ਸੀ ਉਹ ਸੂਰਮੇ ਨੇ ਖਾੜੇ ਦੇ ਵਿੱਚ ਆ ਕੇ ਗਾਉਣ ਤਾਂ ਹੋ ਗਿਆ ਬੰਦ ਕੁੱਕਰ ਨੂੰ ਕਹਿੰਦਾ ਵੀ ਕਮੀਨਿਆਂ ਪੱਗ ਵਟਾ ਕੇ ਆਹ ਰੰਗ ਦਿਖਾਈਦੇ ਨੇ ਕਲਗੀਧਰ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਪੱਗਾਂ ਪਟਾਈਆਂ ਸੀਗੀਆਂ ਉਹਨੇ ਸਾਨੂੰ ਪੱਗ ਬਖਸ਼ੀ ਉਹ ਪੱਗ ਬਦਲਾ ਕੇ ਤੂੰ ਆਹ ਮੁੱਲ ਪਾਇਆ ਮੇਰੇ ਪਿਆਰ ਦਾ ਮੇਰਾ ਤੇਰੇ 'ਤੇ ਕੀਤੇ ਐਤਵਾਰ ਦਾ ਹੱਥ ਜੇ ਬੰਨਣ ਲੱਗ ਗਿਆ ਕਹਿੰਦੇ ਐਂ ਗੰਬੇ ਜਿਵੇਂ ਝੜੀ ਜੀ ਲੱਗੀ ਤੋਂ ਬੱਕਰੀ ਲੱਗੀ ਜਾਂਦੀ ਐਂ ਜੇ ਕਰਨ ਸੋਚਿਆ ਸੀ ਉਹ ਕਹਿੰਦਾ ਵੀ ਹੁਣ ਵੇਲਾ ਲੰਘ ਗਿਆ ਮੈਂ ਫੌਜ 'ਚੋਂ ਆ ਕੇ ਸੋਚਿਆ ਸੀਗਾ ਵੀ ਇਸ ਮਸਲੇ ਨੂੰ ਠੀਕ ਕਰ ਲਈਏ ਗਲਤੀਆਂ ਇਨਸਾਨ ਤੋਂ ਹੋ ਜਾਂਦੀਆਂ ਨੇ ਜੇ ਗਲਤੀ ਹੁੰਦੀ ਨਾ ਮੈਂ ਮਾਫ਼ ਕਰ ਵੀ ਦਿੰਦਾ ਪਰ ਹੁਣ ਇਹ ਗਲਤੀ ਨਹੀਂ ਰਹੀ ਤੇਰੇ ਅਪਰਾਧ ਦੀ ਸਜ਼ਾ ਵੈਰੀ ਆ ਮੌਤ ਹੈ ਤਿਆਰ ਹੋ ਤੈਨੂੰ ਗਾਹਾਂ ਵਾਲੀ ਗੱਡੀ ਚਾੜਾਂ ਗਾਹਾਂ ਵਾਲੀ ਗੱਡੀ ਚਾੜਾਂ ਤੈਨੂੰ ਹੱਥ ਜੇ ਲੱਗਿਆ ਬੰਨਣ ਬਾਬਾ ਕੁੱਕਰ ਠੋਕਤਾ ਪਹਿਲਾਂ ਮਾਰ ਕੇ ਗੋਲੀ ਨਵੇੜਤਾ ਕੰਮ ਇਹਦਾ ਤਾਂ ਬਾਕੀ ਤੁਹਾਨੂੰ ਕਵਿਤਾ ਸੁਣਾਵਾਂਗੇ ਇਹਦੇ ਵਿੱਚ ਵੀ ਮਾਰਾਂਗੇ ਗਾ ਕੇ ਮਾਰਾਂਗੇ ਜਮਾਂ ਜਿੰਨਾ ਜੀ ਉਹਨੇ ਕਰਤੂਤਾਂ ਕਰੀਆਂ ਸੀਗੀਆਂ ਜਦੋਂ ਕਹਿੰਦੇ ਕੁੱਕਰ ਦੇ ਮਾਰੀ ਗੋਲੀ ਕੁੱਕਰ ਮਾਰਤਾ ਬਾਬਾ ਜਿਹੜਾ ਭਾਗਤੀ ਉਹਨੇ ਸੋਚਿਆ ਵੀ ਮਲਾ ਇਹ ਤਾਂ ਗਲਤ ਹੋ ਗਿਆ ਕੰਮ ਇਹਦਾ ਬੰਦੇ ਮਾਰਨ ਲੱਗ ਗਿਆ ਹੁਣ ਵਾਰੀ ਆਪਣੀ ਆਊ ਪੈ ਲਿਆ ਠੋਰੀਏ ਭੱਜ ਲਿਆ ਜੀ ਭੱਜਣਾ ਹੀ ਹੁੰਦਾ ਹਾਂ ਭੱਜਣੀ ਹੁੰਦਾ ਇਹੋ ਜਿਹੇ ਨੇ ਜਦੋਂ ਭੱਜਣ ਲੱਗਿਆ ਐਂ ਉਹ ਟਰੈਡ ਜਿੰਨੇ ਦੂਰ ਪਾ ਗਿਆ ਸੋਚੇ ਨੇ ਸੋਚਿਆ ਵੀ ਉਹ ਲੰਘ ਗਿਆ ਕਹਿੰਦਾ ਭਾਗ ਸਿਆ ਕਹਿੰਦਾ ਹਾਂ ਬਾਈ ਕਹਿੰਦਾ ਆ ਜਾ ਵਿਚੋਲਾ ਤੂੰ ਨਹੀਂ ਸੀ ਉਹ ਕਹਿੰਦਾ ਕਾਹਨੂੰ ਬਾਈ ਯਾਰ ਮੇਰੇ ਤਾਂ ਉਈ ਹੋ ਗਈ ਗੱਲ ਕਹਿੰਦਾ ਐਂ ਨਹੀਂ ਮੈਨੂੰ ਸਾਰਾ ਕੁਛ ਪਤਾ ਵਿਚੋਲਾ ਸੀਗਾ ਤੂੰ ਤੇਰੇ ਵਾਸਤੇ ਵੀ ਫੌਜ 'ਚੋਂ ਸ਼ਾਂਪ ਕਰਾ ਕੇ ਲਿਆਇਆ ਮੈਂ ਤੈਨੂੰ ਵੀ ਪਾਊ ਹੁਣ ਬਾਬਾ ਭਾਗ ਦੇ ਸ਼ਾਂਪ ਕਿਵੇਂ ਪਾਉਂਦਾ ਕੁੱਕਰ ਦਾ ਧੁਰਦੀ ਗੱਡੀ ਚਾੜਨਾ ਟਿਕਟ ਕਿਵੇਂ ਕੱਟਦਾ ਅਤੇ ਗਾਹਾਂ ਜਾ ਕੇ ਬੀਰੋ ਵਾਲਾ ਕੰਮ ਕਿਵੇਂ ਨਿਬੇੜਦਾ ਇਹ ਗੱਲਾਂ ਬਾਤਾਂ ਸਾਰੀਆਂ ਲੈ ਇਸੇ ਕਵਿਤਾ ਦੇ ਵਿੱਚ ਆਉਣਗੀਆਂ ਸੁੱਚਾ ਸਿੰਘ ਸੂਰਮੇ ਦੇ ਇਤਿਹਾਸ ਦੀ ਆਹ ਹੁਣ ਵਾਲੇ ਪਾਠ ਦੀ ਆਖਰੀ ਕਵਿਤਾ ਇਹ ਲੈ ਬਾਬਾ ਦਸ ਅਖਾੜੇ ਦੇ ਵਿੱਚ ਜਾ ਕੇ ਸੁੱਚਾ ਸਿੰਘ ਸੂਰਮਾ ਲੈ ਕੇ ਰਫਲ ਕੁੱਕਰ ਬੇਈਮਾਨ ਨੂੰ ਕੁੱਕਰ ਗਦਾਰ ਨੂੰ ਅਤੇ ਉਹਦੇ ਝੋਲੀ ਚੱਕ ਭਾਗ ਨੂੰ ਉਹਨਾਂ ਨੂੰ ਗੱਡੀ ਚਾੜ ਕੇ ਧੁਰਦਾ ਟਿਕਟ ਕਿਵੇਂ ਕੱਟ ਕੇ ਭੇਜਦਾ ਦੱਸ ਕੀ ਲਿਖੇ
ਹੋ ਖਿੱਚ ਕੇ ਲਿਆਈ ਹੋੜੀ ਵਿੱਚ ਸੱਥ ਦੇ ਭਾਗੀਆ ਤੇ ਮੱਲ ਨੂੰ ਬੜਾ ਸਮਝਾਏ ਬਾਰਕਾਂ ਨੂੰ ਹੱਟ ਦੇ ਉਹ ਬਤਾਉਣ ਗੱਲ ਨੂੰ ਬੜਾ ਸਮਝਾਏ ਬਾਰਕਾਂ ਨੂੰ ਹੱਟ ਦੇ ਉਹ ਬਤਾਉਣ ਗੱਲ ਨੂੰ ਸੱਥ ਦੇ ਵਿਚਾਲੇ ਤਾਂ ਹੀ ਲਾਸ਼ਾਂ ਰੋਲੀਆਂ ਰੋਗ ਦਿੱਤੇ ਕੱਟ ਨੇ ਭੁੰਨ ਤੇ ਗਦਾਰ ਮਾਰ ਮਾਰ ਗੋਲੀਆਂ ਅੱਕੇ ਹੋਏ ਜੱਟ ਨੇ ਭੁੰਨ ਤੇ ਗਦਾਰ ਮਾਰ ਮਾਰ ਗੋਲੀਆਂ ਦੁਖੀ ਹੋਏ ਜੱਟ ਨੇ ਪੀ ਕਿੱਦਾਂ ਸ਼ਰਾਬ ਮੱਲ ਫਿਰ ਰੱਜਿਆ ਲਲਕਾਰ ਮਾਰਦਾ ਪਹਿਲੀ ਉਹ ਕਰਾਉਣੀ ਉਹ ਦੁਬਾਰਾ ਲੱਗਿਆ ਨਾਮ ਲੈ ਕੇ ਨਾਰਦਾ ਬੇਲ ਤਾਂ ਕਰਾਉਣੀ ਉਹ ਦੁਬਾਰਾ ਲੱਗਿਆ ਨਾਮ ਲੈ ਕੇ ਨਾਰਦਾ ਲੋਕੋ ਸੁੱਚੇ ਦੀਆਂ ਦੁਖੀ ਰਗਾਂ ਮੁੜ ਛੋਲੀਆਂ ਯਾਰ ਪੱਗ ਪੱਟ ਨੇ ਭੁੰਨ ਤੇ ਗਦਾਰ ਮਾਰ ਮਾਰ ਗੋਲੀਆਂ ਅੱਕੇ ਹੋਏ ਜੱਟ ਨੇ ਭੁੰਨ ਤੇ ਗਦਾਰ ਮਾਰ ਮਾਰ ਗੋਲੀਆਂ ਦੁਖੀ ਹੋਏ ਜੱਟ ਨੇ ਬੁੱਕਲੀ ਚੋਂ ਕੱਢ ਲਈ ਰਫਲ ਸ਼ੇਰ ਨੇ ਸਿੱਟ ਖੇਸ ਨੂੰ ਪਰੇ ਕਾੜ 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 ਕੀਤੇ ਫੈਰ ਫੇਰ ਨੇ ਰੌਂਦ ਨਿਕਲੇ ਪਰੇ ਛਾਤੀ ਦੀਆਂ ਨਾੜਾਂ ਨੱਥ ਆਉਣ ਟੋਣੀਆਂ ਐਸੇ ਖੁੱਲ ਫੱਟ ਨੇ ਭੁੰਨ ਤੇ ਗਦਾਰ ਮਾਰ ਮਾਰ ਗੋਲੀਆਂ ਅੱਕਾ ਹੋਏ ਜੱਟ ਨੇ ਬੱਕਰੇ ਬੁਲਾਉਂਦਾ ਸੀ ਗੰਡਾ ਸਾ ਫੜ ਕੇ ਜਿਹੜਾ ਵਿੱਚ ਹੱਥ ਦੇ ਕੰਧ ਵਾਂਗੂ ਸਿੱਧ ਤਾਤੜਾ ਮਕਾਰ ਕੇ ਵਿੱਚ ਭਰੀ ਸੱਥ ਦੇ ਹੋ ਗਈਆਂ ਨੇ ਬੰਦ ਲੱਭ ਜਾਂ ਵੀ ਟਾਲੀਆਂ ਉਹਨਾਂ ਫਟਾਫਟ ਨੇ ਭੁੰਨ ਤੇ ਗਦਾਰ ਮਾਰ ਮਾਰ ਗੋਲੀਆਂ ਅੱਕੇ ਹੋਏ ਜੱਟ ਨੇ ਸਿੱਧ ਕੇ ਗੰਡਾ ਸੀ ਉੱਥੋਂ ਭਾਗ ਭੱਜਿਆ ਮੌਕਾ ਜੀ ਹਟਾੜ ਕੇ ਸੂਰਮੇ ਨੇ ਢੂਹੀ ਉੱਤੇ ਫੈਰ ਛੱਡਿਆ ਰੱਖ ਦਿੱਤਾ ਰਾੜ ਕੇ ਮੁੰਦਰੀ ਨਾ ਮਿਲੀ ਅੱਖਾਂ ਬੰਦ ਹੋ ਲਈਆਂ ਖਾਲੀ ਰਹਿ ਗਏ ਹੱਥ ਨੇ ਭੁੰਨ ਤੇ ਗਦਾਰ ਮਾਰ ਮਾਰ ਗੋਲੀਆਂ ਅੱਕਾ ਹੋਏ ਜੱਟ ਨੇ ਰਫਲ ਦੇ ਵਿੱਚੋਂ ਫਿਰ ਲਾ ਗਈ ਅੱਗ ਦੀ ਕਿੱਠ ਲੰਮੀ ਨਿਕਲੀ ਸ਼ਮਲੇ ਦੇ ਕੋਲੋਂ ਵੀਰੋ ਕਿੱਥੇ ਭੱਜਦੀ ਮੱਲ ਉੱਤੇ ਸਿੱਟ ਲਈ ਪਿੰਡ ਦੀਆਂ ਲੋਕਾਂ ਬਾਰੀਆਂ ਵੀ ਟੋਲੀਆਂ ਬਹਿ ਕੇ ਚੁੱਪ ਬੱਟ ਨੇ ਬਹਿ ਕੇ ਚੁੱਪ ਬੱਟ ਨੇ ਭੁੰਨ ਤੇ ਗਦਾਰ ਮਾਰ ਮਾਰ ਗੋਲੀਆਂ ਅੱਕਾ ਹੋਏ ਜੱਟ ਨੇ ਭੁੰਨ ਤੇ ਗਦਾਰ ਮਾਰ ਮਾਰ ਗੋਲੀਆਂ ਦੁਖੀ ਹੋਏ ਜੱਟ ਨੇ ਦੋਨਾਂ ਦਾ ਕੱਟ ਕੇ ਧੁਰਦਾ ਟਿਕਟ ਉਦੋਂ ਬਾਅਦ ਕਹਿੰਦੇ ਘਰੇ ਆ ਗਿਆ ਘਰੇ ਆ ਕੇ ਨਾ ਜਦੋਂ ਰਫਲ ਦੇ ਫੈਰਾਂ ਦਾ ਖੜਾਕਾ ਸੁਣਿਆ ਸੋਚਿਆ ਸੀ ਸੂਰਮਾ ਨਾ ਮਾਰ ਕੇ ਕੁੱਕਰ ਦੇ ਭਾਗ ਨੂੰ ਬਾਬੇ ਘਰੇ ਆ ਗਿਆ ਜਦੋਂ ਘਰੇ ਪਹੁੰਚਿਆ ਵੀਰੋ ਨੂੰ ਫੈਰਾਂ ਦਾ ਖੜਾਕਾ ਸੁਣਿਆ ਪਤਾ ਵੀ ਲੱਗ ਗਿਆ ਵੀ ਅੱਜ ਆਪਣੇ ਲਈ ਯਾਰ ਹੋਣੀ ਮਾਂਜਤੇ ਗੱਡੀ ਚਾੜ੍ਹਤੇ ਚੰਗੀ ਰਹਿੰਦੀ ਜੇ ਪਹਿਲਾਂ ਸਮਝ ਜਾਂਦੀ ਜਿਹੜੀ ਸੰਦੂਕ ਧਰੇ ਹੁੰਦੇ ਨਾ ਸੰਦੂਕਾਂ ਵਾਲਾ ਕਮਰਾ ਹੁੰਦਾ ਆਪਣੇ ਕੋਈ ਸਭਾਤ ਕਹਿੰਦਾ ਕੋਈ ਕੋਠੜੀ ਕਹਿੰਦਾ ਜਿਹੜਾ ਸੰਦੂਕਾਂ ਵਾਲਾ ਕਮਰਾ ਹੁੰਦਾ ਉਹ ਕਿਉਂਕਿ ਅੱਗੇ ਕੱਚੇ ਘਰ ਹੁੰਦੇ ਐਂ ਲਾ ਲਓ ਬੁੜੀਆਂ ਲਿਪਣ ਪੋਚਣ ਨੂੰ ਵੀ ਅਤੇ ਸਲਾਬ ਸਲੂਬ ਆਉਣ ਤੋਂ ਐਂ ਨਾ ਕੰਧ ਨਾਲੋਂ ਫਰਕ ਰੱਖਦੀਆਂ ਹੁੰਦੀਆਂ ਕੰਧ ਨਾਲੋਂ ਥੋੜ੍ਹਾ ਜਿਹਾ ਇੰਨਾ ਕੁ ਫੁਰਕ ਫਰਕ ਰੱਖਦੀਆਂ ਹੁੰਦੀਆਂ ਫੁੱਟ ਡੇਢ ਫੁੱਟ ਦਾ ਵੀ ਨਾਲੇ ਸਾਫ਼ ਸਫਾਈ ਠੀਕ ਹੋ ਜੂ ਵੀ ਨਾਲੇ ਸਲਾਬ ਸਲੂਬ ਨਹੀਂ ਆਊ ਉਹਨੂੰ ਖੱਲ ਕਹਿ ਦਿੰਦੇ ਵੀ ਖੱਲ 'ਚ ਵੜ ਗਈ ਵੀਰ ਉਹਨੇ ਸੋਚਿਆ ਵੀ ਜਦੋਂ ਆਪਣੇ ਵਾਲਾ ਯਾਰ ਗੱਡੀ ਚੜ੍ਹਦਾ ਵੀਰੋ ਸੰਦੂਕ ਦੀ ਖੱਲ 'ਚ ਵੜ ਗਈ ਕਹਿੰਦੇ ਵੀ ਤਾਂ ਨਾ ਥਿਆਵਾਂ ਵੀਰੋ ਖੱਲ 'ਚ ਤਾਂ ਵੜ ਗਈ ਕੇਸ ਲੰਬੇ ਸੀਗੇ ਜਦੋਂ ਐਂ ਪੈਰਾਂ ਵਾਲਾ ਪਾਸਾ ਕਹਾਂ ਨੂੰ ਕਰਕੇ ਲਿਟ ਗਈ ਖੱਲ 'ਚ ਬਾਬੇ ਕਹਿੰਦੇ
ਓਲੇ ਹੋ ਕੇ ਵੜ ਗਈ ਤੇ ਮਗਰ ਗੁੱਤ ਜਿਹੜੀ ਗੁੱਤਨੀ ਸੀ ਨਾ ਗੁੱਤ ਮੈਂ ਅੱਗੇ ਵਾਲ ਉਹਦੇ ਲੰਬੇ ਸੀਗੇ ਪਹਿਲਾਂ ਮੈਂ ਤੁਹਾਨੂੰ ਦੱਸਿਆ ਬਹੁਤ ਸੋਹਣੀ ਸੁਨੱਖੀ ਸੀਗੀ ਉਹ ਗੁੱਤ ਕਿਤੇ ਖੱਲ ਚੋਂ ਬਾਹਰ ਰਹੀ ਬਾਬਾ ਸੋਚੇ ਨੇ ਪਹਿਲਾਂ ਹਾਕਾ ਹੁੱਕਾ ਮਾਰੀ ਜਦੋਂ ਨਾ ਬੋਲੀ ਜਦੋਂ ਸੰਦੂਕਾਂ ਵਾਲੇ ਕਮਰੇ 'ਚ ਜਾ ਕੇ ਦੇਖੀ ਉਹਨੂੰ ਗੁੱਤਨੀ ਦੇਗੀ ਸੋਚੇ ਨੇ ਫਿਰ ਹਾਕ ਨਹੀਂ ਮਾਰੀ ਦੁਬਾਰੇ ਕਹਿੰਦੇ ਹਰਖਿਆ ਹੋਇਆ ਇੰਨਾ ਸੀਗਾ ਗੁੱਤਨੀ ਤੇ ਫੜ ਕੇ ਖਿੱਚ ਲਈ ਜਿਵੇਂ ਚੂਹੇ ਨੂੰ ਪੂਛ ਫੜ ਕੇ ਖਿੱਚ ਲੈਂਦੇ ਆਪਾਂ ਐਂ ਕੱਢ ਲਈ ਮਿੰਨਤਾਂ ਕਰਨ ਲੱਗ ਗਈ ਤਰਲੇ ਪਾਉਣ ਲੱਗ ਗਈ ਜਦੋਂ ਨਾ ਸੋਚਿਆ ਸੀ ਸੂਰਮਾ ਦਾਰੂ ਉਹਨੂੰ ਪਤਾ ਸੀ ਵੀ ਰੰਮ ਲੈ ਗਿਆ ਜਿਹੜੀ ਫੌਜ ਚੋਂ ਉਹਦਾ ਅਲੀਆ ਬੋਤਲ ਇਕੱਠੀ ਪੀ ਗਿਆ ਹੱਥ ਬੰਨ ਲਏ ਕਹਿੰਦੀ ਬਖਸ਼ ਲੈ ਸੁੱਚਾ ਕਹਿੰਦਾ ਕਦੇ ਮੇਰੇ ਭਰਾ ਨੇ ਵੀ ਬੰਨੇ ਸੀ ਹਾਂ ਕਹਿੰਦਾ ਤੇਰੇ ਮੂਹਰੇ ਹੱਥ ਉਹਨੇ ਮੇਰਾ ਭਾਈ ਵੀ ਬੰਨਦਾ ਸੀ ਬੈਰ ਨੇ ਹੁਣ ਹੋ ਚਾੜੀ ਜਦ ਬੋਤਲ ਰੰਮਦੀ ਮੈਂ ਚਾੜੀ ਕਿਉਂ ਬੋਤਲ ਰੰਮਦੀ ਦੋਨੇ ਹੱਥ ਭਾਬੀ ਬੰਨਦੀ ਦੇਖੇ ਜਦ ਖੜੇ ਮੁਸ਼ਾਇਰੇ ਹੋ ਬੀਰੋ ਸੀ ਥਰ ਥਰ ਕੰਬਦੀ ਵੇ ਪਾਣੀ ਤੇਰਾ ਭਰਦੀਆਂ ਬਖਸ਼ ਦੇ ਜਾਨ ਦਿਓਰਾ ਪੈਰੀ ਸਿਰ ਧਰਦੀਆਂ ਬਖਸ਼ ਦੇ ਜਾਨ ਦਿਓਰਾ ਹੋ ਐਵੇਂ ਕਿਉਂ ਮਕਰ ਬਣਾਉਂਦੀ ਗੱਲਾਂ ਨਾਲ ਜਾਨ ਛਡਾਉਂਦੀ ਐਵੇਂ ਕਿਉਂ ਮਕਰ ਬਣਾਉਂਦੀ ਗੱਲਾਂ ਨਾਲ ਜਾਨ ਛਡਾਉਂਦੀ ਛੱਡ ਕੇ ਕਰ ਵੀਰ ਨਰੈਣਾ ਕੁੱਕਰ ਨੂੰ ਗਲ ਨਾਲ ਲਾਉਂਦੀ ਹੋ ਸਮਝੀ ਨਾ ਬਾਈ ਤੋਂ ਝੋਟਾ ਤੇ ਜੱਟ ਭਾਬੀਏ ਹੈ ਮੁੜਦੇ ਨਾ ਆਈ ਤੋਂ ਝੋਟਾ ਤੇ ਜੱਟ ਭਾਬੀਏ ਹੋ ਮੱਲ ਸੀ ਖਾਂਦਾ ਪੀਂਦਾ ਇਹ ਵੀ ਜੁੜ ਜਾਂਦਾ ਸੀ ਬੇ ਬੈਠ ਕੇ ਕੋਲ ਨਰੈਣੇ ਚੱਕ ਮੈਂ ਨੀ ਤੱਕਿਆ ਬੇ ਅੱਖਾਂ ਚੱਕ ਮੈਂ ਨੀ ਤੱਕਿਆ ਨੇਮ ਪਈ ਕਰਦੀਆਂ ਬਖਸ਼ ਦੇ ਜਾਨ ਦਿਓਰਾ ਵੇ ਪੈਰੀ ਸਿਰ ਧਰਦੀਆਂ ਹੋ ਬਖਸ਼ ਦੇ ਜਾਨ ਦਿਓਰਾ ਹੋ ਤਾਈਓ ਤਾਂ ਪਾਏ ਪੁਆੜੇ ਤੇਰੀ ਇਹ ਨੀਵੀ ਨੇ ਤਾਈਓ ਤਾਂ ਪਾਏ ਪੁਆੜੇ ਤੇਰੀ ਇਹ ਨੀਵੀ ਨੇ ਲਾ ਤਾਂ ਸਾਡੀ ਦਾਗ ਅਣਖ ਨੂੰ ਆਨੇ ਦੀ ਧੀਵੀ ਨੇ ਬਣਨਾ ਕੀ ਦਸ ਵੈਰ ਨੇ ਬਣਨਾ ਕੀ ਦਸ ਵੈਰ ਨੇ ਐਨਾ ਘਬਰਾਈ ਤੋਂ ਝੋਟਾ ਤੇ ਜੱਟ ਭਾਬੀਏ ਹੈ ਮੁੜਦੇ ਨਾ ਆਈ ਤੋਂ ਝੋਟਾ ਤੇ ਜੱਟ ਭਾਬੀਏ ਕਹਿੰਦਾ ਸੁੱਚਾ ਕਹਿੰਦਾ ਝੋਟਾ ਤੇ ਜੱਟ ਭਾਬੀਏ ਮੁੜਦੇ ਨਾ ਆਈ ਤੋਂ ਹੁਣ ਨਹੀਂ ਜਦੋਂ ਤਰਲੇ ਜੇ ਪਾਏ ਨਾ ਵੀਰੋ ਹੱਥ ਬੰਨਣ ਨਾ ਹਟੀ ਸੁੱਚਾ ਕਹਿੰਦਾ ਹਾਂ ਸਾਡੀ ਤਾਂ ਇੱਜ਼ਤ ਭਾਬੀ ਭੱਠੀ ਵਿੱਚ ਝੋਕਤੀ ਹਾਂ ਸਾਡੀ ਤਾਂ ਇੱਜ਼ਤ ਭਾਬੀ ਨੀ ਭੱਠੀ ਵਿੱਚ ਝੋਕਤੀ ਹੋ ਐਨਾ ਕਹਿ ਗੋਲੀ ਜੱਟ ਨੇ ਛਾਤੀ ਵਿੱਚ ਠੋਕਤੀ ਹੋ ਮੱਚਦੀ ਅੱਗ ਬੁਝੀ ਮੇਵਿਆ ਹੋ ਮੱਚਦੀ ਅੱਗ ਬੁਝੀ ਸ਼ਮਲਿਆ ਮੁੱਦੇ ਮੂੰਹ ਪਾਈ ਤੋਂ ਝੋਟਾ ਤੇ ਜੱਟ ਭਾਬੀਏ ਹੋ ਮੁੜਦੇ ਨਾ ਆਈ ਤੋਂ ਝੋਟਾ ਤੇ ਜੱਟ ਭਾਬੀਏ ਕਹਿੰਦਾ ਭਾਬੀ ਹੁਣ ਨਹੀਂ ਮੁੜਿਆ ਜਾਣਾ ਮਾਰ ਕੇ ਗੋਲੀ ਮੁੱਦੇ ਮੂੰਹ ਕਰਤੀ ਉਹ ਵੀ ਸੋ ਸੁੱਚਾ ਸਿੰਘ ਸੂਰਮੇ ਦੀਆਂ ਜੇ ਅਗਲੀਆਂ ਗੱਲਾਂ ਬਾਤਾਂ ਹਲੇ ਇਸ ਤੋਂ ਬਾਅਦ ਸੁੱਚਾ ਸਿੰਘ ਸੂਰਮੇ ਨੂੰ ਇਹ ਤਾਂ ਕਹਿ ਦਈਏ ਨਾ ਵੀ ਲਿਖਿਆ ਵੀ ਤਿੰਨ ਕਤਲ ਮਾਫ਼ ਸੀਗੇ ਇਸ ਤੋਂ ਬਾਅਦ ਸੁੱਚਾ ਸਿੰਘ ਸੂਰਮੇ ਨੇ ਬੁੱਚੜ ਸੋਧੇ ਉਹ ਇੱਕ ਵੱਖਰਾ ਇਤਿਹਾਸ ਹੈ ਉਸ ਤੋਂ ਬਾਅਦ ਬੁੱਚੜਾਂ ਨੂੰ ਸੋਧ ਕੇ
ਸਜ਼ਾ ਕੱਟ ਕੇ ਇਹ ਨਾਭਾ ਪਟਿਆਲਾ ਰਿਆਸਤ ਦੇ ਵਿੱਚ ਦੁਬਾਰਾ ਪਿੰਡ ਆ ਕੇ ਫਿਰ ਸ਼ਾਂਤੀ ਨਾਲ ਰਹਿਣ ਲੱਗ ਜਾਂਦਾ ਹੁੰਦਾ, ਖੇਤੀਬਾੜੀ ਕਰਨ ਲੱਗ ਗਿਆ ਸੀ ਸੁੱਚਾ ਸਿੰਘ ਸੂਰਮਾ ਆਪਦੇ ਪਿੰਡ ਆ ਕੇ। ਸੰਤਾਂ ਨੇ ਲੋਕਾਂ ਨੇ ਇਕੱਠੇ ਹੋ ਕੇ ਮਤੇ ਪਾ ਕੇ ਨੇਕ ਚਲਣੀ 'ਤੇ ਦੁਬਾਰਾ ਛੁਡਵਾ ਲਿਆ ਸੀ, ਖੇਤੀ ਕਰਨ ਲੱਗ ਗਿਆ ਸੀ ਆ ਕੇ ਦੁਬਾਰਾ। ਪਰ ਫਿਰ ਦੁਬਾਰੇ ਸੁੱਚਾ ਸਿੰਘ ਸੂਰਮੇ ਨੂੰ ਇੱਕ ਵਾਰੀ ਫਿਰ ਬੰਦੂਕ ਚੱਕਣੀ ਪੈ ਗਈ ਸੀ। ਉਹ ਇਤਿਹਾਸ ਕਿਤੇ ਲੰਮਾ ਗਾਹਾਂ ਗੱਲਾਂ ਬਾਤਾਂ ਨੇ, ਕਿਵੇਂ ਦੁਬਾਰਾ ਫਿਰ ਫੜਿਆ ਗਿਆ, ਕਿੱਦਾਂ ਇਹਨੂੰ ਫਾਹਾ ਲੱਗਿਆ, ਉਹ ਸਾਰਾ ਇਤਿਹਾਸ ਹੋਰ ਹੈ। ਅੱਜ ਵਾਲਾ ਜਿਹੜਾ ਪਾਠ ਸੀਗਾ ਸੁੱਚਾ ਸਿੰਘ ਸੂਰਮੇ ਦਾ, ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਹੈ।